ਹੈਲੋ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ, ਠੀਕ ਹੈ ਪੁੱਤ? ਹਾਂ ਹਾਂ ਮੰਮੀ, ਮੈਂ ਤਾਂ ਠੀਕ ਹਾਂ, ਤੁਸੀਂ ਦੱਸੋ? ਠੀਕ ਹਾਂ ਬਸ, ਜਿਹੜੀ ਨੇ ਫੋਨ ਲਾ ਲਿਆ, ਤੂੰ ਨਾ ਫੋਨ ਲਾਇਆ ਕਰ ਇੱਧਰੋਂ। ਓਹੋ ਮੰਮੀ, ਕੰਮਾਂ ਕਾਰਾਂ 'ਚ ਇੰਨੀ ਬਿਜ਼ੀ ਹੁੰਦੀ ਹਾਂ ਨਾ, ਤੈਨੂੰ ਪਤਾ ਘਰੇ ਹੋਰ ਕੋਈ ਹੈ ਨਹੀਂ ਕੰਮ ਕਰਨ ਵਾਲਾ। ਅੱਛਾ, ਹੋਰ ਸਾਰਾ ਪਰਿਵਾਰ ਠੀਕ ਹੈ? ਹਾਂਜੀ ਮੰਮੀ, ਠੀਕ ਨੇ ਸਾਰੇ। ਕੱਲੀ ਤਾਂ ਹੈਗੀ ਆ ਪੁੱਤ, ਮਾਂ ਨੂੰ ਵੀ ਯਾਦ ਕਰ ਲਿਆ ਕਰੋ। ਤੁਸੀਂ ਤਾਂ ਜਮਾਂ ਹੀ ਐਂ ਕਹਿਤਾ ਵੀ ਬਸ ਕੇਰਾਂ ਵਿਆਹ ਕੇ ਕੀ ਤੋਰਤਾ ਤੈਨੂੰ, ਭੁੱਲ ਹੀ ਗਈ ਤੂੰ ਤਾਂ ਮੈਨੂੰ। ਲੈ ਮੰਮੀ, ਮਾਵਾਂ ਕਦੇ ਭੁੱਲਦੀਆਂ ਹੁੰਦੀਆਂ ਨੇ, ਮੈਂ ਕਦੋਂ ਭੁੱਲੀ ਆਂ ਤੈਨੂੰ? ਹਾਂ ਮੈਨੂੰ ਤਾਂ ਲੱਗਦਾ ਭਾਈ ਭੁੱਲ ਗਈ, ਉਧਰੋਂ ਤਾਂ ਇਹ ਦੋਨੇ ਭਰਾ ਅੱਡ ਹੋ ਗਏ, ਉਧਰੋਂ ਤੂੰ ਨਹੀਂ ਯਾਦ ਕਰਦੀ। ਮੈਨੂੰ ਤਾਂ ਭਾਈ ਬਾਲੀਆਂ ਚੜ੍ਹਦੀਆਂ ਉਤਰਦੀਆਂ, ਦਿਮਾਗ ਨੂੰ ਵੀ ਪਤਾ ਨਹੀਂ ਕਿਉਂ ਮੇਰੀ ਲਾਦ ਇਹੋ ਜਿਹੀ ਨਿਕਲ ਗਈ ਵੀ ਮਾਂ ਹੀ ਨਹੀਂ ਯਾਦ ਆਉਂਦੀ ਇਹਨਾਂ ਨੇ ਤਾਂ। ਬਸ ਮੰਮੀ, ਤਾਂ ਹੀ ਤਾਂ ਮੇਰਾ ਨਿੱਜੀ ਕਰਦਾ ਉਹਨੂੰ। ਤੇਰਾ ਜੀ ਤਾਂ ਨਹੀਂ ਕਰਦਾ ਪੁੱਤ, ਮੈਂ ਤਾਂ ਡੀਕਦੀ ਹਾਂ। ਤੂੰ ਮੇਰੇ ਕੰਨੀ ਤਾਂ ਵੇਖ ਲਿਆ ਕਰ ਵੀ ਮੇਰੀ ਮਾਂ ਜੇ ਆਉਂਦੀ ਬੈਠੀ ਆ, ਜਿੰਨਾ ਚਿਰ ਓਨਾ ਚਿਰ ਤਾਂ ਆ ਜਦੋਂ ਭਾਈ ਮੈਂ ਮਰ ਗਈ, ਉਦੋਂ ਬਾਅਦ ਜਿਹੋ ਜਿਹਾ ਤੇਰੇ ਨਾਲ ਵਰਤਣਗੇ ਉਹੋ ਜਿਹਾ ਜੀ। ਮੰਮੀ ਤੂੰ ਇਹੋ ਜਿਹੀ ਗੱਲਾਂ ਕਿਉਂ ਕਰਦੀ ਹੁੰਨੀ ਆ, ਨਾਲੇ ਮੇਰਾ ਚਿੱਤ ਖਰਾਬ ਕਰਦੀ ਆ, ਨਾਲੇ ਤੈਨੂੰ ਕਿਉਂ ਕੁਛ ਹੋਵੇ? ਹੋਰ ਪੁੱਤ ਫਿਰ ਮੈਂ ਕੀ ਕਰਾਂ, ਜੇ ਉਧਰ ਜਾਨੀ ਆ ਤਾਂ ਉਹਨਾਂ ਨੂੰ ਸੁੰਡਗਾ ਚੜਿਆ ਰਹਿੰਦਾ, ਜੇ ਇੱਧਰ ਆ ਤਾਂ ਇਹ ਆਪਦੇ ਕੰਮਾਂ 'ਚ ਵੀ ਚੱਲ ਬੁੜੀ ਬੈਠੀ ਆ ਬੈਠੀ ਰਹਿਣ ਦੇ। ਮੈਂ ਤਾਂ ਤੇਰੀ ਉਡੀਕ ਹੀ ਕਰਦੀ ਹਾਂ ਵੀ ਜੇ ਮੇਰੀ ਧੀ ਆਵੇ ਤਾਂ ਆਪਦੀ ਧੀ ਨਾਲ ਕੋਈ ਦੁੱਖ ਸੁੱਖ ਕਰਾਂ। ਮੰਮੀ ਮੇਰਾ ਤਾਪਮਾਨ ਦੁਖੀ ਹੁੰਦਾ, ਕਿੱਥੇ ਤਾਂ ਇਕੱਠੇ ਸੀਗੇ, ਇੱਕ ਘਰ 'ਚ ਮਿਲ ਕੇ ਚਲੀ ਜਾਂਦੀ ਸੀ, ਕਿਤੇ ਹੁਣ ਦੋਨੇ ਭਰਾ ਅੱਡ ਅੱਡ ਹੋ ਗਏ ਤਾਂ ਅੱਡ ਅੱਡ ਘਰਾਂ 'ਚ ਜਾਣਾ ਪੈਂਦਾ। ਤਾਂ ਹੀ ਤਾਂ ਤੈਨੂੰ ਕਹਿੰਦੀ ਹਾਂ ਪੁੱਤ ਵੀ ਤੂੰ ਆ ਜਾਏਗੀ, ਮੈਂ ਤੇਰੇ ਨਾਲ ਚਾਰ ਗੱਲਾਂ ਕਰ ਲੂੰਗੀ। ਮਨ ਤਾਂ ਮੇਰਾ ਵੀ ਬਥੇਰਾ ਦੁਖੀ ਹੁੰਦਾ, ਕਿਹੜੀ ਮਾਂ ਕਹਿੰਦੀ ਹੁੰਦੀ ਆ ਵੀ ਮੇਰੇ ਪੁੱਤ ਅੱਡੋ ਅੱਡੀ ਹੋ ਜਾਣ। ਮਾਂ ਪਿਓ ਤਾਂ ਆਈ ਚਾਹੁੰਦਾ ਹੁੰਦਾ ਵੀ ਆਈ ਇਕੱਠ ਬਣਿਆ ਰਹੇ ਤੇ ਆਈ ਹੱਸਦਾ ਖੇਡਦਾ ਪਰਿਵਾਰ ਰਹੇ। ਬਾਕੀ ਤੈਨੂੰ ਪਤਾ ਪੁੱਤ, ਜਦੋਂ ਵਿਆਹੇ ਜਾਂਦੇ ਆ ਉਦੋਂ ਬਦਲ ਜਾਂਦੇ ਆ ਪੁੱਤ ਵੀ। ਹੋਰ ਮੰਮੀ, ਚੱਲ ਕੋਈ ਨਾ, ਇਹ ਆਉਂਦੇ ਆ ਡਿਊਟੀ ਤੋਂ, ਤੇ ਇਹਨਾਂ ਨਾਲ ਗੱਲ ਕਰਕੇ ਨਾ ਫਿਰ ਮੈਂ ਦੱਸ ਦੂੰਗੀ ਤੈਨੂੰ ਆਉਣ ਬਾਰੇ। ਹੈ ਹਾਂ ਪੁੱਤ, ਆ ਜੀ ਤੂੰ ਜ਼ਰੂਰ। ਚੰਗਾ, ਜ਼ਰੂਰ ਮਿਲ ਕੇ ਜਾਊਂਗੀ ਮਾਂ ਤੈਨੂੰ ਮੈਂ। ਹਾਂ ਪੁੱਤ, ਚੰਗਾ। ਮੰਮੀ ਮੈਂ ਇਹ ਕਹਿੰਦੀ ਸੀ, ਤੈਨੂੰ ਪਤਾ ਜਦੋਂ ਆਪਾਂ ਨਵਾਂ ਘਰ ਪਾਇਆ ਸੀ, ਪਾਠ ਕਰਾਇਆ ਸੀ, ਵੀਡੀਓ ਹਜੇ ਤਾਂ ਆਈ ਨਹੀਂ ਹੈਗੀ ਸੀ ਨਾ, ਤੈਨੂੰ ਪਤਾ ਆਪਸ ਵਿੱਚ ਬੋਲਦੇ ਨਹੀਂ ਹੈਗੇ ਸੀ, ਤੇ ਮੈਂ ਨਾ ਇਸਤੇ ਕੱਪੜਾ ਲੀੜਾ ਲਿਆਵਾਂ। ਹਾਂ ਲਿਆਈ ਪੁੱਤ, ਕੋਈ ਨਹੀਂ, ਠੀਕ ਆ ਮਾਂ। ਹਾਂ ਜਿਵੇਂ ਤੈਨੂੰ ਲੋਟ ਲੱਗਦਾ, ਤੂੰ ਆਪਦੇ ਭੈਣ ਭਰਾਵਾਂ ਨਾਲ ਜਿਵੇਂ ਵਰਤਣਾ ਉਵੇਂ ਵਰਤ ਲੈ ਖੁਸ਼ ਹੋ ਕੇ। ਠੀਕ ਹੈ ਮੰਮੀ। ਹਾਂ ਤੈਨੂੰ ਤਾਂ ਪੁੱਤ ਦੋਨੇ ਇੱਕੋ ਜਿਹੇ ਆ। ਹਾਂ ਮੰਮੀ, ਮੈਨੂੰ ਤਾਂ ਦੋਨੇ ਇੱਕੋ ਜਿਹੇ। ਹਾਂ ਤੂੰ ਨਾ ਕਿਸੇ ਗੱਲੋਂ ਵੀ ਫਰਕ ਪਾਈ ਇਹਨਾਂ ਵਿੱਚ, ਤੇ ਬਸ ਤੈਨੂੰ ਤਾਂ ਤੂੰ ਤਾਂ ਇਕੱਲੀ ਭੈਣ ਆ ਇਹਨਾਂ ਦੀ ਭਾਈ। ਚੱਲ ਜਿਹੋ ਜਿਹਾ ਤੈਨੂੰ ਸਮਝਣਗੇ ਠੀਕ ਹੈ, ਹਨਾ, ਜਿਹੋ ਜਿਹਾ ਆਉਣ ਜਾਣਗੇ ਠੀਕ ਹੈ। ਬਾਕੀ ਮੇਰਾ ਤਾਂ ਜਿਹੜਾ ਹੈਗਾ ਮਾਂ ਪਿਓ ਦਾ, ਉਹ ਤਾਂ ਮੈਂ ਤਾਂ ਭਾਈ ਤੇਰੇ ਕੋਲ ਆਉਣਾ ਜਾਣਾ ਹੀ ਆ ਹੁਣ, ਤੇ ਹਾਂ ਤੈਨੂੰ ਨਾ ਪਰ ਐਂ ਕਹਿਣ ਵੀ ਭੈਣ ਕਿਸੇ ਗੱਲੋਂ ਫਰਕ ਕਰਦੀ ਆ ਸਾਡੇ ਨਾਲ। ਨਾ ਨਾ ਮੰਮੀ, ਮੈਂ ਭਰਾਵਾਂ 'ਚ ਕਿਉਂ ਫਰਕ ਕਰੂੰਗੀ ਆਪਦਿਆਂ 'ਚ। ਹਾਂ ਠੀਕ ਹੈ ਪੁੱਤ, ਹਾਂ ਆ ਜੀ, ਚੱਲ ਚੰਗਾ ਪੁੱਤ। ਵਿਚਾਰੀ ਮੇਰੀ ਮਾਂ, ਇਹ ਵੀ ਕਿੰਨੀ ਦੁਖੀ ਆ, ਦੋਨਾਂ ਭਰਾਵਾਂ ਦੀ ਲੜਾਈ ਨੇ ਨਾ ਮੇਰੀ ਮਾਂ ਨੂੰ ਵੀ ਵੰਡਤਾ, ਇਹਨਾਂ ਨੇ ਤਾਂ ਸਾਡੇ ਬਾਰੇ ਵੀ ਨਹੀਂ ਸੋਚਿਆ, ਨਾ ਸਾਡਾ ਕੀ ਕਸੂਰ ਸੀ, ਲੜੇ ਤਾਂ ਆਪ ਸੀ, ਨਾਲੇ ਅੱਡ ਹੋਣ ਦੀ ਕੀ ਲੋੜ ਸੀਗੀ। ਹੁਣ ਤਾਂ ਮਾਂ ਕੋਲ ਜਾ ਕੇ ਆਉਂਗੀ, ਵਿਚਾਰੀ ਕਿੰਨੀ ਦੁਖੀ ਹੁੰਦੀ ਆ, ਇਹਨਾਂ ਨਾਲ ਗੱਲ ਕਰਦੀ ਹਾਂ ਵੀ ਮੈਨੂੰ ਛੱਡ ਕੇ ਆਉਣ, ਦੋ ਚਾਰ ਦਿਨ ਲਾ ਕੇ ਆਉਂਗੀ ਹੁਣ ਮੈਂ। ਸਾਰਾ ਦਿਨ ਖਰਾਬ ਕਰਤਾ, ਇੰਨਾ ਵਧੀਆ ਮੌਸਮ ਸੀ, ਜਵਾਕਾਂ ਨੂੰ ਵੀ ਅੱਜ ਕਿਹਾ ਸੀ ਖੇਡ ਲਓ ਖੇਡ ਲਓ ਖੇਡ ਲਓ, ਫੋਨ ਚੱਕ ਕੇ ਆ ਜਾਣਗੇ, ਨਾ ਖੇਡਦੇ ਆ ਫੋਨਾਂ ਨੇ ਪੱਟਦੇ ਜਵਾਕ। ਕਿੰਨਾ ਸਮਝਾਉਣਾ ਜਵਾਕਾਂ ਨੂੰ ਵੀ ਫਿਜ਼ੀਕਲ ਐਜੂਕੇਸ਼ਨ ਜ਼ਰੂਰੀ ਆ ਸਿਹਤ ਵਾਸਤੇ। ਉਹ ਮਨਿੰਦਰ ਲਿਆ ਪਾਣੀ, ਕੀ ਕਰਨ ਲੱਗ ਗਈ ਕੀ ਗੱਲ, ਉਹ ਗੱਲ ਹੀ ਬੋਲੀ ਜਾਂਦੇ ਆ। ਬੋਲਾਂ ਨਾ, ਆ ਜਵਾਕਾਂ ਦੀ ਗੱਲ ਕਰਦਾ, ਸਕੂਲ 'ਚ ਬੁਲਾਏ ਸੀ ਅੱਜ ਖੇਡਣ ਵਾਸਤੇ। ਅੱਛਾ, ਹੈਂ, ਮੈਂ ਕਿਹਾ ਵੀ ਖੇਡੋ, ਦਿਖਾਓ ਕਲਾ ਤੁਹਾਡੇ 'ਚ ਕੀ ਹੈਗੀ ਹੈ ਕੀ ਨਹੀਂ। ਉਹ ਜਵਾਕ ਜੇ ਕਿੱਥੇ ਸੁਣਦੇ ਆ, ਫੋਨ ਲੈ ਕੇ ਆ ਜਾਂਦੇ, ਚਾਰ ਇੱਧਰਲੇ ਖੂੰਜੇ 'ਚ ਬਹਿ ਜਾਂਦੇ ਆ, ਚਾਰ ਇੱਧਰਲੇ ਖੂੰਜੇ 'ਚ ਬਹਿ ਜਾਂਦੇ ਆ।
ਅੱਜ ਕੱਲ ਮਾਂ ਪਿਓ ਨਹੀਂ ਸੋਚਦੇ ਹੈਗੇ, ਮਾਂ ਪਿਓ ਨੂੰ ਚਾਹੀਦਾ ਵੀ ਜਵਾਕਾਂ ਨੂੰ ਫੋਨ ਨਾ ਫੜਾਉਣ ਤੇ ਖੇਡਾਂ ਵੱਲ ਲਾਉਣ। ਓਹੀ ਤਾਂ ਗੱਲ ਹੈ, ਘਰਦਿਆਂ ਨੂੰ ਸਮਝਾਉਣਾ ਚਾਹੀਦਾ ਆ ਫੋਨ ਲੈ ਕੇ ਦੇ ਦੇ 50,000 ਦੇ, ਉੱਥੇ ਬਹਿ ਜਾਂਦੇ ਆ ਚਾਰ ਜਵਾਕ ਦੇ ਠੂ 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 ਉੱਧਰ ਬਹਿ ਜਾਂਦੇ ਆ, ਆ ਨਵੀਂ ਗੇਮ ਜੀ ਆਈ ਆ ਪਬਜੀ ਉਹ ਚ ਲੱਗੇ ਰਹਿਣਗੇ, ਆ ਗਰਾਊਂਡ ਨੇ ਤਾਂ ਮੂੰਹ ਨਹੀਂ ਕਰਦੇ। ਨਾ ਤੁਹਾਡੇ ਵਰਗੇ ਡੀਪੀ ਮਾਸਟਰ ਹੁਣ ਫਿਰ ਤਾਂ ਜਵਾਕ ਖੇਡ ਲੈ, ਨਾ ਤੁਹਾਡਾ ਕੋਈ ਇੰਨਾ ਰੋਹਬ ਵੀ ਨਹੀਂ ਹੈਗਾ। ਰੋਹਬ ਵਾਲੀ ਗੱਲ ਨਹੀਂ, ਜੇ ਕਿਸੇ ਜਵਾਕ ਨੂੰ ਕੁੱਟ ਦਿੰਦੇ ਆ ਉਹਦੇ ਮਾਂ ਪਿਓ ਨੂੰ ਸੱਦ ਲਿਆਉਂਦਾ ਵੀ ਇਹਨੇ ਕੁੱਟਿਆ, ਗੱਲ ਨੂੰ ਪੈਂਦੇ ਆ ਜਵਾਕ, ਉਧਰੋਂ ਮਾਂ ਪਿਓ ਸ਼ਾਇਦ ਹੁੰਦੇ ਆ। ਤੁਸੀਂ ਇਹ ਗੱਲ ਨਾ ਆਪਦੀਆਂ ਸਕੂਲ ਵਾਲੀਆਂ ਆਪਦੇ ਕੋਲ ਰੱਖਿਆ ਕਰੋ, ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀਗੀ। ਹਾਂ ਦੱਸ ਤੂੰ ਕਰ ਲੈ ਗੱਲ। ਮੰਮੀ ਦਾ ਫੋਨ ਆਇਆ ਸੀ ਅੱਜ, ਬਾਹਲਾ ਬਿਲਕਦੀ ਸੀਗੀ, ਕਹਿੰਦੀ ਮੇਰਾ ਜੀ ਨਹੀਂ ਲੱਗਦਾ ਮੈਨੂੰ ਇੱਕ ਵਾਰੀ ਆ ਕੇ ਮਿਲ ਜਾ। ਬਿਲਕਣਾ ਹੀ ਆਉਣੇ ਜਦੋਂ ਜਵਾਕਾਂ ਨੇ ਤਾਂ ਹੁਣ ਐਡਾ ਕੰਮ ਕਰਤਾ, ਕੀ ਲੋੜ ਸੀ ਅੱਡ ਹੋਣ ਦੀ। ਹੁਣ ਕੀ ਪਤਾ, ਪਤਾ ਕਿਉਂ ਨਹੀਂ, ਹੁਣ ਤੈਨੂੰ ਤਾਂ ਪਤਾ ਹੀ ਉਹ ਕੱਲੀ ਕੱਲੀ ਗੱਲ ਦੱਸੀ ਹੋਣੀ ਆ ਬੇਬੇ ਨੇ, ਕਿਉਂ ਲੜਿਆ ਕਾਹਦੇ ਵਾਸਤੇ ਲੜਿਆ। ਨਹੀਂ ਦੱਸੀ, ਜੇ ਪਤਾ ਹੁੰਦਾ ਦੱਸ ਨਾ ਦਿੰਦੀ ਤੁਹਾਨੂੰ, ਤੁਹਾਡੇ ਤੋਂ ਕਾਹਦਾ ਲੁਕੋ ਸੀਗਾ। ਨਾ ਫਿਰ ਹੁਣ ਤੂੰ ਕੀ ਕਰੇਂਗੀ ਉੱਥੇ ਜਾ ਕੇ? ਹੈ ਲੈ ਮੇਰਾ ਪੇਕਾ, ਉਹ ਪੇਕਾ ਤਾਂ ਹੈਗਾ ਗਾ, ਤੈਨੂੰ ਪਤਾ ਬੇਬੇ ਘਰੇ ਹੈ ਨੀਗੀ, ਬਾਕੀ ਦੇਖ ਲਾ ਅੱਜ ਕੱਲ੍ਹ ਚੋਰੀਆਂ ਚੱਪਿਆਂ ਦਾ ਟਾਈਮ ਆ, ਮੈਂ ਤਾਂ ਆਪ ਹੁਣ ਸ਼ਾਮ ਨੂੰ ਸਵੇਰੇ ਗਰਾਊਂਡ 'ਚ ਜਾਂਦਾ ਜਵਾਕਾਂ ਨੂੰ ਖੜਾਉਣ ਵਾਸਤੇ। ਫਿਰ ਕੈਮਰੇ ਕਾਹਦੇ ਵਾਸਤੇ ਲਵਾਏ ਆ? ਉਹ ਕੈਮਰੇ ਤਾਂ ਲਵਾਏ ਆ, ਕੈਮਰੇ ਕੁਮਰੇ ਤਾਂ ਹੀ ਲੱਗੇ ਰਹਿ ਜਾਂਦੇ ਆ, ਸਮਾਨ ਚੱਕ ਕੇ ਲੈ ਜਾਂਦੇ ਆ, ਚੋਰ ਬਾਅਦ 'ਚ ਨਹੀਂ ਕਿਸੇ ਦੀ ਪੁੱਛ ਪੜਤਾਲ ਹੁੰਦੀ। ਪਹਿਲਾਂ ਹੀ 4-5 ਮਹੀਨੇ ਹੋ ਗਏ ਮੈਂ ਜਾ ਕੇ ਨਹੀਂ ਆਈ ਹੈਗੀ। ਉਹ ਜਾ ਤਾਂ ਆਈ, ਫਿਰ ਮੈਂ ਤਾਂ ਤੈਨੂੰ ਐਂ ਕਹਿੰਦਾ ਸੀ ਇਹ ਜਾਣਾ ਤਾਂ ਹੱਥ ਨੂੰ ਮੁੜਿਆ ਜਾ ਵੜ। ਲੈ ਹੁਣ ਇੱਕ ਤਾਂ ਇੰਨੇ ਟਾਈਮ ਬਾਅਦ ਜਾਊਂਗੀ, ਹੁਣ ਹੱਥ ਨੂੰ ਹੀ ਮੁੜਿਆ ਵਾਂ, ਮੈਂ ਤਾਂ 2-4 ਦਿਨ ਲਾ ਕੇ ਆਊਂਗੀ ਜੇ ਗਈ ਤਾਂ। 2-4 ਦਿਨਾਂ ਦਾ ਕਿਵੇਂ ਲੋਟਾਊਗਾ, ਆਪਾਂ ਆਪਣਾ ਘਰ ਵੀ ਦੇਖਣਾ, ਜਦੋਂ ਬੇਬੇ ਹੈ ਨੀ ਗੀ ਰੋਟੀ ਕੌਣ ਬਣਾਊਗਾ? ਬੇਬੇ ਨੂੰ ਕਰ ਦੂੰਗੀ ਮੈਂ ਫੋਨ, ਬੇਬੇ ਆ ਜੂਗੀ, ਤੁਸੀਂ ਛੱਡਿਓ ਨਾ ਮੈਨੂੰ। ਹੁਣ ਤੂੰ ਮੰਨਣਾ ਤਾਂ ਹੈ ਨੀਗਾ ਨਾ, ਉੱਥੇ ਜਾ ਕੇ ਕਰੇਗੀ ਕੀ? ਛੋਟੇ ਨਹੀਂ ਜਾਏਗੀ ਵੱਡਾ ਮੂੰਹ ਬਣਾ ਲੂਗਾ, ਵੱਡੇ ਨਹੀਂ ਜਾਏਗੀ ਛੋਟਾ ਮੂੰਹ ਬਣਾ ਲੂਗਾ। ਕਿਉਂ ਮੂੰਹ ਕਿਉਂ ਬਣਾਉਣਗੇ, ਆਪਸ ਵਿੱਚ ਲੜਿਆ, ਮੇਰੇ ਨਾਲ ਤਾਂ ਨਹੀਂ ਲੜੇ ਹੈਗੇ, ਮੈਨੂੰ ਤਾਂ ਓਨਾ ਹੀ ਪਿਆਰ ਕਰਦੇ ਜਿੰਨਾ ਪਹਿਲਾਂ ਕਰਦੇ ਸੀਗੇ। ਉਹ ਚੱਲ ਕੋਈ ਨਾ, ਮੈਂ ਤਾਂ ਕਹਿੰਦਾ ਬੱਦਲਬਾਈ ਜੀ ਹੋਈ ਪਈ ਆ, ਕਣੀਆਂ ਡਿੱਗਣ ਲੱਗ ਗਈਆਂ, ਕੀ ਕਰੇਂਗੀ ਜਾ ਕੇ? ਅੱਜ ਦਿਨ ਤੂੰ ਇੱਥੇ ਰਹਿ, ਕੱਲ ਨੂੰ ਜਾ ਆਪਣੀ, ਕੱਲ ਨੂੰ ਨਾਲੇ ਐਤਵਾਰ। ਤੁਸੀਂ ਮੰਨਦੇ ਕਿਉਂ ਨਹੀਂ ਹੁੰਦੇ, ਹਰ ਇੱਕ ਗੱਲ ਤੇ ਅੜੀ ਕਰਕੇ ਬਹਿ ਜਾਂਦੇ ਹੋ। ਮੈਂ ਵੀ ਤੇਰੇ ਨਾਲ ਚੱਲ ਵੜੂੰਗਾ, ਕੱਲ ਨੂੰ ਚੱਲ ਵੜਾਂਗੇ। ਹੁਣ ਤਾਂ ਤੁਸੀਂ ਜਾਓਗੇ ਮੇਰੇ ਨਾਲ, ਗੱਡੀ 'ਚ ਛੱਡ ਆਇਓ। ਚੱਲ ਚੰਗਾ ਜਾ, ਫਿਰ ਮੈਂ ਤਿਆਰ ਹੁੰਦੀ ਹਾਂ। ਹੋ ਜਾ ਤਿਆਰ, ਨਾਲੇ ਬਾਜ਼ਾਰ ਨਾ ਕੱਪੜੇ ਲੈਣੇ ਵੀਡੀਓ ਵਾਸਤੇ। ਕੱਪੜਿਆਂ ਦਾ ਕੀ ਕਰਨਾ, ਉਹ ਜਦੋਂ ਆਪਾਂ ਪਾਠ ਰਖਾਇਆ ਸੀ ਉਦੋਂ ਉਹਨਾਂ ਤੋਂ ਆਇਆ ਨਹੀਂ ਗਿਆ ਸੀ ਨਾ, ਫਿਰ ਮੇਰਾ ਤਾਂ ਹੱਕ ਬਣਦਾ ਹੀ ਨਾ ਕੱਪੜੇ ਲੀੜੇ ਦਾ। ਨਾ ਉਹ ਤਾਂ ਆਪਣੇ ਆਉਂਦੇ ਨੇ, ਤੂੰ ਇੱਥੋਂ ਘਰ ਲਟਾ ਲਟਾ ਕੇ ਉਹਨਾਂ ਨੂੰ ਦੇਈ ਜਾਨੀ ਆ। ਇਹ 'ਚ ਘਰ ਲਟਾਉਣ ਵਾਲੀ ਕਿਹੜੀ ਗੱਲ ਆ, ਫਿਰ ਘਰ ਲਟਾਉਣ ਵਾਲੀ ਗੱਲ ਹੀ ਹੋਗੀ। ਜੇ ਇਹਨਾਂ ਨੇ ਮੈਨੂੰ ਖੁਸ਼ੀ ਮਿਲਦੀ ਆ ਫਿਰ ਤੁਹਾਨੂੰ ਕੀ ਪ੍ਰੋਬਲਮ ਆ, ਨਾਲੇ ਹੱਕ ਬਣਦਾ ਮੇਰਾ, ਮੈਂ ਤਾਂ ਲੈ ਕੇ ਜਾਊਂਗੀ। ਓਏ ਹੱਕ ਤਾਂ ਤੇਰੇ ਭਰਾ ਦਾ ਵੀ ਬਣਦਾ ਸੀਗਾ, ਇੱਕ ਤਾਂ ਆ ਜਾਂਦਾ ਉਰੇ ਜਦੋਂ ਆਪਾਂ ਕਾਰਜ ਰਖਾਇਆ ਸੀਗਾ। ਚੱਲ ਕੋਈ ਨਾ, ਜਦੋਂ ਲੜੇ ਹੋਏ ਸੀਗੇ। ਆਹੋ ਲੜੇ ਹੋਏ ਸੀ, ਮੇਰੇ ਨਾਲ ਤਾਂ ਨਹੀਂ ਲੜੇ ਸੀਗੇ, ਪ੍ਰਾਹੁਣੇ ਦੀ ਬੇਇੱਜ਼ਤੀ ਕਰਦੇ ਆ ਉਹ ਜਾਣ ਕੇ, ਮੈਨੂੰ ਪਤਾ ਹੀ ਆ। ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਅੱਜ ਆਪਾਂ ਹੁਣ ਚੱਲਦੇ ਹਾਂ। ਚੱਲਦੇ ਹਾਂ, ਮੈਨੂੰ ਤਾਂ ਜਾਣਾ ਹੀ ਪਊਗਾ। ਚਲੋ ਮੈਂ ਤਿਆਰੀ ਕਰਦੀ ਹਾਂ। ਕਰ ਲਾ ਤਿਆਰੀ, ਮੈਂ ਵੀ ਕਰਦਾ ਗੱਡੀ ਜੀ ਸਾਹਿਬ। ਹੱਥ ਨੇ ਜਾਣਾ ਸੀ ਜਵਾਕਾਂ ਨੂੰ ਪੜ੍ਹਾਉਣ, ਇਹ ਕਿੱਥੇ ਪੜ੍ਹਾਉਣ ਦਿੰਦੀ ਆ। ਪਰਮ ਪੁੱਤ ਉਰੇ ਆ ਗੱਲ ਸੁਣ। ਹਾਂਜੀ ਮੰਮੀ ਜੀ। ਬਹਿ ਜਾ ਪੁੱਤ। ਹਾਂਜੀ ਦੱਸੋ। ਮੈਂ ਤੈਨੂੰ ਐਂ ਕਹਿੰਦੀ ਸੀ ਵੀ ਅੱਜ ਮਨਿੰਦਰ ਨੇ ਤੇ ਮਨਿੰਦਰ ਦੇ ਪ੍ਰਾਹੁਣੇ ਨੇ ਆਉਣਾ। ਉਹਨਾਂ ਨੇ ਆਉਣਾ ਅੱਜ? ਹਾਂ ਪੁੱਤ, ਕਿਉਂ ਵਾਲੀ ਕੀ ਗੱਲ ਹੈ, ਉਹਦੇ ਪੇਕਿਆਂ ਦਾ ਘਰ ਹੈ, ਮਿਲਣ ਆਉਣਗੇ। ਹਾਂਜੀ ਮੰਮੀ ਜੀ ਆ ਸਕਦੇ, ਮੈਂ ਕਿਹਾ ਵੀ ਅਚਾਨਕ ਹੀ ਇੱਕਦਮ ਤੁਸੀਂ ਦੱਸਤਾ ਨਾ ਤਾਂ ਕਰਕੇ। ਨਹੀਂ ਨਹੀਂ ਮੈਂ ਫੋਨ ਕੀਤਾ ਸੀ ਉਹਨਾਂ ਨੂੰ, ਮੈਂ ਹੀ ਆਖਿਆ ਸੀ ਵੀ ਤੁਸੀਂ ਮਿਲ ਜਾਓ। ਠੀਕ ਹੈ ਮੰਮੀ ਜੀ, ਤੁਸੀਂ ਦੱਸ ਦਿਓ ਵੀ ਕੀ ਬਣਾਉਣਾ ਫਿਰ ਅੱਜ। ਹਾਂ ਕੋਈ ਸਬਜ਼ੀ ਮੰਗਾ ਲਾ ਕੁਲਦੀਪ ਤੋਂ, ਤੇ ਨਾਲੇ ਕੋਈ ਜੇ ਪ੍ਰਸ਼ਾਦ ਬਣਾਉਣਾ ਪ੍ਰਸ਼ਾਦ ਬਣਾ ਲਈ, ਨਹੀਂ ਖੀਰ ਬਣਾ ਲਈ। ਠੀਕ ਹੈ ਮੰਮੀ ਜੀ, ਤੇ ਹੋਰ ਦੀਦੀ ਹੋਰੇ ਰਹਿਣਗੇ ਅੱਜ ਫਿਰ? ਉਹ ਦੀਦੀ ਤਾਂ ਰਹੂਗੀ ਭਾਈ ਤੇਰੀ, ਤੇ ਆਪਣਾ ਆਕਾਸ਼ ਮੁੜ ਜਾਊਗਾ ਛੱਡ ਕੇ, ਫਿਰ ਉਹਨੇ ਸਵੇਰੇ ਸਕੂਲ ਜਾਣਾ ਨਾ। ਠੀਕ ਹੈ ਮੰਮੀ ਜੀ, ਫਿਰ ਮੈਂ ਤਿਆਰੀ ਕਰ ਲੈਣੀ ਅੱਜ ਸਮਾਨ ਨੂੰ। ਹਾਂ ਤੇ ਨਾਲੇ ਕੁਲਦੀਪ ਨੂੰ ਭੇਜ ਮੇਰੇ ਕੋਲੇ, ਉਹਨੂੰ ਕਹਿ ਦਿਆਂ ਮੈਂ। ਠੀਕ ਹੈ ਮੰਮੀ ਜੀ। ਹਾਂ ਉਹਨੂੰ ਵੀ ਦੱਸ ਦਿਆਂ। ਹਾਂ ਤੇ ਨਾਲੇ ਘੁੱਟ ਕੇ ਚਾਹ ਬਣਾ ਲੈ ਮੇਰੇ ਵਾਸਤੇ, ਚੰਗਾ? ਠੀਕ ਹੈ ਮੰਮੀ ਜੀ।
ਮਸਾ ਕੰਮ ਨਿਬੇੜਿਆ ਸੀ, ਹੁਣ ਉਹ ਆਂਦੇ। ਮੰਮੀ ਜੀ ਵੀ ਨਾ ਦੱਸਦੇ ਕਰਦੇ ਹੈ ਨਹੀਂ। ਕੀ ਹੋ ਗਿਆ ਤੈਨੂੰ? ਕੀ ਹੋਣਾ ਸੀ, ਉਹ ਭੈਣ ਹੋਰੀ ਆਂਦੀ ਨੇ। ਤੇ ਭੈਣ ਹੋਰੀ ਆਉਂਦੇ ਫਿਰ ਇਹ ਕਿੱਡਾ ਕੁ ਮਾੜਾ ਹੋ ਗਿਆ ਕੰਮ? ਚੱਲ ਨਹੀਂ ਮਾੜਾ ਤਾਂ, ਜਾ ਤੁਹਾਡੀ ਮੰਮੀ ਬੁਲਾਈ ਜਾਂਦੇ। ਮੰਮੀ ਤਾਂ ਬੁਲਾਈ ਜਾਂਦੇ, ਕੋਈ ਨਹੀਂ ਵਗ ਜੂੰਗਾ। ਫਿਰ ਤੂੰ ਐ ਮੂੰਹ ਕਿਉਂ ਬਣਾ ਲਿਆ ਮੈਨੂੰ, ਐ ਦੱਸ। ਬਸ ਕੁਛ ਨਹੀਂ ਹੋਇਆ। ਤਾਂ ਵੀ ਕੁਛ ਤਾਂ ਹੋਏ ਹੋਊ, ਤੇਰੇ ਕਾਹਦੋਂ ਸੂਲ ਹੁੰਦਾ ਆਉਂਦੀ ਭੈਣਾ। ਤੈਨੂੰ ਤਾਂ ਵਧੀਆ ਲੱਗਣਾ ਹੀ ਆ, ਮਸਾ ਤਾਂ ਮੈਂ ਸਾਰਾ ਕੰਮ ਨਿਬੇੜਿਆ ਸੀ, ਹੁਣ ਫੇਰ ਸਾਰੇ ਦਿਨ ਰਸੋਈ 'ਚ ਖੱਪਣਾ ਪਊਗਾ ਮੈਨੂੰ। ਉਹ ਫਿਰ ਕੀ ਹੋ ਗਿਆ, ਜੇ ਕੰਮ ਕਰਨਾ ਪਊਗਾ ਰੋਜ਼ ਵਿਹਲੀ ਰਹਿੰਦੀ ਆ, ਮਾੜਾ ਮੋਟਾ ਜੰਗ ਹਲਾ ਲੇਂਗੀ ਫਿਰ ਕੀ ਆ। ਜੋ ਰਿਸ਼ਤੇਦਾਰਾਂ ਨੇ ਉਹਨਾਂ ਉਹ ਤਰ੍ਹਾਂ ਹੀ ਹਾਲ ਹੁੰਦਾ, ਮੂੰਹ ਬਣਾ ਕੇ ਬਹਿ ਜਾਂਦੀ ਆ ਯਾਰ। ਆਉਣਾ ਸੀ ਤਾਂ ਇਕੱਲੀ ਆ ਜਾਂਦੀ, ਉਹ ਨਾਲ ਪਰਾਉਣੇ ਜੀ ਨੂੰ ਚੱਕ ਲਿਓਗੇ, ਰਾਤ ਨੂੰ ਦਾਰੂ ਪੀ ਕੇ ਇੱਥੇ ਤੰਗ ਕਰੀ ਜਾਊਗਾ। ਉਹ ਕੋਈ ਤੰਗ ਨਹੀਂ ਕਰਦਾ, ਲਾ ਲਾਂ ਘੁੱਟ ਮੈਨੂੰ ਵੀ ਬਾਹਲੇ ਦਿਨ ਹੋ ਗਏ ਲਾਈ ਨੂੰ, ਸਰੀਰ ਜਾ ਸੱਟ ਹੋ ਜੂਗਾ ਇਹਨੇ ਨਾਲ। ਆਹੋ ਤੇਰਾ ਤਾਂ ਹੋਣੀ ਹੈ ਸੈੱਟ, ਤੈਨੂੰ ਤਾਂ ਬਣਨਾ ਚਾਹੀਦਾ ਹਰ ਇੱਕ ਗੱਲ ਦਾ। ਚੱਲ ਕੋਈ ਨਹੀਂ, ਤੂੰ ਆਪਦਾ ਕੰਮ ਕਰ, ਜਿਹੜਾ ਸਮਾਨ ਬਣਾਉਣਾ ਬਣਾ ਦੇ। ਤੁਸੀਂ ਜਾਓ, ਮੰਮੀ ਤੁਹਾਨੂੰ ਬੁਲਾਈ ਜਾਂਦੇ ਆ, ਨਾਲੇ ਪੁੱਛ ਲਿਓ ਵੀ ਕੀ ਸਬਜ਼ੀ ਸੁਬਜ਼ੀ ਲਿਆਉਣੀ ਆ। ਲਿਆਂਦੀ ਨਹੀਂ ਤੁਸੀਂ? ਨਹੀਂ ਲਿਆਂਦੀ। ਚੱਲ ਮੈਂ ਜਾਣਾ ਪੁੱਛਦਾ। ਬੇਬੇ! ਹਾਂ ਪੁੱਤ। ਬੁਲਾਇਆ ਸੀ ਤੁਸੀਂ? ਆਹੋ। ਕੀ ਹੋ ਗਿਆ? ਹੋਣਾ ਤਾਂ ਕੀ ਹੈ, ਮਨਿੰਦਰ ਆਉਂਦੀ ਆ ਮਿਲਣ ਵਾਲੇ ਪਰਾਉਣਾ। ਅੱਛਾ, ਅੱਜ ਹੀ ਹੋਣਗੇ? ਆਹੋ। ਤੇ ਉਹ ਮੈਂ ਪਰਮ ਨੂੰ ਆਖਿਆ ਸੀ, ਮੈਂ ਕਿਹਾ ਭਾਈ ਰੋਟੀ ਰਾਟੀ ਤਿਆਰ ਕਰ ਲਓ। ਰੋਟੀ ਦੱਸ ਦੇ ਫਿਰ ਕੀ ਲੈ ਕੇ ਆਵਾਂ, ਲਿਆਵਾਂਗੇ। ਲਿਆ ਬਸ ਕੋਈ ਮਟਰ ਪਨੀਰ ਬਣਾ ਲਾਂਗੇ। ਅੱਛਾ, ਕੋਈ ਖੀਰ ਚਾਹੇ ਪ੍ਰਸ਼ਾਦ ਬਣਾ ਲਾਂਗੇ। ਪਰਾਉਣਾ ਫਿਰ ਰਹੂਗਾ ਕਿ ਜਾਊਗਾ? ਨਾ, ਉਹ ਤਾਂ ਮੁੜੂਗਾ। ਰਹਿ ਪੈ ਦੜੂਗਾ, ਮੀਟ ਮੂਟ ਬਣਾ ਲੈਂਦੇ, ਅੱਜ ਬਾਹਰ ਟਾਈਮ ਹੋ ਗਿਆ ਆਏ ਨੂੰ। ਉਹ ਫਿਰ ਛੁੱਟੀ ਨਹੀਂ ਮਿਲੀ, ਉਹ ਤਾਂ ਮੈਂ ਹੀ ਫੋਨ ਕਰਤਾ, ਮੈਂ ਕਿਹਾ ਚੱਲ ਮਿਲ ਜਾ ਕੇ, ਬਾਹਲਾ ਚਿਰ ਹੋ ਗਿਆ। ਚੱਲ ਵਧੀਆ ਕੀਤਾ ਉਹਦਾ ਤੂੰ। ਉਹ ਫਿਰ ਕਹਿੰਦੀ ਚੱਲ ਮੈਂ ਕਿ ਆ ਜਾਂਦੀ ਹਾਂ, ਮੈਨੂੰ ਛੱਡ ਜੂ, ਛੱਡ ਕੇ ਮੁੜੂਗਾ। ਉਹ ਮੈਨੂੰ ਦੱਸ ਦਿੰਦੀ ਮੈਂ ਲਿਆਉਂਦਾ, ਜੇ ਡੱਕਰ ਸੀ ਕੋਈ। ਚੱਲ ਉਹ ਮਿਲ ਜੂ, ਨਾਲੇ ਕਿੰਨਾ ਚਿਰ ਹੋ ਗਿਆ ਪਰਾਉਣੇ ਨੂੰ ਵੀ ਆਏ ਨੂੰ। ਚੱਲ ਤਾਂ ਗੱਲ ਠੀਕ ਆ, ਨਾਲੇ ਜਮਾਈ ਇੱਧਰ ਹੀ ਰਹੀ, ਉਹ ਗੱਲਾਂ ਛੱਡ ਦੂੰ ਇਹਦੇ ਤੇ ਆ। ਐਂ ਕਿਵੇਂ ਕਹਿ ਦਿਆਂ ਪੁੱਤ, ਤੂੰ ਤਾਂ ਕਹਿ ਤਾ ਮੈਂ ਮਾਂ ਗੀ, ਮੈਂ ਐਂ ਨਹੀਂ ਕਹਿ ਸਕਦੀ ਆਪਦੇ ਬੱਚਿਆਂ ਨੂੰ ਵੀ ਇੱਕ ਨਾ ਵਰਤੋ ਦੂਜੇ ਨਾਲ ਨਾ ਵਰਤੋ। ਉਹ ਜਦੋਂ ਤੂੰ ਇੱਧਰ ਆ ਬੇਬੇ, ਫਿਰ ਉਹਦਾ ਹੱਕ ਬਣਦਾ ਇੱਧਰ ਹੀ ਰਹਿਣ ਦਾ, ਉੱਧਰ ਜਾ ਵੜਦੀ ਆ ਗੇੜਾ ਦੇ ਕੇ ਉਹ। ਲੈ ਪੁੱਤ, ਮੈਂ ਤਾਂ ਹੁਣ ਇੱਕ ਨਾਲ ਹੀ ਰਹਿਣਾ, ਹੁਣ ਮੈਂ ਦੋਨਾਂ ਪਾਸੇ ਥੋੜ੍ਹੀ ਤੁਰੀ ਫਿਰੂੰਗੀ। ਉਹ ਤੂੰ ਤਾਂ ਤੁਰੀ ਫਿਰੇਂਗੀ, ਤੂੰ ਮੇਰੀ ਵੀ ਗੱਲ ਸੁਣ ਲਾ, ਜਾਂ ਤਾਂ ਫਿਰ ਉੱਧਰ ਹੀ ਰਹੇ ਉਹ ਜਦੋਂ ਆਉਂਦੀ ਹੁੰਦੀ ਆ, ਜਾਂ ਇੱਧਰ ਆਉਂਦੀ ਆ ਇੱਧਰ ਰਵੇ ਫਿਰ। ਤੁਸੀਂ ਐਵੇਂ ਨਾ ਕਲੇਸ਼ ਪਾਇਆ ਕਰੋ, ਜੇ ਦੋ ਦਿਨ ਮਿਲਣ ਆਉਂਦੀ ਆ ਕੋਈ ਨਹੀਂ, ਰਾਤ ਇੱਧਰ ਲਾ ਲੂਗੀ, ਉੱਧਰ ਦਿਨੇ ਦਿਨੇ ਜਾ ਵੜਿਆ ਕਰੂਗੀ। ਉਹ ਫਿਰ ਪਰਮ ਰੌਲਾ ਪਾਉਂਦੀ ਆ ਨਾ, ਉਹ ਕਹਿੰਦੀ ਮੁੜ ਕੇ ਕਹਿੰਦੀ ਉੱਧਰ ਤੁਰੀ ਫਿਰਦੀ ਆ, ਕਹਿੰਦੀ ਆ ਇੱਧਰ ਜਾਂਦੀ ਆ ਉਹ। ਨਾ, ਪਰਮ ਨੂੰ ਤੂੰ ਸਮਝਾ ਨਹੀਂ ਸਕਦਾ, ਪਰਮ ਰੌਲਾ ਪਾਉਂਦੀ ਆ। ਮੈਂ ਆਪਦਾ ਘਰ ਪੱਟ ਲੈਣਾ ਫਿਰ ਆ ਗੱਲਾਂ ਕਰਕੇ। ਆਹੋ, ਫਿਰ ਉਹ ਜਵਾਕੜੀ ਆਈ ਤਾਂ ਤੁਸੀਂ ਕਲੇਸ਼ ਪਾ ਲਿਆ ਕਰੋ, ਇਹ ਦੋ ਦਿਨ ਉਹਨੇ ਮਿਲਣ ਆਉਣਾਗਾ, ਤਾਂ ਹੀ ਤਾਂ ਉਹ ਆਉਂਦੀ ਨਹੀਂ, ਕਹਿੰਦੀ ਮੇਰਾ ਜੀ ਨਹੀਂ ਕਰਦਾਗਾ ਇਹਨਾਂ ਦੇ ਮੂੰਹ ਦੇਖ ਕੇ। ਉਹ ਜਦੋਂ ਫਿਰ ਆਪਣਾ ਅੱਡੋ ਅੱਡੀ ਹੋ ਗਿਆ ਸਿਸਟਮ, ਆਪਣੀ ਵਿਗੜੀ ਗਈ ਉਹਨਾਂ ਨਾਲ ਫਿਰ। ਨਾ ਵਿਗੜਨ ਨੂੰ ਕਿਹੜਾ, ਉਹ ਆਪਣੇ ਸਰੀਕ ਨੇ, ਭਰਾ ਗਾ ਤੇਰਾ, ਫਿਰ ਕੀ ਹੋ ਗਿਆ, ਗੁੱਸੇ ਮਸਾਲੇ ਤਾਂ ਕਰੀ ਜਿਹੜੀ ਕਾਲੀ ਉਹਨਾਂ ਨੇ, ਫਿਰ ਹੁਣ ਕੀ ਕਰ ਗਏ, ਗੱਲਾਂ ਹੀ ਇਹ ਜਿਹੀਆਂ ਕਰੀਆਂ। ਉਹ ਭਾਬੀ ਦੇ ਮਗਰ ਲੱਗਾ ਰਿਹਾ, ਉਹਦਾ ਚੰਗਾ ਸੀ ਵਿਚਾਰਾ। ਚੱਲ ਕੋਈ ਨਾ, ਤੂੰ ਸਬਜ਼ੀ ਸੂਜੀ ਲਿਆ, ਬਾਹਲਾ ਨਾ ਮੇਰਾ ਦਿਮਾਗ ਖਰਾਬ ਕਰ, ਮੇਰਾ ਪਹਿਲਾਂ ਚਿੱਤ ਨਹੀਂ ਠੀਕ। ਤੇ ਸਮਾਨ ਲਿਆ ਆਪਦਾ, ਰੋਟੀ ਪਾਣੀ ਬਣਾ ਲਓ, ਕੋਈ ਨਹੀਂ ਦੇਖਾਂਗੇ ਕੇਰਾਂ ਆ ਜਾਣਦੇ ਉਹਨੂੰ। ਚੱਲ ਠੀਕ ਆ, ਜਿਵੇਂ ਤੈਨੂੰ ਲੋਟ ਲੱਗਦਾ। ਗੰਦ ਪਾ ਕੇ ਬਹਿ ਜਾਂਦੇ ਹੋ ਪਹਿਲਾਂ, ਤੂੰ ਸੁਣਦੀ ਨਹੀਂ ਮੇਰੀ ਗੱਲ, ਬਾਅਦ ਤੂੰ ਵੀ ਉਸੇ ਤੀ ਮੈਂ ਤਾਂ ਦੋਨਾਂ ਦੀਆਂ ਹੀ ਸੁਣਦੀ ਆ, ਮੈਨੂੰ ਤਾਂ ਦੋਨੇ ਹੀ ਇੱਕੋ ਜਿਹੇ ਹੋਗੇ। ਬਸ ਠੀਕ ਆ, ਕੋਈ ਨਹੀਂ, ਚੰਗਾ। ਤੁਹਾਡੀ ਵੰਡ ਬਣਾਉਤੀ ਪਿੱਛੇ ਹੋਈ ਆ, ਕੋਈ ਮਾੜਾ ਮੋਟਾ ਗੁੱਸਾ ਮਸਾਲਾ ਹੁਣ ਉਹ ਬਾਹਰ ਤਾਂ ਨਹੀਂ ਬੰਨਣਾਗਾ? ਵੰਡ ਬਣਾਉਤੀ ਪਿੱਛੇ ਨਹੀਂ, ਲੋਕਾਂ ਕੋਲ ਜਿਹੜੀਆਂ ਗੱਲਾਂ ਕਰਦੇ ਉਹ ਚੁੱਭਦੀਆਂ ਨਾ। ਉਹ ਤਾਂ ਪੁੱਤ ਜਦੋਂ ਦੋ ਭਾਂਡੇ ਹੁੰਦੇ ਆ ਖੜਕਦੇ ਹੀ ਹੁੰਦੇ ਆ, ਐਵੇਂ ਨਹੀਂ ਗੁੱਸਾ ਮਸਾਲਾ ਕਰੀਦਾ ਹੁੰਦਾ। ਨਾਲੇ ਜਦੋਂ ਤੁਹਾਡਾ ਤੀਵੀਆਂ ਨੇ ਫਰਕ ਪਵਾਤਾ ਤੇ ਲੋਕਾਂ ਨੇ ਉਦੋਂ ਤੁਹਾਡਾ ਵੱਧ ਪਵਾਤਾ। ਉਹ ਤਾਂ ਗੱਲ ਠੀਕ ਆ, ਉਹ ਛੋਟੀ ਨੇ ਕੰਡੇ ਬੀਜਿਆ ਸਾਰੇ, ਹੁਣ ਪਹਿਲਾਂ ਤਾਂ ਇੱਥੇ ਮੂੰਹ ਪਰੇ ਕਰਕੇ ਲੰਘਦੇ ਆ ਸਾਂਝੇ ਕੰਮ ਚੋਂ, ਮੁੜ ਕੇ ਜੋ ਸਹੁਰੀ ਜਾਂਦਾ ਉੱਥੇ ਐਵੇਂ ਨਹੀਂ ਕਹਿੰਦਾ ਹੁੰਦਾ ਦੋ ਸਕੀਆਂ ਭੈਣਾਂ ਲਵੇ ਇਕੱਠੀਆਂ ਅਗਲਾ। ਬੇ ਪੁੱਤ, ਮੈਂ ਤਾਂ ਆਏ ਸੀ, ਮੈਂ ਕਿਹਾ ਚੱਲ ਨਾਲੇ ਆਪਾਂ ਨੂੰ ਸੌਖਾ, ਨਾਲੇ ਉਹ ਸਿਆਣੀ ਸੀ ਕੁੜੀ, ਤਾਂ ਕਰਕੇ ਮੈਨੂੰ ਐਂ ਲੱਗਿਆ ਵੀ ਸੋਹਣੀ ਆ ਨਾਲੇ ਸਿਆਣੀ ਆ, ਚੱਲ ਆਪਾਂ ਇੱਕ ਘਰਦੀਆਂ ਲੈ ਲੈਂਦੇ ਹਾਂ। ਕੀ ਪਤਾ ਸੀ ਵੀ ਇੱਥੇ ਕੱਟਣਗੀਆਂ ਨਹੀਂ ਉਹ। ਕੋਈ ਨਹੀਂ, ਅਕਲ ਤਾਂ ਆਜੂਗੀ, ਹਜੇ ਥੋੜ੍ਹਾ ਜਿਹਾ ਹੈਗਾ ਹੱਲ। ਚੱਲ ਕੋਈ ਨਾ, ਕਹਿੰਦੇ ਆਈ ਨਾ 4 ਰੁਪਏ ਜਦੋਂ ਮੁੱਕ ਗਏ ਉਦੋਂ ਅਕਲ ਆਊ। ਹਾਂ ਕੋਈ ਨਾ ਕੋਈ ਨਾ, ਇਹ ਥੋੜ੍ਹੀ ਜਿਹੀ ਸਮਝਦਾਰ ਹੈ, ਉਹ ਥੋੜ੍ਹੀ ਜਿਹੀ ਨਿਆਣੀ ਆ, ਉਹਨੂੰ ਹਜੇ ਇੰਨੀ ਸੁਰਤ ਨਹੀਂ, ਉਹਨੂੰ ਤਾਂ ਆਇਆ ਵੀ ਅੱਡ ਹੋ ਗਈ ਆ ਪਤਾ ਨਹੀਂ ਕੀ। ਚੱਲ ਲਿਆਉਣਾ ਮੈਂ ਸਮਾਨ। ਹਾਂ ਕੋਈ ਨਾ, ਲਿਆ ਸਮਾਨ। ਆਹੋ ਲੈ ਵੇਖ ਲਾ, ਅੱਡ ਕਾਹਦੇ ਹੋ ਗਏ, ਇਹ ਤਾਂ ਰਿਸ਼ਤੇਦਾਰਾਂ ਨੂੰ ਵੀ ਵੰਡਣ ਲੱਗ ਗਈ। ਇਹ ਜਾ ਗਿਆ ਸਮਾਨ ਦੀ ਚੱਕ ਧਰ ਕਰਦਾ, ਪਸ਼ੂ ਅੰਦਰ ਵੀ ਕਰਦਾ ਅੱਜ। ਹੈਲੋ, ਸਤਿ ਸ਼੍ਰੀ ਅਕਾਲ ਮਹਿੰਦਰ, ਕਿਵੇਂ ਆ? ਵਧੀਆ ਵੀਰੇ,
ਅੱਛਾ ਉਹ ਪਸ਼ੂ ਤਾਂ ਅੰਦਰ ਕਰਦੇ ਮੀਂਹ ਪਈ ਜਾਂਦਾ ਆ ਜਾ ਅੱਛਾ ਆ ਜਾ ਮੈਂ ਕੋਈ ਗੱਲ ਨਹੀਂ ਫਿਰ ਕਿਹ ਚ ਦੱਸਣ ਵਾਲੀ ਗੱਲ ਆ ਹਾਂ ਵੀਰੋ ਮੈਂ ਕਿਹਦੇ ਚ ਪਹਿਲਾਂ ਮੈਂ ਵੱਡੀ ਦੀਦੀ ਕੇ ਜਾਊਂਗੀ ਫਿਰ ਸ਼ਾਮ ਜਿਹਨੂੰ ਮਨ ਦੇ ਅੰਦਰ ਮੇਰੀ ਗੱਲ ਤਾਂ ਸੁਣ ਲਓ ਚੱਲ ਚੱਲ ਆ ਜਾ ਮਨਿੰਦਰ ਠੀਕ ਆ ਕੋਈ ਨਾ ਮੀਂਹ ਪਈ ਜਾਂਦਾ ਪਸ਼ੂ ਅੰਦਰ ਕਰਦੇ ਠੀਕ ਹੈ ਵੀਰੇ ਓਕੇ ਹਾਂ ਤੁਸੀਂ ਪਸ਼ੂ ਅੰਦਰ ਕਰ ਦਿਓ ਮੈਂ ਸਮਾਨ ਦੀ ਚੱਕਤਾਰ ਕਰ ਲਾ ਦੇਖ ਲਓ ਸਮਾਨ ਸਾਰਾ ਬਾਹਰ ਪਿਆ ਸਮਾਨ ਤਾਂ ਮੈਂ ਨਾਲ ਚ ਕਰੂੰ ਕਰਾ ਤਾਂ ਬੰਨ ਦੇ ਅੰਦਰ ਬਿਮਾਰ ਹੋ ਜੂਗਾ ਪਹਿਲਾਂ ਟੀਕੇ ਲਵਾ ਕੇ ਹਟਿਆ ਤੇ ਮੁੜ ਕੇ ਦੇਖ ਲਾ ਝਾਕੇਗੀ ਦੁੱਧ ਬਿਨਾ ਤੇ ਤੁਸੀਂ ਕਰ ਦੋਗੇ ਤਾਂ ਕੀ ਹੋ ਜੂ ਨਾਲੇ ਫੋਨ ਕੀਦਾ ਸੀਗਾ ਆ ਮਨਿੰਦਰ ਦਾ ਫੋਨ ਸੀਗਾ ਉਹ ਆਉਂਦੀ ਹੈਗੀ ਭੈਣ ਆਉਂਦੀ ਆ ਅੱਛਾ ਇੱਧਰ ਆਉਗੀ ਪਹਿਲਾਂ ਇੱਧਰ ਆ ਜਾ ਉੱਧਰ ਆ ਜਾ ਚਲੇ ਤਾਂ ਕੀ ਗੱਲ ਆ ਫਿਰ ਨਾ ਇਹ ਕੀ ਮਤਲਬ ਹੋਇਆ ਹਰ ਵਾਰ ਉੱਧਰ ਆ ਜਾਂਦੇ ਪਹਿਲਾਂ ਆਪਣਾ ਕੀ ਘਰ ਨਹੀਂ ਦਿਖਦਾ ਉਹਨੂੰ ਉਹ ਐਵੇਂ ਨਹੀਂ ਚੀਕਾਂ ਜੀਆਂ ਮਾਰੀ ਦਿਖਾਉਂਦੀਆਂ ਉਹਨੇ ਤੁਰਨ ਬੜੇ ਸਭ ਤੋਂ ਪਹਿਲਾਂ ਮੈਨੂੰ ਤਾਂ ਫੋਨ ਕੀਤਾ ਹੋਰ ਦੱਸ ਕੀ ਕਰੇ ਉਹ ਮੈਨੂੰ ਪਤਾ ਹੀ ਹੈ ਕਿਹਨੂੰ ਫੋਨ ਕੀਤਾ ਉਹਨੇ ਪਹਿਲਾਂ ਕਿਹਨੂੰ ਨਹੀਂ ਉਹਨੂੰ ਬਾਲਾ ਮੋਹ ਆਉਂਦਾ ਉਹਨਾਂ ਦਾ ਤਾਂ ਹੀ ਤਾਂ ਉੱਧਰ ਜਾਂਦੀ ਆ ਉਹ ਚੱਲ ਕੋਈ ਨਾ ਕਿਉਂ ਐਵੇਂ ਬਿੰਡੇ ਗੁੰਟੇ ਕੀ ਜਾਂਦੀ ਆ ਜੇ ਉੱਧਰ ਜਾ ਵੜੂ ਫਿਰ ਕੀ ਹੋ ਜਾਊਗਾ ਦੱਸ ਬਾਅਦ ਚ ਆਪਣੇ ਆ ਜੂਗੀ ਉੱਧਰ ਮਾਂ ਗਈ ਤਾਂ ਕਰਕੇ ਜਾਣਾ ਹੀ ਆ ਪਹਿਲਾਂ ਮਾਂ ਨੂੰ ਮਿਲਣਾ ਉਹਨੇ ਬਾਅਦ ਚ ਬੂਚ ਨਹੀਂ ਆਉਣ ਦੀ ਲੋੜ ਨਹੀਂ ਉਹਨੂੰ ਕਹਿ ਦੀ ਬਸ ਉੱਧਰ ਆ ਤੇ ਉੱਧਰ ਹੀ ਰਵੇ ਇੱਧਰ ਨਾ ਆਵੇ ਉਹ ਚੱਲ ਕੋਈ ਨਾ ਐ ਨਹੀਂ ਕਰੀਦਾ ਹੁੰਦਾ ਤੂੰ ਆਪਾਂ ਸੂਟਾਂ ਡਾ ਅੰਦਰ ਕਰਦੇ ਕੰਮ ਧੰਦਾ ਸਾਂਭਲਾ ਮੈਂ ਸਮਾਨ ਸਮੂਨ ਲੈਣਾ ਕੁਝ ਖਾਣ ਮੇਰੇ ਤੋਂ ਨਹੀਂ ਹੁੰਦਾ ਆਪੇ ਕਰ ਲਈ ਹਾਂ ਉਹ ਤੂੰ ਨਾ ਮੈਥੋਂ ਹੂਰੇ ਖਾਣੀ ਮਾਰ ਕੇ ਆਉਂਦਾ ਨਾ ਤੈਨੂੰ ਵਾਲੀ ਮੇਰ ਜੀ ਆਉਂਦੇ ਉਹਨੇ ਕਦੇ ਮੈਨੂੰ ਫੋਨ ਕਰਕੇ ਤਾਂ ਪੁੱਛਿਆ ਤੂੰ ਕਿਵੇਂ ਆ ਕਿਵੇਂ ਨਹੀਂ ਕੋਈ ਨਾ ਘਰੇ ਆ ਜਾਂਦੇ ਕਰ ਲਾਂਗੇ ਬਹਾ ਕੇ ਗੱਲ ਫਿਰ ਤੇਰੇ ਨਾਲ ਸਾਹਮਣੇ ਕਰਾ ਦੂੰਗਾ ਫੇਸ ਟੂ ਫੇਸ ਕਰ ਲਈ ਗੱਲ ਉਹਦੇ ਨਾਲ ਕੀ ਗੱਲ ਮੈਂ ਤਾਂ ਕੀਤੀਆਂ ਨੇ ਗੱਲਾਂ ਬਸ ਉਹਨੂੰ ਕਹਿ ਦੇ ਆਪਦੇ ਵੱਡੇ ਭਰਾ ਕੋਲ ਜਾਂਦੇ ਤਾਂ ਉੱਧਰ ਹੀ ਰਵੇ ਇੱਧਰ ਆਉਣ ਦੀ ਲੋੜ ਨਹੀਂ ਆ ਹੁਣ ਉਹਨੇ ਫੋਨ ਹੀ ਕੀਤਾ ਸੀ ਹੋਰ ਕੀ ਮਨੀ ਆਰਡਰ ਭੇਜਿਆ ਦੱਸੋ ਆਹੋ ਕੀਤਾ ਸੀ ਬਸ ਆਸਾਨ ਕਰਤਾ ਫੋਨ ਵੀ ਉੱਧਰ ਆਉਂਗੀ ਤਾਂ ਐਵੇਂ ਗੱਲਾਂ ਹੋਣਗੀਆਂ ਵੀ ਇੱਧਰ ਨਹੀਂ ਆਈ ਤਾਂ ਕਰਤਾ ਤੂੰ ਮੇਰੇ ਨਾਲ ਜਵਾਨ ਆਲੜਾ ਵਾਲੀ ਆ ਪਸ਼ੂ ਅੰਦਰ ਕਰਦੇ ਮੈਂ ਤੈਨੂੰ ਵਾਰੀ ਵਾਰੀ ਕਹੀ ਆ ਨਾ ਤੇ ਮੈਂ ਜਾ ਕੇ ਆਉਣਾ ਮੜਾ ਜਾ ਕੰਮ ਮੈਂ ਸਮਾਨ ਲਊਂਗਾ ਨਾਲੇ ਮਨਿੰਦਰ ਨੂੰ ਆ ਜਾਂਦੇ ਕੀ ਮਨਿੰਦਰ ਨੂੰ ਆ ਜਾਂਦੇ ਜੇ ਮੈਂ ਕਹੀ ਦਿੱਤਾ ਵੀ ਇੱਧਰ ਆਉਣ ਦੀ ਲੋੜ ਹੀ ਨਹੀਂ ਉਹਨੂੰ ਜਿੰਨਾ ਤੂੰ ਭਰਾ ਨਾ ਓਨਾ ਹੀ ਉਹ ਭਰਾ ਉੱਧਰ ਵੱਧ ਡੱਕਾ ਸਿੱਟਦੀ ਆ ਉਹ ਚੱਲ ਕੋਈ ਨਹੀਂ ਰਹਿਣ ਦੇ ਤੂੰ ਐਵੇਂ ਗਰਮ ਨਾ ਹੋ ਵਾਲੀ ਕਿਰਾ ਮਨਿੰਦਰ ਨੂੰ ਆ ਜਾਂਦੇ ਆਪਾਂ ਬਹਿ ਕੇ ਗੱਲ ਕਰ ਲਾਂਗੇ ਉਹਨੂੰ ਕਹਿ ਦਾਂਗੇ ਵੀ ਜੇ ਆਉਣਾ ਹੁੰਦਾ ਸਿੱਧਾ ਸਾਡੇ ਘਰੇ ਆ ਜਾ ਕਰ ਤੇ ਨਹੀਂ ਨਾ ਆਇਆ ਕਰ ਬਸ਼ੱਕ ਹਾਂ ਤੁਹਾਡੀ ਗੱਲ ਸਹੀ ਆ ਕਰਕੇ ਦੇਖ ਲਿਓ ਉਹਨਾਂ ਗੱਲ ਓਏ ਹਾਂ ਤੈਨੂੰ ਕਹੀ ਤਾਂ ਜਾਂਦਾ ਵਾਰੀ ਵਾਰੀ ਇੱਕ ਗੱਲ ਹੀ ਵੀ ਆ ਜਾਂਦੇ ਮਨਿੰਦਰ ਨੂੰ ਕੋਈ ਨਾ ਟਕਾਈ ਨਾ ਬਹਿ ਕੇ ਗੱਲ ਕਰ ਲਾਂਗੇ ਨਾਲੇ ਹਾਂ ਜਦੋਂ ਉਹਨੇ ਪਾਠ ਜਾ ਕੇ ਰਖਾਇਆ ਸੀਗਾ ਉਹਨਾਂ ਨੇ ਉਹ ਤਾਂ ਮੈਨੂੰ ਜਾਣ ਨਹੀਂ ਦਿੱਤਾ ਤੂੰ ਹੈ ਨਾ ਆਪ ਗਈਆਂ ਹੁਣ ਤੈਨੂੰ ਬੜਾ ਹੇਜ ਆਉਣ ਲੱਗ ਗਿਆ ਉਹਦਾ ਕੀ ਗੱਲ ਮੇਰੀ ਮਰਜ਼ੀ ਜਾਵਾਂ ਚਾਹੇ ਨਾ ਜਾਵਾਂ ਉਹ ਚੱਲ ਤੂੰ ਮੇਰੇ ਨਾਲ ਬੜੀ ਜਵਾਨ ਆ ਲੜਾ ਕੰਮ ਧੰਦਾ ਜਿਹੜਾ ਹੈਗਾ ਕਰ ਲਾਂ ਮੈਂ ਸਮਾਨ ਲਿਆਉਣਾ ਨਾਲੇ ਪਸ਼ੂ ਜੇ ਬੰਨਦਾ ਬਿਮਾਰ ਹੋ ਜਾਣਗੇ ਤੈਨੂੰ ਤਾਂ ਬੜੀ ਹਮੇਤ ਜੀ ਕਰਦੇ ਕਰ ਲੋ ਅੰਦਰ ਕੀ ਯਾਰ ਇਹਨਾਂ ਦੇ ਵੀ ਗਿੱਚੀ ਪਿੱਛੇ ਹੁੰਦੀ ਆ ਮਤ ਉਹ ਬੇਬੇ ਕੀ ਕਰਦੀ ਫਿਰਦੀਆਂ ਕੁਛ ਨਹੀਂ ਪੁੱਤ ਪਾਣੀ ਪੂਣੀ ਭਰਦੀ ਆ ਕੈਂਪਰ ਚ ਪਾਉਣੀ ਆ ਚਾਹ ਬਣਾ ਲਾ ਚਾਹ ਹੁਣ ਮਨਿੰਦਰ ਨੂੰ ਆ ਜਾਣ ਦੇ ਫੇਰ ਬਣਾਵਾਂਗੇ ਪਰਮ ਨੂੰ ਕਹਦੇ ਬਣਾ ਦੂਗੀ ਸਤਿ ਸ਼੍ਰੀ ਅਕਾਲ ਵੀਰੇ ਆ ਗਏ ਤੁਸੀਂ ਸਤਿ ਸ਼੍ਰੀ ਅਕਾਲ ਆਪਣੇ ਹੋਰ ਠੀਕ ਹੋ ਵੀਰੇ ਵਧੀਆ ਵਧੀਆ ਹੋਰ ਬਾਈ ਜੀ ਠੀਕ ਹੈ ਬਾਈ ਵਧੀਆ ਹੋਰ ਤਕੜੀਆਂ ਸਿਹਤਾਂ ਬਹਿ ਜਾਓ ਆ ਗਏ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਬੈਠੋ ਬੈਠੋ ਸਤਿ ਸ਼੍ਰੀ ਅਕਾਲ ਹੋਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਠਾਕ ਠੀਕ ਹੋ ਤੁਸੀਂ ਸਭ ਤਕੜੇ ਹੋ ਹਾਂ ਠੀਕ ਆ ਪੁੱਤ ਵਧੀਆ ਤੁਸੀਂ ਸੁਣਾਓ ਆਪਣਾ ਪਰਿਵਾਰ ਠੀਕ ਹੈ ਹਾਂਜੀ ਹਾਂਜੀ ਭਾਬੀ ਕਿੱਥੇ ਆ ਇਧਰ ਹੀ ਫਿਰਦੀ ਆ ਰਸੋਈ ਚ ਅਸੀਂ ਤਾਂ ਕਦੋਂ ਦੇ ਡਿੱਕੀ ਜਾਂਦੇ ਆ ਤੁਹਾਨੂੰ ਉਹ ਬਸ ਆਹੀ ਲੇਟ ਹੋ ਗਈ ਤਿਆਰ ਤਰੂ ਹੁੰਦੇ ਕਿਵੇਂ ਬਾਈ ਕੰਮ ਹੋ ਗਿਆ ਕੋਈ ਨਾ ਕੰਮ ਤਾਂ ਕੀ ਸੀ ਮੈਂ ਤਾਂ ਇਹਨੂੰ ਕਿਹਾ ਸੀ ਤੜਕੇ ਜਾ ਵੜਾਂਗੇ ਤੇ ਅੱਜ ਬੱਦਲ ਪਾਈ ਹੈਗੀ ਮੀਂਹ ਮੂਹ ਦਾ ਮੌਸਮ ਹੈ ਕਹਿੰਦੀ ਨਹੀਂ ਨਹੀਂ ਅੱਜ ਹੀ ਜਾਣਾ ਬਾਕੀ ਤੁਸੀਂ ਤਾਂ ਗੱਡੀ ਤੇ ਆਉਣਾ ਮੀਂਹ ਤਾਂ ਕੀ ਹੁੰਦਾ ਚੱਲ ਕੋਈ ਨਾ ਮਿਲ ਗਏ ਵਧੀਆ ਹੋ ਗਿਆ ਆ ਗਏ ਸੱਚੀ ਹੋਰ ਮੰਮੀ ਤੂੰ ਫੋਨ ਕੀਤਾ ਨਾ ਮੈਂ ਤਾਂ ਰਿਹਾ ਹੀ ਨਹੀਂ ਗਿਆ ਜਮਾਂ ਹੀ ਹੋਰ ਪੁੱਤ ਐਂ ਤਾਂ ਹੁੰਦਾ ਹੀ ਹੈ ਫਿਰ ਮਾਮਾ ਧੀਆਂ ਦੀ ਗੁਰਬਤ ਹੈ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ ਵੀ ਧੀ ਬਿਨਾਂ ਤਾਂ ਕੋਈ ਦੁੱਖ ਨਹੀਂ ਸੁਣਦਾ ਜੇ ਧੀ ਹੁੰਦੀ ਆ ਫਿਰ ਮਾਮਾ ਦੁੱਖ ਸੁੱਖ ਕਰਦੀਆਂ ਨੇ ਸਿਆਣੀ ਗੱਲ ਹੈ ਹੋਰ ਵੀ ਤੂੰ ਠੀਕ ਰਹਿਣਾ ਵਧੀਆ ਵਧੀਆ ਤੂੰ ਦੱਸ ਮਨਿੰਦਰ ਪਰਮ ਪਾਣੀ ਲਿਆ ਪੁੱਤ ਕਿਵੇਂ ਦਾ ਠੀਕ ਚੱਲੀ ਜਾਂਦਾ ਬਈ ਵਧੀਆ ਵਧੀਆ ਤੁਸੀਂ ਦੱਸੋ ਕਿਵੇਂ ਚੱਲਦੀ ਆ ਡਿਊਟੀ ਡਿਊਟੀ ਵਧੀਆ ਬਸ ਇਹਨੂੰ ਮੈਂ ਹੀ ਕਿਹਾ ਸੀ ਹੱਥ ਨੇ ਜਾਣਾ ਸੀ ਜਵਾਕਾਂ ਨੂੰ ਪੜਾਉਣ ਵਾਸਤੇ ਜਵਾਕਾਂ ਦਾ ਵੀ ਜਿਵੇਂ ਬੇੜਾ ਗਰਕ ਹੋਇਆ ਪਿਆ ਹੁਣ ਹੈ ਫੋਨ ਨਹੀਂ ਛੱਡਦੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੱਥ ਨੇ ਕਿੱਥੇ ਛੱਡਦੇ ਹੱਥ ਨੇ ਗਰਾਊਂਡ ਚ ਆ ਜਾਂਦੇ ਨੇ ਠੀਕ ਹੈ ਚਾਰ ਇੱਧਰ ਬਹਿ ਜਾਂਦੇ ਆ ਚਾਰ ਉੱਧਰ ਬਹਿ ਜਾਂਦੇ ਆ ਮਸਾ ਖੜਾ ਮਾਰ ਕੇ ਉਹਨਾਂ ਨੂੰ ਗਰਾਊਂਡ ਚ ਭਜਾਈਦਾ ਤੇ ਹੋਰ
ਆਹੀ ਹਾਲ ਹੈ ਭਾਈ ਜਵਾਕਾਂ ਦਾ ਤਾਂ ਬਸ ਨਿੱਕੇ ਨਿੱਕੇ ਨੀ ਮਾਣ ਹੁਣ ਵੱਡਿਆਂ ਨੂੰ ਉਹਨਾਂ ਨੇ ਜੜ ਕਰਤੀ ਬੇਬੇ ਮਾਂ ਪਿਓ ਸ਼ਾਇਦ ਦਿੰਦੇ ਆ ਜੀ ਮਾਂ ਪਿਓ ਸ਼ਾਇਦ ਦਿੰਦੇ ਆ ਇਹ ਲਏ ਤਾਂ ਕੰਮ ਵਾਸਤੇ ਲੋਕਾਂ ਨੇ ਜਵਾਕਾਂ ਨੂੰ ਦੇ ਦੇ ਉਹਨਾਂ ਦੀ ਜੜ ਕੱਢੀ ਪਈ ਆ ਬਸ ਸਾਰਾ ਹਿਸਾਬ ਕਿਤਾਬ ਹੀ ਭਾਈ ਐਵੇਂ ਹੀ ਹੋ ਗਿਆ ਬਸ ਫੋਨਾਂ ਤੇ ਟੀਚਰ ਧੁੰਦਲਾ ਕਰਤਾ ਬਾਈ ਉਹੀ ਤਾਂ ਗੱਲ ਹੈ ਬਈ ਜਵਾਕਾਂ ਨੂੰ ਸਮਝਾਈਦਾ ਵੀ ਫਿਜ਼ੀਕਲ ਐਜੂਕੇਸ਼ਨ ਦੀ ਸਿੱਖਿਆ ਲੈ ਲਓ ਤੁਸੀਂ ਵਧੀਆ ਚੰਗੀ ਰਹੂਗੀ ਤੁਹਾਡੇ ਵਾਸਤੇ ਸਿਆਣੀ ਹੈ ਬਾਈ ਤੁਹਾਡੀ ਗੱਲ ਹਨਾ ਜੇ ਜਵਾਕ ਖੇਡਣ ਕੁੱਦਣਗੇ ਅੱਗੇ ਜਾ ਕੇ ਸਰੀਰ ਤਕੜਾ ਰਹੂ ਤਾਂ ਕੰਮ ਆਊਗਾ ਹੋਰ ਬਈ ਹੋਰ ਭਾਬੀ ਤੁਸੀਂ ਠੀਕ ਰਹਿੰਦੇ ਹੋ ਹਾਂਜੀ ਭੈਣੇ ਵਧੀਆ ਤੁਸੀਂ ਦੱਸੋ ਰਾਜੀ ਨੀ ਪੈਗੀ ਦੇਖ ਲਾ ਪੈਰਾਂ ਚ ਆ ਕੇ ਪੈ ਜਾਂਦੀ ਹੈ ਜਵਾਕਾਂ ਕੀ ਆ ਗੱਲ ਤਾਂ ਬਸ ਉਹੀ ਜਾਂਦੀ ਜਿਹੜੀ ਹੋਣੀ ਆ ਤੁਹਾਨੂੰ ਵੀ ਪਤਾ ਹੀ ਆ ਸਾਰਾ ਮੁੱਦਾ ਕੀ ਬਣ ਗਿਆ ਸੀ ਉਹ ਮੁੱਦਾ ਤਾਂ ਬਾਈ ਐਂ ਬਣ ਜਾਂਦਾ ਬਸ ਘਰਾਂ ਚ ਨਿੱਕੀਆਂ ਨਿੱਕੀਆਂ ਗੱਲਾਂ ਸ਼ਰੀਕੇ ਬਾਜੀਆਂ ਕੰਮ ਪਿੱਛੇ ਰੋਟੀ ਖਾ ਕੇ ਜਾਈ ਚਾਹ ਪੀ ਕੇ ਜਾਈ ਚਾਹ ਪੁੱਤ ਪਾ ਕੇ ਅੰਦਰ ਹੀ ਲੈ ਜਾਓ ਚੰਗਾ ਅੰਦਰ ਬਹਿ ਕੇ ਪੀ ਲੋ ਹੋਰ ਫਿਰ ਚੂਹ ਚਾਹ ਪਿਆ ਦਿੰਦੇ ਆ ਪ੍ਰਾਹੁਣਿਆਂ ਨਹੀਂ ਨਹੀਂ ਮੈਂ ਤਾਂ ਛੱਡੀ ਵੀ ਆ ਮੈਂ ਤੁਹਾਨੂੰ ਪਤਾ ਤਾਂ ਹੈ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਆ ਖੇਡ ਤੇ ਧਿਆਨ ਦਿੰਦਾ ਚਲੋ ਵਧੀਆ ਵਧੀਆ ਜੀ ਨਾ ਗੱਲ ਡਿੱਗਣ ਦਿੰਦਾ ਨਾ ਕੁਲਦੀਪ ਡਿੱਗਣ ਦਿੰਦਾ ਤਾਂ ਹੀ ਕਰਦੇ ਆ ਹੋਰ ਦੱਸ ਅੰਦਰ ਪਈਆ ਫਿਰ ਤਾਂ ਮਰਾਦ ਨਾ ਛੱਲ ਇੱਕ ਮੈਂ ਤਾਂ ਪੁੱਤ ਬਸ ਠੀਕ ਆ ਜਿਵੇਂ ਤੇਰਾ ਚਿੱਤਾ ਔਖਾ ਹੋਈ ਜਾਂਦਾ ਇਹਨਾਂ ਨੂੰ ਵੇਖ ਕੇ ਉਵੇਂ ਮੇਰਾ ਹੋਈ ਜਾਂਦਾ ਮੈਂ ਤੇਰਾ ਤਾਂ ਬਾਲਾ ਹੁੰਦਾ ਤੂੰ ਤਾਂ ਬੈਠੀ ਵੀ ਇਹਨਾਂ ਦੇ ਵਿੱਚ ਆ ਚਲ ਮੈਂ ਤਾਂ ਫਿਰ ਵੀ ਬਾਹਰ ਰਹਿੰਦੀ ਹਾਂ ਬਸ ਇੱਕ ਅੱਧਾ ਗੇੜਾ ਮਾਰ ਆਉਂਦੀ ਹਾਂ ਪੁੱਤ ਉੱਧਰ ਉਹਨਾਂ ਨੂੰ ਵੀ ਦੇਖ ਆਉਂਦੀ ਹਾਂ ਪਰ ਫਿਰ ਇਹ ਅੱਖਾਂ ਕੱਢਦੇ ਆ ਜਦੋਂ ਜਾਂਦੀ ਹਾਂ ਫਿਰ ਮੈਨੂੰ ਕਹਿੰਦੇ ਆ ਮੇਰੇ ਤਾਂ ਉਹਨਾਂ ਦੀ ਕਰਦੀ ਆ ਬੈਠੀ ਇੱਧਰ ਹੈ ਹੁਣ ਮੈਂ ਤਾਂ ਪੁੱਤ ਦੋਨੇ ਪਾਸੇ ਆ ਗਈ ਹੁਣ ਮੈਨੂੰ ਐਂ ਦੱਸ ਵੀ ਕੀ ਕਰਾਂ ਦੇਖ ਲਵਾਂ ਹੈ ਦੋਨੇ ਭਰਾ ਇੱਕ ਦੂਜੇ ਬਿਨਾਂ ਸਾਰਦੇ ਨਹੀਂ ਸੀ ਇੱਕ ਦੂਜੇ ਬਿਨਾਂ ਪੁੱਛ ਗੱਲ ਨਹੀਂ ਕਰਦੇ ਸੀ ਅਤੇ ਹੁਣ ਇੱਕ ਦੂਜੇ ਨੂੰ ਬੁਲਾਉਂਦੇ ਵੀ ਨਹੀਂ ਹੈਗੇ ਬਸ ਤੈਨੂੰ ਪਤਾ ਹੀ ਹੈ ਫਿਰ ਮੈਂ ਤਾਂ ਹੁਣ ਐਂ ਸੋਚਿਆ ਸੀ ਪੁੱਤ ਉਦੋਂ ਵੀ ਚੱਲ ਇੱਕੇ ਘਰ ਦੀਆਂ ਆ ਜਾਣਗੀਆਂ ਰਲ ਕੇ ਰਹਿਣਗੀਆਂ ਚੱਲ ਇਕੱਠੀਆਂ ਰਹਿਣਗੀਆਂ ਕੁਛ ਬਣ ਜੂ ਇਹਨਾਂ ਦਾ ਪਰ ਐਂ ਕੀ ਪਤਾ ਸੀ ਵੀ ਦੋਨੇ ਭੈਣਾਂ ਹੀ ਕਟਾ ਬੈਡ ਹੋ ਹੀ ਜਾਣਗੀਆਂ ਹਜੇ ਵੱਡੀ ਤਾਂ ਫਿਰ ਵੀ ਠੀਕ ਹੈ ਆ ਛੋਟੀ ਬਾਹਲੀ ਅੱਗ ਲਾਉਣੀ ਹੈ ਇਸੇ ਨੇ ਵਿਗਾੜ ਪਾਇਆ ਪੁੱਤ ਵੱਡੀ ਤਾਂ ਪਹਿਲਾਂ ਕਾਹਨੂੰ ਬੋਲਦੀ ਸੀ ਤੇ ਹੋਰ ਮੈਂ ਆਪਣਾ ਛੋਟਾ ਐਡਾ ਮੁੰਡਾ ਸਿਆਣਾ ਜਮਾਂ ਨਹੀਂ ਬੋਲਦਾ ਸੀ ਮੈਂ ਦੇਖ ਲਾ ਫਿਰ ਕੀ ਕਰੇ ਪੁੱਤ ਮੈਂ ਅਗਰ ਤਾਂ ਲੱਗਣਾ ਹੀ ਪੈਂਦਾ ਸਗੋਂ ਡਰਦਾ ਸੀਗਾ ਵੱਡੇ ਵੀਰੇ ਤੋਂ ਫਿਰ ਚੁੱਪ ਕਰਕੇ ਲੈ ਕੇ ਪਾਸੇ ਹੋ ਗਿਆ ਹੁਣ ਕੀ ਕਰੇ ਫਿਰ ਜੇ ਲੜਾਈ ਕਰਦਾ ਤਾਂ ਵੀ ਲੋਕ ਹੱਸਦੇ ਆ ਤੇ ਫਿਰ ਮੈਂ ਤੂੰ ਉਧਰ ਕਿਵੇਂ ਦੋ ਦਿਨ ਉਧਰ ਲਾ ਕੇ ਆਉਣੀ ਫਿਰ ਨਾ ਮੈਂ ਤਾਂ ਦਿਨੇ ਦੋਨੇ ਵਗ ਜਾਂਦੀ ਆ ਪੁੱਤ ਰਹਿੰਦੀ ਤਾਂ ਮੈਂ ਇੱਧਰ ਹੀ ਆਂਗੀ ਫਿਰ ਬੋਲਦੀ ਤਾਂ ਹੋਊਗੀ ਛੋਟੀ ਹਾਂ ਇਹ ਤਾਂ ਬੋਲਦੀ ਆ ਬਸ ਬੋਲਦੀ ਬਸ ਤੈਨੂੰ ਪਤਾ ਹੀ ਹੈ ਤਾਂ ਤੇ ਮੈਂ ਤਾਂ ਫਿਰ ਹੁਣ ਆਪਦੇ ਪੁੱਤ ਦੀ ਮਾਰੀ ਜਾਂਦੀ ਆ ਹੋਰ ਕੀ ਕਰਾਂ ਫਿਰ ਮੈਂ ਹੁਣ ਤੂੰ ਵੀ ਕੀ ਕਰੇ ਇਹਨਾਂ ਦਾ ਤੈਨੂੰ ਵੀ ਵੰਡ ਲਿਆ ਹੈ ਉਹੀ ਤਾਂ ਗੱਲ ਹੈ ਪੁੱਤ ਤਾਂ ਹੀ ਤਾਂ ਅਗਲਾ ਕਹਿੰਦਾ ਹੁੰਦਾ ਵੀ ਮਾਂ ਪਿਓ ਨੂੰ ਬਾਹਲਾ ਔਖਾ ਹੋ ਜਾਂਦਾ ਜਦੋਂ ਜਵਾਕ ਅੱਡ ਹੋ ਜਾਣ ਨਹੀਂ ਤੂੰ ਸਮਝਾਉਣ ਦੀ ਕੋਸ਼ਿਸ਼ ਨਹੀਂ ਕੀਤੀ ਲੈ ਹੁਣ ਪੁੱਤ ਕਿੱਥੇ ਸਮਝਦੇ ਇਹ ਹੁਣ ਤੇਰੇ ਭਾਅ ਦੀ ਇਹ ਇਕੱਠੇ ਹੋ ਜਾਣਗੇ ਹੁਣ ਨਹੀਂ ਰਲਦੇ ਹੁਣ ਤਾਂ ਇਹਨਾਂ ਦੇ ਮਨਾਂ 'ਚ ਬਾਹਲਾ ਫਰਕ ਪੈ ਗਿਆ ਮਾਂ ਮੈਨੂੰ ਤਾਂ ਕਦੇ ਕਦੇ ਐਂ ਲੱਗਦਾ ਹੁੰਦਾ ਵੀ ਦੋਨੇ ਇਕੱਠੇ ਹੋ ਜਾਣ ਤਾਂ ਕਿੰਨਾ ਵਧੀਆ ਲੈ ਪੁੱਤ ਚਾਹੁੰਦੀ ਤਾਂ ਮੈਂ ਵੀ ਆਈ ਹਾਂ ਪਰ ਹੁਣ ਇਹਨਾਂ ਦਾ ਮੂੰਹ ਇੱਧਰ ਹੈ ਉਹਨਾਂ ਦਾ ਉੱਧਰ ਹੈ ਹੁਣ ਮੈਂ ਸਨ ਵਿਚਾਲੇ ਦੱਸ ਕੀ ਕਰਾਂ ਹੁਣ ਜੇ ਮੈਂ ਬੋਲਦੀ ਹਾਂ
ਤਾਂ ਮੈਨੂੰ ਵੀ ਮਾੜੀ ਕਹਿਣਗੇ। ਬਥੇਰਾ ਇਹਦੇ ਪੇਕੇ ਜ਼ੋਰ ਲਾ ਕੇ ਪਾ ਗਏ, ਇਹਦੀ ਮਾਂ ਨੇ ਵੀ ਸਮਝਾਈਆਂ, ਭਰਾ ਨੇ ਵੀ ਸਮਝਾਈਆਂ, ਪਿਓ ਵੀ ਸਮਝਾ ਕੇ ਗਿਆ, ਪਰ ਇੱਕੇ ਲੈਣ 'ਤੇ ਗਈ। ਉਹ ਤਾਂ ਛੋਟੀ ਤਾਂ ਕਹਿੰਦੀ, ਮੈਂ ਤਾਂ ਕਹਿੰਦੀ ਇਹਦੇ ਨਾਲ ਰਹਿਣਾ ਹੀ ਨਹੀਂ। ਨਾ ਹੁਣ ਇਕੱਲੀ ਰਹਿੰਦੀ ਹੈ, ਇਕੱਲੀ ਸਾਰਾ ਕੰਮ ਕਰਦੀ ਹੈ, ਔਖੀ ਨਹੀਂ ਹੁੰਦੀ ਇੱਥੇ, ਵਧੀਆ ਤਿੰਨ ਜਾਣੀਆਂ ਸੀਗੀਆਂ, ਆਪਦਾ ਰਲ ਮਿਲ ਕੇ ਕੰਮ ਕਰੀ ਜਾਂਦੇ ਸੀ। ਰਲ ਮਿਲ ਕੇ ਤਾਂ ਪੁੱਤ ਵੰਡਿਆ ਆਉਂਦਾ ਸੀ ਨਾਲੇ, ਹੈਂ ਨਾਲੇ ਹੁਣ ਕਿਸੇ ਪਾਸੇ ਜਾਣ ਜੋਗਰੀਆਂ ਨਹੀਂ ਮਿਲਣ ਗਿਲਣ। ਅੱਗੇ 10 ਦਿਨ ਉਹ ਲਾਏ ਆਉਂਦੀ ਸੀ, 10 ਦਿਨ ਉਹ ਲਾਏ ਆਉਂਦੀ ਸੀ, ਜਾਂਦੀਆਂ ਸੀ। ਸਮਝਦੇ ਸਕੀਆਂ ਭੈਣਾਂ, ਫਿਰ ਵੀ ਨਹੀਂ ਬਣਦੀ ਇਹਨਾਂ ਦੀ ਆਪਸ ਵਿੱਚ। ਬਸ ਪੁੱਤ ਪਤਾ ਨਹੀਂ ਕੀ ਕਲਯੁਗ ਹੈ। ਹੁਣ ਸੋਚਿਆ ਤਾਂ ਆਹੀ ਸੀ ਵੀ ਚੱਲ ਰੰਗ ਭਾਗ ਲੱਗਣਗੇ, ਵਧੀਆ ਪਰਿਵਾਰ ਆਪਦਾ, ਵਧੀਆ ਕੰਮ ਚੜੂਗਾ, ਪਰ ਇਹਨਾਂ ਨੇ ਤਾਂ ਮੇਰਾ ਸਾਰਾ ਘਰ ਦਾ ਖੰਡਿਆ ਤਾ। ਨਾਲੇ ਵੱਡੀ ਰਿਸ਼ਤਾ ਵੀ ਤਾਂ ਆਪ ਹੀ ਲੈ ਕੇ ਆਈ ਸੀ ਆਪਦੀ ਭੈਣ ਦਾ, ਫਿਰ ਵਰਤ ਲੈਂਦੀ। ਚੱਲ ਜੇ ਉਹ ਛੋਟੀ ਕੁਛ ਕਹਿੰਦੀ ਆ, ਉਹਦਾ ਸੁਭਾਅ ਨੂੰ ਪਤਾ ਹੀ ਪਹਿਲਾਂ ਤੋਂ ਇਹੋ ਜਿਹਾ ਹੈ, ਇਹ ਨਾ ਬੋਲਦੀ। ਜੇ ਪੁੱਤ ਆਪਣੇ 'ਚ ਕੋਈ ਕਮੀ ਪੇਸ਼ੀ ਹੁੰਦੀ ਨਾ, ਫਿਰ ਉਹ ਛੋਟੀ ਦਾ ਕਰਦੇ ਨਹੀਂ ਸੀ, ਹੈਂ। ਉਹੀ ਤਾਂ ਗੱਲ, ਜੇ ਵੱਡੀ ਸਲਾਉਂਦੀ ਸੀ ਆਪਾਂ ਨੂੰ ਜਾ ਕੇ, ਤਾਂ ਹੀ ਉਹਨਾਂ ਨੇ ਕੀਤਾ ਰਿਸ਼ਤਾ। ਕੋਈ ਨਾ, ਮੈਂ ਤਾਂ ਪਹਿਲਾਂ ਵੀ ਗੱਲ ਕੀਤੀ ਜਦੋਂ ਅੱਡ ਹੁੰਦੇ, ਇਹਨਾਂ ਤਾਂ ਮੇਰੀ ਉਦੋਂ ਨਹੀਂ ਸੁਣੀ। ਮੈਨੂੰ ਤਾਂ ਕਹਿੰਦੇ ਤੂੰ ਸਾਡੀ ਗੱਲ ਵਿੱਚੋਂ ਕੀ ਲੈਣਾ, ਕਹਿੰਦੇ ਲੈ। ਫਿਰ ਪੁੱਤ ਆਪਾਂ ਦੇ ਵਿੱਚ ਬੋਲਦੇ ਆ, ਭੈੜੇ ਵੱਜਦੇ ਆ। ਫਿਰ ਮੈਂ ਵੀ ਆਈ ਚੁੱਪ ਵੱਟ ਲਈ ਵੀ ਚੱਲ, ਜਿਵੇਂ ਭਾਈ ਸਾਨੂੰ ਚੰਗਾ ਲੱਗਦਾ, ਆਪਦਾ ਬੰਨੋ ਘਰ ਨੂੰ। ਦੇਖ ਲਾਵਾਂ, ਤੁਸੀਂ ਦੁਰਾਣੀ ਜਠਾਣੀ ਕਦੇ ਨਹੀਂ ਲੜੀਆਂ ਸੀ, ਕਦੇ ਚੂਨ ਦੀ ਆਵਾਜ਼ ਵੀ ਨਹੀਂ ਪਿੰਡੋਂ ਬਾਹਰ ਗਈ ਸੀਗੀ, ਅਤੇ ਇਹ ਦੋਨਾਂ ਭੈਣਾਂ ਨੇ ਸਾਰੇ ਰਿਸ਼ਤੇਦਾਰੀਆਂ 'ਚ ਜਲੂਸ ਕੱਢਤਾ ਆਪਣਾ। ਸਾਨੂੰ ਤਾਂ ਪੁੱਤ ਤੇਰੇ ਦਾਦੇ ਦਾ ਅਤੇ ਤੇਰੀ ਦਾਦੀ ਦਾ ਬੁਲਾਈ ਡਰ ਸੀ, ਅਸੀਂ ਕਿੱਥੇ ਬੋਲਦੀਆਂ ਲੜਦੀਆਂ ਸੀ, ਆ ਹੁਣੀ ਟਾਈਮ ਪਤਾ ਨਹੀਂ ਕਿਹੋ ਜਿਹਾ ਆ ਗਿਆ। ਚੱਲ ਕੋਈ ਨਾ ਮਾਂ, ਤੂੰ ਦੁਖੀ ਨਾ ਹੋ, ਹਰਪ੍ਰੀਤ ਘਰੇ ਆ, ਭਰ ਕੇ ਹੋਣੀ ਉਹਦੇ ਕੰਨ ਵੀ, ਦੇਖ ਲੈ ਤੇਰੀ ਨਣਦ ਆਈ ਹੈ, ਤੇਰੇ ਕੰਨੀ ਤਾਂ ਆ ਕੇ ਨੀ ਖੜੀ, ਆ ਖੜੀ ਹੈ। ਹੋਰ ਹਰਪ੍ਰੀਤ ਕਿਵੇਂ ਹੈ? ਵਧੀਆ ਤਾਈ, ਤੁਸੀਂ ਦੱਸੋ ਕਿਵੇਂ ਹੋ? ਠੀਕ ਹੈ ਪੁੱਤ। ਤੇ ਰਾਜਪਾਲ ਨੀ ਦੀਦਾ? ਉਹਦੇ ਇੱਧਰ ਨੂੰ ਗਏ ਹੋਏ ਨੇ। ਹੋਰ ਦੱਸ, ਕੰਮ ਧੰਦਾ ਠੀਕ ਹੈ? ਤਾਈ ਕੰਮ ਧੰਦਾ ਠੀਕ ਹੈ, ਬਸ ਹੋ ਹੀ ਜਾਂਦਾ ਟਾਈਮ ਪਾਸ ਜਾ। ਨੀ ਚੱਲ ਪੁੱਤ, ਕਹਿੰਦੇ ਹੁੰਦੇ ਅੱਜ ਕੱਲ ਦੇ ਜਮਾਨੇ ਚ ਟਾਈਮ ਪਾਸ ਹੋ ਜੇ ਉਹੀ ਬਥੇਰਾ। ਹਾਂ ਤਾਈ ਇਹ ਤਾਂ ਹੈ, ਤੇ ਮੈਂ ਪੁੱਛਦੀ ਸੀ ਕਿਵੇਂ ਆਈ। ਨਹੀਂ ਮੈਂ ਤਾਂ ਕਿਵੇਂ ਕੀ ਆਈ, ਤੇਰੀ ਨਣਦ ਆਈ ਹੈ, ਤੈਨੂੰ ਪਤਾ? ਹਾਂ ਤਾਈ ਮੈਨੂੰ ਪਤਾ। ਨਹੀਂ ਮੈਂ ਤਾਂ ਕਾਰ 'ਚ ਉਤਰਦੀ ਨੂੰ ਦੇਖਿਆ ਸੀ, ਅੱਡੇ ਅੱਡੇ ਝੋਲੀ ਲਿਆਈ ਹੈ ਭਰ ਕੇ। ਅੱਛਾ ਤਾਈ। ਹਾਂ ਨਾ ਤੇਰੇ ਕਨੀ ਆਈ ਨੀ? ਨਾ ਮੇਰੇ ਕੋਲ ਤਾਂ ਆਈ ਨੀ ਹਜੇ। ਨਾ ਇਹੋ ਜਿਹੀ ਨਣਦਾ ਤੂੰ ਕੀ ਕਰਾਉਣਾ, ਜਦੋਂ ਭਰਾ ਭਰਜਾਈ ਨੂੰ ਚੰਗਾ ਹੀ ਨਹੀਂ ਸਮਝਣਾ, ਦੇਖ ਲੈ ਤੇਰੇ ਕੋਲ ਆ ਕੇ ਨਹੀਂ ਖੜੀ। ਉਹੀ ਤਾਂ ਗੱਲ ਹੈ ਤਾਈ, ਬਸ ਜਿੰਨਾ ਕੁ ਮੇਰਾ ਕਰ ਲੂਗੀ ਓਨਾ ਕੁ ਕਰਵਾ ਲੂਗੀ। ਨਹੀਂ ਤਾਂ ਹੀ ਤਾਂ ਕਦਰ ਘਟਾ ਲੈਂਦੀਆਂ, ਫਿਰ ਕਹਿੰਦੀਆਂ ਕਿ ਭਰਜਾਈਆਂ ਸਿਆਣਦੀਆਂ ਨਹੀਂ, ਜਦੋਂ ਆਪ ਨਹੀਂ ਤੁਸੀਂ ਭਰਜਾਈਆਂ ਨੂੰ ਸਿਆਣ ਦਿਓ। ਉਹੀ ਤਾਂ ਗੱਲ ਹੈ ਤਾਈ, ਪਰ ਚੰਗਾ ਹੀ ਆ, ਜੇ ਇੱਧਰ ਆਉਂਦੀ ਹੈ ਤਾਂ ਵੱਧ ਤੋਂ ਖਰਚੇ ਕਰਵਾ ਕੇ ਜਾਂਦੇ, ਨਾ ਆਵੇ ਵਧੀਆ। ਨਹੀਂ ਉਹ ਤਾਂ ਗੱਲ ਠੀਕ ਹੈ ਪੁੱਤ ਤੇਰੀ, ਪਰ ਖਰਚੇ ਦੀ ਗੱਲ ਨਹੀਂ ਹੁੰਦੀ, ਇਹ ਤਾਂ ਮਾਨ ਤਾਨ ਹੋ ਜਾਂਦਾ ਧੀ ਭੈਣ ਦਾ। ਤਾਈ ਜਦੋਂ ਆਪ ਹੀ ਨਹੀਂ ਮਾਨ ਤਾਨ ਕਰਵਾ ਕੇ ਰਾਜੀ, ਤਾਂ ਫਿਰ ਅਸੀਂ ਕਿਵੇਂ ਕਰ ਦਈਏ? ਨਹੀਂ ਜਦੋਂ ਪਹਿਲਾਂ ਆਈ ਸੀ ਉਦੋਂ ਵੀ ਮੈਂ ਤਾਂ ਉੱਧਰੋਂ ਹੀ ਦੇਖੀ ਸੀ ਤੇਰੀ ਸੱਸ ਕਨੀ, ਤੇਰੀ ਸੱਸ ਕਿਹੜਾ ਚੱਜਦੀ ਹੈ, ਨਹੀਂ ਉਹ ਕਹੇ ਵੀ ਭਾਈ ਤੈਨੂੰ ਤਾਂ ਦੋਨੇ ਭਰਾ ਇੱਕੋ ਜਿਹੇ ਆ, ਤੂੰ ਉੱਧਰ ਵੀ ਲਾ ਕੇ ਆ 4 ਦਿਨ। ਮੰਮੀ ਤਾਂ ਆਪ ਨਹੀਂ ਆਉਂਦੀ, ਉਹਨੂੰ ਕਿੱਥੇ ਕਹੂਗੀ? ਉਹ ਤਾਂ ਉਹਦੇ ਮੂਹਰੇ ਗੋਲੀ ਲੱਗੀ ਰਹਿੰਦੀ ਹੈ, ਮੈਂ ਤਾਂ ਜਦੋਂ ਜਾਂਦੀ ਹਾਂ ਕਦੇ ਭਾਂਡੇ ਮਾਂਜਦੀ ਹੁੰਦੀ ਹੈ, ਕਦੇ ਸਬਜ਼ੀ ਧਰੀ ਜਾਂਦੀ ਹੁੰਦੀ ਹੈ, ਕਦੇ ਨਹੀਂ ਮੈਂ ਤਾਂ ਦੇਖਿਆ ਉਹਨੂੰ ਮਾਂ ਦੀ ਧੀ ਨੂੰ ਵੀ ਅੱਜ ਮੰਜੇ 'ਤੇ ਬੈਠੀ ਹੈ। ਨਾ ਜੇ ਮੰਮੀ ਮੇਰੇ ਕੋਲ ਆਉਂਦੀ ਹੈ ਤਾਂ ਮੇਰੇ ਤੋਂ ਤਾਂ ਬੈਠੀ ਭਾਲਦੀ ਆ, ਉਹਦੇ ਅੱਗੇ ਪਿੱਛੇ ਕੰਮ ਕਰਦੀ ਫਿਰਦੀ ਆ। ਨਹੀਂ ਕਿੱਥੇ, ਤੂੰ ਜਾ ਕੇ ਦੇਖੀ ਕਦੇ, ਚੋਰੀਆਂ ਸਾਰਾ ਦਿਨ ਐਂ ਲੱਗੀ ਰਹਿੰਦੀ ਹੈ ਜਿਵੇਂ ਕੋਈ ਨੌਕਰ ਨਹੀਂ ਹੁੰਦੀ ਹੈ। ਮੈਂ ਤਾਂ ਕੀ ਕਰਨਾ ਤਾਈ, ਜਾ ਕੇ ਉੱਧਰ ਮੈਂ ਤਾਂ ਉਹੀ ਨਹੀਂ ਜਾਂਦੀ। ਨਹੀਂ ਵਧੀਆ, ਤੂੰ ਤਾਂ ਉਹਨਾਂ ਦੇ ਮੂੰਹ ਨਾ ਹੀ ਲੱਗ, ਇੱਥੇ ਵਧੀਆ ਆਪਦਾ ਐਸ਼ ਨਾ ਰਹਿਣੀ ਹੈ, ਜਿੰਨਾ ਹੁੰਦਾ ਉਹਨਾਂ ਕਰ ਲੈਣੀ ਹੈ, ਉਹਨਾਂ ਦੇ ਗੋਲਾ ਧੰਦਾ ਕਰਨ ਨਾਲੋਂ ਤਾਂ ਚੰਗੀ ਹੈ ਤੂੰ। ਉਹੀ ਤਾਂ ਗੱਲ ਹੈ ਤਾਈ, ਕਿਸੇ ਦੇ ਹੈ ਨਹੀਂ ਖੈ ਨਹੀਂ, ਆਪਦਾ ਕਰਦੀ ਆਪਦਾ ਖਾਂਦੀ ਹਾਂ। ਨਾ ਨਾਲੇ ਪ੍ਰਾਹੁਣਾ ਨਹੀਂ ਆਉਂਦਾ ਇੱਧਰ?
ਤਾਈ ਪ੍ਰਾਹੁਣੇ ਨਹੀਂ ਕਿੱਥੋਂ ਆਉਣਾ ਜਦੋਂ ਸਾਡੀ ਕੁੜੀ ਨਹੀਂ ਆਉਂਦੀ ਤੇ ਬਗਾਨਾ ਪੁੱਤ ਕਿੱਥੋਂ ਅੱਜ ਸਾਡੇ ਘਰੇ ਪਤਾ ਨਹੀਂ ਕੀ ਕੰਨ ਭਰੇ ਇਹਨਾਂ ਨੇ ਇੱਕ ਦਿਨ ਆ ਕੇ ਨਹੀਂ ਖੜਾ ਸਾਡੇ ਤਾਂ ਨਹੀਂ ਕੰਨ ਤਾਂ ਭਰੇ ਹੀ ਹੈ ਧੀਏ ਐਂ ਕਹਿੰਦੇ ਵੀ ਸਾਡਾ ਪ੍ਰਾਹੁਣਾ ਸਰਕਾਰੀ ਨੌਕਰੀ ਲੱਗਿਆ ਵੀ ਇਹ ਗਰੀਬ ਹੈ ਸੋਨੂੰ ਨੀਵਾਂ ਦਿਖਾਉਂਦੇ ਆ ਪ੍ਰਾਹੁਣੇ ਦੀਆਂ ਨਜ਼ਰਾਂ 'ਚ ਗੱਲ ਤਾਂ ਸਹੀ ਹੈ ਤੇਰੀ ਤਾਈ ਸਾਡੀ ਕੁੜੀ ਨਹੀਂ ਚੱਜਦੀ ਇਹ ਨਹੀਂ ਕੰਨ ਭਰੇ ਹੋਣਗੇ ਉਹ ਡੀਪੀ ਮਾਸਟਰ ਨਾ ਸਾਡਾ ਪ੍ਰਾਹੁਣਾ ਉਹਨੂੰ ਆਏ ਹੋਊਗਾ ਵੀ ਕਿਉਂ ਇੱਥੇ ਘਰੇ ਲੈ ਕੇ ਆਉਣਾ ਅਸੀਂ ਤਾਂ ਕੋਠੀ ਪਾਉਣੀ ਸੀ ਸਾਡੇ ਤਾਂ ਹਿੱਸੇ 'ਚ ਆਹ ਆ ਗਿਆ ਹੁਣ ਤਾਂ ਅਸੀਂ ਪੈਸੇ ਜੋੜੀ ਜਾਂਦੇ ਆਪਦੀ ਕੋਠੀ ਲਵਾਂਗੇ ਪਤਾ ਹੀ ਇਹਨਾਂ ਨੂੰ ਫੇਰ ਲੱਗੂ ਜੇ ਇਹਨਾਂ ਨੂੰ ਦੋ ਚੰਦੇ ਚੜ੍ਹਦੇ ਉੱਤੇ ਕਰੋਗੇ ਤੁਸੀਂ ਹਾਂ ਕੋਈ ਨਾ ਤਾਈ ਹੁਣ ਦੇਖੀ ਜਾਈ ਤੂੰ ਨਾ ਆਹ ਗੱਲ ਸੁਣ ਲੈ ਦੇਖ ਲੈ ਪਰਮ ਦੀ ਸਖੀ ਭੈਣ ਹੈ ਤੇਰੀ ਚੱਲ ਕੀ ਹੋ ਗਿਆ ਜੇ ਜਠਾਣੀ ਬਣ ਗਈ ਉਹ ਨਹੀਂ ਸੋਚਦੀ ਵੀ ਨਾ ਭਾਈ ਤੂੰ ਮੇਰੀ ਭੈਣ ਕਨੀ ਵੀ ਗੇੜਾ ਮਾਰ ਕੇ ਆ ਤਾਈ ਤੈਨੂੰ ਕੀ ਦੱਸਾਂ ਸਾਡੀ ਵੱਡੀ ਦੇ ਤਾਂ ਕੰਡੇ ਬੀਜ ਆ ਮੂੰਹ ਤੋਂ ਮਿੱਠੀ ਆ ਅੰਦਰੋਂ ਮਿਸਕਮੀਨੀ ਆ ਤਾਂ ਹੀ ਤਾਂ ਅਸੀਂ ਅੱਡ ਹੋਏ ਹਾਂ ਤਾਂ ਪਰ ਮੈਨੂੰ ਮਾੜੀ ਬਣਾ ਦਿੰਦੀ ਆ ਦੂਜਿਆਂ ਅੱਗੇ ਨਹੀਂ ਪੁੱਤ ਉਹ ਕਹਿੰਦੇ ਹੁੰਦੇ ਆ ਨਾ ਆ ਕੇ ਬੋਲੀਆਂ ਨੇ ਬੋਲ ਵਿਗਾੜੇ ਮਿੰਨਾਂ ਨੇ ਪਿੰਡ ਵਿਜਾੜੇ ਮਿੰਨੀ ਆ ਤੇਰੀ ਭੈਣ ਤਾਈ ਮੈਨੂੰ ਤਾਂ ਕਿਸੇ ਦੀ ਲੋੜ ਨਹੀਂ ਨਾ ਮੇਰੀ ਭੈਣ ਦੀ ਨਾ ਮੇਰੀ ਸੱਸ ਦੀ ਨਾ ਮੇਰੀ ਨਨਾਣ ਦੀ ਕੋਈ ਵੀ ਨਾ ਆਵੇ ਸਾਡੇ ਤਾਂ ਅਸੀਂ ਤਾਂ ਆਪਦੇ ਘਰੇ ਰਾਜੇ ਆ ਵਧੀਆ ਰਾਜ ਕਰਦੇ ਹਾਂ ਨਹੀਂ ਰਾਜੇ ਤਾਂ ਹੈਗੇ ਹੋ ਪਰ ਮੇਰਾ ਤਾਂ ਜਦੋਂ ਉਤਰੀ ਨਾ ਕਾਰ ਤੋਂ ਐਡੇ ਲਿਫਾਫੇ ਦੇ ਕੇ ਬੁਲਾਈ ਢਿੱਡ ਮੱਚਿਆ ਵੀ ਲੈ ਦੇਖ ਲੈ ਉਹਨੂੰ ਤਾਂ ਬਗਾਨੀ ਬਣਾ ਰੱਖੀ ਹੈ ਇਹ ਆਪਦੇ ਹੋ ਗਏ ਭਾਈ ਬਗਾਨੇ ਵਾਂਗੂ ਕਰਦੀ ਹੈ ਦੋ ਮਿੰਟ ਆ ਜਾਂਦੀ ਆ ਮੁੜ ਕੇ ਭੱਜ ਜਾਂਦੀ ਆ ਨਾ ਤੈਨੂੰ ਵੀ ਕੀ ਲੋੜ ਹੈ ਫਿਰ ਦੋ ਮਿੰਟ ਮੂੰਹ ਲਾਉਣ ਦੀ ਤੂੰ ਵੀ ਕੁੰਡਾ ਲਾ ਕੇ ਵਗ ਜਾ ਕਰ ਬਾਹਰ ਜਦੋਂ ਤੈਨੂੰ ਪਤਾ ਲੱਗ ਜਾਵੇ ਵੀ ਤੇਰੇ ਕਨੀ ਆਉਂਦੀ ਕੋਈ ਨਾ ਤਾਈ ਆਉਂਦੇ ਐਕਤੀ ਮੈਂ ਬਹੁਤ ਸੁਣਾਉਂਗੀ ਉਹਨੂੰ ਤੂੰ ਸੁਣਾ ਦੀ ਤੈਂ ਕੀ ਲੈਣਾ ਜਦੋਂ ਤੇਰੀ ਨਹੀਂ ਬਣਦੀ ਐਂ ਨਹੀਂ ਸੋਚਦੀ ਮੇਰੇ ਭਾਈ ਭਰਜਾਈ ਹੈ ਕੋਈ ਨਾ ਮੇਰੇ ਘਰੇ ਪੈਰ ਤਾਂ ਪਾ ਕੇ ਦੇਖੇ ਫਿਰ ਦੇਖੀ ਤੂੰ ਵਧੀਆ ਤੇ ਨਾਲੇ ਤੇਰੀ ਭੈਣ ਨੂੰ ਵੀ ਪਰਮ ਨੂੰ ਸੁਣਾ ਦੀ ਵੱਡੀ ਨੂੰ ਨਹੀਂ ਉਹ ਤਾਂ ਮੈਂ ਬਥੇਰੇ ਸੁਣਾਉਂਦੀ ਹਾਂ ਠੀਠ ਹੈ ਉਹ ਤਾਂ ਆ ਤੇਰੀ ਸੱਸ ਦੀ ਦੇਖ ਲੈ ਸ਼ਰਮ ਲਾ ਰੱਖੀ ਹੈ ਐਂ ਕਹੇ ਵੀ ਧੀਏ ਤੂੰ ਜਾ ਉੱਧਰ ਕੋਈ ਨਾ ਜੇ ਇੱਕ ਦਿਨ ਇੱਥੇ ਤਾਂ ਦੋ ਦਿਨ ਲਾ ਕੇ ਆ ਉੱਧਰ ਤਾਈ ਸਭ ਰਲੇ ਮਿਲੇ ਭਗਤ ਹੈ ਉਹਦੇ ਪਿੱਛੇ ਹੀ ਲੱਗਦੇ ਆ ਇਹ ਥੋੜ੍ਹਾ ਜਿਹਾ ਹਕਾਰ ਨਹੀਂ ਕਰਦੀ ਪ੍ਰਾਹੁਣੇ ਦਾ ਵੀ ਸਰਕਾਰੀ ਨੌਕਰੀ 'ਤੇ ਕੁਛ ਜ਼ਿਆਦਾ ਹਕਾਰ ਹੋਇਆ ਪਿਆ ਸਰਕਾਰੀ ਨੌਕਰੀ ਕੀ ਲੱਗ ਗਿਆ ਨਾ ਚੱਲ ਕੋਈ ਨਾ ਤਾਈ ਕੀ ਲੈਣਾ ਹੈ ਤੂੰ ਆਪਦੇ ਘਰੇ ਜਦੋਂ ਖੇਤੀ ਕਰਦਾ ਨਾ ਬੰਦਾ ਉਹ ਸਰਦਾਰ ਹੀ ਹੁੰਦਾ ਉਹੀ ਤਾਂ ਗੱਲ ਹੈ ਤਾਈ ਚੱਲ ਚੰਗਾ ਪੁੱਤ ਮੈਂ ਤਾਂ ਜਾਣੀ ਆ ਚਾਹ ਬਣਾ ਦਿੰਦੀ ਤਾਈ ਮੈਂ ਨਹੀਂ ਨਾ ਬਸ ਮੈਂ ਤਾਂ ਲੰਘੀ ਆਉਂਦੀ ਸੀ ਮੈਂ ਆਖਿਆ ਚੱਲ ਮੈਂ ਹਾਲ ਚਾਲ ਪੁੱਛਿਆ ਵਾਂ ਨਾਲੇ ਮੇਰਾ ਢਿੱਡ ਜਾਫਰਿਆ ਪਿਆ ਸੀ ਮਹਾਂ ਚੱਲ ਮੈਂ ਗੱਲ ਦੱਸ ਕੇ ਆਵਾਂ ਹਰਪ੍ਰੀਤ ਨੂੰ ਵੀ ਨਾਲੇ ਤਾਈ ਤੂੰ ਆ ਗਈ ਮੈਂ ਇਕੱਲੀ ਜੀ ਫਿਰਦੀ ਸੀ ਆ ਜਾ ਕਰ ਮੇਰੇ ਕੋਲ ਹਾਂ ਚੱਲ ਕੋਈ ਨਾ ਗੇੜਾ ਮਾਰ ਲਿਆ ਕਰੂੰਗੀ ਮੈਂ ਹਾਂ ਹਾਂ ਚੱਲ ਠੀਕ ਹੈ ਤਾਈ ਚੰਗਾ ਠੀਕ ਹੈ ਪੁੱਤ ਹਾਂ ਮੰਮੀ ਆ ਲੈ ਆ ਲਫਾਫਾ ਲੈ ਜਾ ਇਹਦੇ ਚ ਤੁਹਾਡੇ ਦੋਨਾਂ ਦੇ ਕੱਪੜੇ ਆ ਤੇਰੇ ਤੇ ਕੁਲਦੀਪ ਦੇ ਅੱਛਾ ਤੇ ਉਹ ਲਫਾਫਾ ਆ ਪੁੱਤ ਉਧਰ ਲੈ ਜਾਊਗੀ ਮਨਿੰਦਰ ਜਦੋਂ ਉਧਰ ਗਈ ਮੇਰੇ ਨਾਲ ਉਹਨਾਂ ਦਾ ਲਫਾਫਾ ਹਾਂ ਇਹ ਉਹਨਾਂ ਦਾ ਗਾ ਇਹਦੇ ਚ ਉਹਨਾਂ ਦੇ ਕੱਪੜੇ ਆ ਪੁੱਤ ਉਹਨਾਂ ਨੂੰ ਦੇਣ ਦੀ ਕੀ ਲੋੜ ਸੀ ਲੈ ਵੇਖ ਲਾ ਕੇ ਉਹਨਾਂ ਨੂੰ ਦੇਣ ਦੀ ਕੀ ਲੋੜ ਸੀ ਇਹਨੂੰ ਤਾਂ ਦੋਨੇ ਭਰਾ ਇੱਕੋ ਜਿਹਾ ਪੁੱਤ ਨਾਲੇ ਤੁਸੀਂ ਪਾਠ ਤੇ ਗਏ ਨਹੀਂ ਭਾਈ ਇਹਨੇ ਤਾਂ ਖਰੀਦੇ ਹੀ ਸੀ ਕੱਪੜੇ ਤੁਹਾਨੂੰ ਤਾਂ ਨਹੀਂ ਸ਼ਰਮ ਆਈ ਉਹ ਕੰਮ ਹੋ ਗਿਆ ਉਦੋਂ ਬੇਬੇ ਤੁਹਾਨੂੰ ਤਾਂ ਪਤਾ ਹੈਗਾ ਸਾਰਾ ਕੰਮ ਤਾਂ ਛੱਡ ਕੇ ਜਾਈਦਾ ਹੁੰਦਾ ਭੈਣ ਭਰਾ ਕੋਲੇ ਜਦੋਂ ਜਾਗੇ ਹਾਂ ਸਾਰਾ ਕੁਝ ਤਾਂ ਪਤਾ ਹੈਗਾ ਗਏ ਕਿਉਂ ਨਹੀਂ ਮੈਨੂੰ ਤਾਂ ਸਾਰਾ ਕੁਝ ਹੀ ਪਤਾਗਾ ਹੁਣ ਤੂੰ ਮੈਨੂੰ ਦੁਬਾਰੇ ਨਾ ਦੱਸ ਮੈਂ ਤੈਨੂੰ ਦੱਸਾਂ ਮੈਨੂੰ ਗੁੱਸਾ ਚੜਾਏਗਾ ਮੈਂ ਕੱਲੀ ਗਈ ਸੀ ਮੈਨੂੰ ਕੰਮ ਨਹੀਂ ਸੀ ਘਰੇ ਕੋਈ ਨਾ ਫਿਰ ਐ ਹੁਣ ਕੰਮ ਹੋ ਹੀ ਜਾਂਦਾ ਬੰਦੇ ਨੂੰ ਮਨਿੰਦਰ ਨਾ ਇਹ ਜਵਾਕ ਨਹੀਂ ਇਹ ਜਵਾਕ ਨਹੀਂ ਉੱਥੇ ਡੀਕਦੀ ਰਹੀ ਮੇਰੇ ਦੋ ਭਰਾ ਦੋਹਾਂ ਚ ਇੱਕ ਵੀ ਨਹੀਂ ਆ ਕੇ ਖੜਿਆ ਉਹ ਗਏ ਨਹੀਂ ਉਧਰ ਲਈ ਲੈ ਵੇਖ ਲੈ ਜਿਵੇਂ ਪਤਾ ਹੀ ਨਹੀਂ ਹੁੰਦਾ ਵੀ ਕਿਵੇਂ ਇਹਨਾਂ ਨੂੰ ਸਾਰਾ ਹੀ ਪਤਾ ਹੈਗਾ ਇਹ ਮੱਥ ਕੇ ਹੀ ਨਹੀਂ ਗਏ ਵੀ ਉਹ ਨਹੀਂ ਜਾਂਦੇ ਅਸੀਂ ਨਹੀਂ ਜਾਂਦੇ ਮੈਨੂੰ ਉਹਨਾਂ ਨੇ ਇਹੀ ਗੱਲ ਕਹੀ ਸੀ ਉਹ ਕਾਣੂ ਕੰਮ ਪੈ ਗਿਆ ਹੁਣ ਕੰਮ ਕਿਹੜਾ ਪੈ ਗਿਆ ਵੀਰੇ ਹੁਣ ਕਿਤੇ ਹੋਰ ਜਾਣਾ ਹੋਵੇ ਤਾਂ ਬਥੇਰਾ ਭੱਜ ਕੇ ਜਾ ਵੜਦੇ ਹੋ ਤੁਸੀਂ ਵੀ ਉਹ ਨਹੀਂ ਲਹੇ ਦੇ ਕਮਲੀ ਜਾਇਆ ਨਹੀਂ ਗਿਆ ਤੂੰ ਕੋਈ ਨਹੀਂ ਚੱਲ ਫੇਰ ਆਵਾਂਗੇ ਜਦੋਂ ਤੂੰ ਪ੍ਰੋਗਰਾਮ ਰੱਖਿਆ ਕੋਈ ਨਾ ਵੀਰੇ ਚੱਲ ਕੋਈ ਨਾ ਭਾਈ ਤੁਹਾਡੀ ਮਰਜ਼ੀ ਆ ਜਿਹੋ ਜਿਹਾ ਤੁਸੀਂ ਜਾਓਗੇ ਉਹ ਜਾਏ ਉਹਨਾਂ ਦੇ ਕੱਪੜਿਆਂ ਨੂੰ ਕੀ ਸੀ ਉਹਨਾਂ ਦੇ ਵਾਧੂ ਕੱਪੜੇ ਪਏ ਮੈਨੂੰ ਲਿਆਂਦੀ 2-4 ਹਜ਼ਾਰ ਦੇ ਹੋਰ ਮਹਿੰਗੇ ਤੂੰ ਆਈ ਤਾਂ ਹੈਗੀ ਹੁਣ ਤੇ ਲੈ ਵੀਰੇ ਕੋਈ ਨਾ ਤੇਰੇ ਵੀ ਮਹਿੰਗੇ ਲੈ ਕੇ ਆਈ ਕੱਪੜੇ ਤੇਰੇ ਕਹਿੰਦਾ ਸਸਤੇ ਲੈ ਕੇ ਆਉਂਦੇ ਆ ਨਾਲੇ ਜੇ ਤੇਰਾ ਹੱਕ ਨਾ ਜਿੰਨਾ ਉਹਨਾਂ ਹੀ ਉਹਦਾ ਹੱਕ ਵੀ ਬਣਦਾ ਹੀ ਆ ਕੱਪੜਿਆਂ ਦਾ ਓਏ ਹੱਕ ਤਾਂ ਬਣਦਾ ਗਾ ਖਰਚੇ ਕਰਦਾ ਮੈਂ ਰਹੇ ਨਾ ਇੱਧਰ ਕੱਪੜੇ ਤੂੰ ਉਹਨਾਂ ਨੂੰ ਬਰਾਬਰ ਦੇ ਆਉਣੀ ਆ ਫਿਰ ਇਹ ਗੱਲ ਤਾਂ ਗਲਤ ਆ ਨਾ ਹੋਰ ਕੀ ਇੱਧਰ ਹੀ ਵਧੀਆ ਜੇ ਲਿਆਉਂਦੀ ਉਹਨਾਂ ਨੂੰ ਤਾਂ ਐਵੇਂ ਹੀ ਦੇ ਦਿੰਦੀ ਤਾਂ ਵੀ ਸਰ ਜਾਂਦਾ ਲੈ ਵੇਖ ਲੈ ਕੁੜੇ ਕਿੰਨਾ ਫਰਕ ਕਰਦੇ ਆ ਇੱਕ ਦੂਜੇ ਨਾਲ ਹੈ
ਕਾਹਨੂੰ ਫਰਕ ਕਰਦੇ ਆ, ਜਿਹੜੇ ਹਿਸਾਬ ਨਾਲ ਬੰਦਾ ਚੱਲੇ ਉਸ ਹਿਸਾਬ ਨਾਲ ਚੱਲਣਾ ਪੈਂਦਾ। ਕੋਈ ਨਾ, ਜਿਹੜੇ ਆਪਣੇ ਤੋਂ ਨਾ ਛੋਟੇ ਆ ਉਹਨਾਂ ਨੂੰ ਅਕਲ ਘੱਟ ਹੈਗੀ ਆ। ਸਰ ਜੇ ਉਹ ਆਪਣੇ ਨਾਲ ਇਹੋ ਜਿਹਾ ਕਰਦੇ, ਆਪਾਂ ਤਾਂ ਨੀ ਉਹਨਾਂ ਨੂੰ ਐਵੇਂ ਕਰਨਾ, ਆਪਾਂ ਨੀ ਫਰਕ ਕਰਦੇ ਉਹਨਾਂ ਨਾਲ। ਉਹ ਭੈਣੇ ਮੇਰੀਏ, ਜਦੋਂ ਅਗਲਾ ਫਰਕ ਕਰਦਾ ਫਿਰ ਆਪਾਂ ਨੂੰ ਵੀ ਤਾਂ ਕਰਨਾ ਹੀ ਪਊਗਾ। ਉਹਦਾ ਸਿਰ ਚ ਗਲੀਆਂ ਕਰਦੇ ਆ, ਲੋਕਾਂ ਕੋਲੇ ਜਾ ਜਾ ਨੇਂਦੇ ਆ, ਫਿਰ ਹੁਣ ਕੀ ਕਰੀਏ ਦੱਸ ਤੂੰ। ਲੋਕ ਵੀ ਕੁੱਤੇ ਆ, ਕੁਛ ਗੱਲਾਂ ਤਾਂ ਆਪਦੇ ਕੋਲੋਂ ਬਣਾ ਕੇ ਦੱਸਦੇ ਵੀਰੇ, ਐਵੇਂ ਨੀ ਭੈਣ ਭਰਾ ਚ ਲੜੀਦਾ ਹੁੰਦਾ ਬਿਨਾ ਗੱਲੋਂ। ਕੋਈ ਐਂ ਮੈਂ ਕਿਹੜਾ ਜਵਾਕ ਆ, ਮੈਨੂੰ ਪਤਾ ਨੀਗਾ ਵੀ ਕੌਣ ਕੋਲੋਂ ਬਣਾਉਂਦਾ। ਜਿਹੜੀ ਗੱਲ ਕਹਿੰਦੇ ਆ ਮੈਨੂੰ ਪਤਾ ਹੀ ਆ, ਉਹਨਾਂ 'ਚ ਹੀ ਰਿਹਾ ਮੈਂ ਸ਼ੁਰੂ ਤੋਂ, ਸਾਰਾ ਕੁਝ ਪਤਾ ਮੈਨੂੰ। ਮਨਿੰਦਰ, ਲੋਕਾਂ ਨਾਲ ਹੀ ਤਾਂ ਫਰਕ ਪਵਾਇਆ ਇਹਨਾਂ ਦਾ, ਹੋਰ ਕਿਹਨੇ ਪਵਾਇਆ ਗਾ। ਉਹ ਬਸ ਬੇਬੇ, ਤੂੰ ਵੀ ਨਾ ਐਵੇਂ ਦੋਨੇ ਪਾਸੇ ਚੱਲਿਆ ਕਰ। ਵੀਰੇ ਮੈਨੂੰ ਕਿਸੇ ਗੱਲ ਦਾ ਨੀ ਪਤਾ ਹੈਗਾ, ਪਰ ਮੈਂ ਤਾਂ ਦੋਨਾਂ ਭਰਾਵਾਂ ਨੂੰ ਇੱਕੋ ਜਿਹਾ ਹੀ ਮੰਨਦੀ ਹਾਂ ਤੇ ਇੱਕੋ ਜਿਹਾ ਵਰਤੂੰਗੀ ਦੋਨਾਂ ਨਾਲ, ਮੇਰੇ ਤੋਂ ਦਰਿਆਉਂਤ ਨਹੀਂ ਹੁੰਦੀ ਕਿਸੇ ਨਾਲ ਵੀ। ਦੀਦੀ ਮੇਰੀ ਗੱਲ ਸੁਣੋ, ਤੁਸੀਂ ਤਾਂ ਨਹੀਂ ਫਰਕ ਕਰਦੇ, ਉਹ ਫਰਕ ਕਰਦੇ ਆ, ਨਾਲੇ ਮਾਂ ਨੂੰ ਤਾਂ ਅਸੀਂ ਸਾਂਭਦੇ, ਉਹ ਤਾਂ ਨਹੀਂ ਸਾਂਭਦੇ ਨਾ। ਉਹ ਇਹਨਾਂ ਨੂੰ ਕਿੱਥੇ ਪਤਾ ਪਰਮ ਜਰ, ਇਹ ਤਾਂ ਬਸ ਆਪਦਾ। ਉਹ ਇਹ ਤਾਂ ਸਮਝਾਈਏ ਨੀ ਦੀਦੀ, ਵੀ ਨਾ ਸਮਝਦੇ ਨੀ ਨਾ। ਮੇਰੀ ਗੱਲ ਸੁਣੋ, ਤੁਸੀਂ ਮੈਨੂੰ ਕਿੰਨੇ ਵਾਰ ਇੱਕ ਗੱਲ ਸੁਣਾਤੀ ਵੀ ਮਾਂ ਨੂੰ ਅਸੀਂ ਸਾਂਭਦੇ ਆ, ਮਾਂ ਨੂੰ ਅਸੀਂ ਸਾਂਭਦੇ ਆ, ਮਾਂ ਕਿਹੜਾ ਮੇਰੀ ਇਕੱਲੀ ਦੀ ਆ, ਤੁਹਾਡੀ ਵੀ ਤਾਂ ਮਾਂ ਹੈਗੀ ਆ ਨਾ, ਤੁਸੀਂ ਤਾਂ ਸਾਂਭੋਗੇ ਤਾਂ ਹੋਰ ਕੌਣ ਸਾਂਭੂਗਾ। ਸਾਂਭਦੇ ਤਾਂ ਹੈਗੇ ਆ, ਮਾਂ ਨੇ ਸਦਾ ਤਾਂ ਉਹਨਾਂ ਨੂੰ ਦਿੱਤਾ, ਫਿਰ ਅਸੀਂ ਫਿਰਦੇ ਆ ਡਮਰੂ ਵਜਾਉਂਦੇ। ਨਹੀਂ, ਇਹ ਤਾਂ ਬੁੱਤਾਂ ਐਂ ਕਹਿੰਦੇ ਆ ਵੀ ਅੱਥ ਨੇ ਤਾਂ ਮਾਂ ਕੌਲਾ ਉਧਰ ਤਰ ਲਿਆ ਕਰੇ ਤੜਕੇ ਸਾਡੇ ਕੰਨੀ, ਇਹਨਾਂ ਨੂੰ ਤਾਂ ਆਇਆ ਵੀ ਜਲੂਸ ਕੱਢ ਦੇਗੇ ਮਾਂ ਦਾ। ਕੋਈ ਨੀ, ਜਲੂਸ ਕੱਢਦਾ ਕੋਈ, ਕਿਸੇ ਦਾ ਬੈਠੀ ਆ ਚੰਗੀ ਭਾਈ, ਤੇਰੇ ਸਾਹਮਣੇ ਦਵਾਈ ਬੂਟੀ ਮਿਲੀ ਜਾਂਦੀ ਆ, ਰੋਟੀ ਪਾਣੀ ਮਿਲੀ ਜਾਂਦਾ, ਹੋਰ ਕੀ ਕਹਿੰਦੇ ਨਾ। ਮੈਂ ਕਦੋਂ ਕਹਿੰਦੀ ਆ ਮੈਨੂੰ ਰੋਟੀ ਦਿੰਦੇ ਚਾਹੀਦੀ, ਦਵਾਈ ਬੂਟੀ ਦਵਾਉਂਦੇ, ਤੁਹਾਡੀ ਗੱਲ ਕਰਨ ਦੀ ਹੈ ਵੀ ਤੁਸੀਂ ਕਿਵੇਂ ਬੋਲਦੇ ਹੋ। ਉਹਨੇ ਤੇ ਤੁਸੀਂ ਸੁਣਾਈ ਦਿੰਦੇ ਹੋ ਮਾਂ ਨੂੰ, ਕਿੰਨਾ ਦਿਲ ਦੁਖੀ ਹੁੰਦਾ ਮਾਂ ਦਾ। ਸੁਣਾਉਂਦੇ ਹੀ ਨਹੀਂ ਹੈਗੇ, ਗੱਲ ਕਰਦੇ ਆ ਨਾਰਮਲ। ਉਹ ਅਗਲੇ ਨੂੰ ਵੀ ਚਾਹੀਦਾ, ਮੈਂ ਤਾਂ ਚੱਲ ਠੀਕ ਆ ਸੁਣਾਈ ਜਾਂਦਾ, ਅਗਲਾ ਸੁਣਾਉਣ ਜੋਗਾ ਹੋ ਜੇ ਫਿਰ ਉਹ ਨਾ। ਜੇ ਤੂੰ ਇਕੱਲਾ ਹੁੰਦਾ ਫਿਰ ਤੂੰ ਮੈਨੂੰ ਰੋਟੀ ਨਾ ਦਿੰਦਾ। ਉਹ ਫੇਰ ਹੋਰ ਗੱਲ ਸੀ ਮਾਂ, ਹੁਣ ਦੋਨੇ ਪਾਸੇ ਝੁਕਣਾ ਪੈਂਦਾ ਤੈਨੂੰ ਵੀ, ਹੁਣ ਅਸੀਂ ਕਰਕੇ ਦੱਸ। ਐਂ ਮੈਂ ਤਾਂ ਸੰਨ ਵਿਚਾਲੇ ਆਈ ਇਹਨਾਂ ਦੇ, ਹੁਣ ਦੱਸ ਕੀ ਗੱਲ ਕਰਾਂ। ਦੋ ਦਿਨ ਮੇਰੇ ਮਨ ਦੁਖੀ ਕਰਕੇ ਤੋਰਦੇ ਮਾਂ ਇੱਥੋਂ। ਤੂੰ ਨਾ ਦੁਖੀ ਹੋ, ਇਹਨਾਂ ਦਾ ਤਾਂ ਆਹੀ ਕੰਜਰਖਾਨਾ ਰਹਿੰਦਾ ਤੇ ਆਹੀ ਇਹਨਾਂ ਦਾ ਰਹੂਗਾ ਜਦੋਂ ਲੋਕਾਂ ਨੇ ਇਹਨਾਂ ਵਿੱਚ ਫਿੱਕ ਪਵਾਈ ਹੈ। ਮੈਂ ਤਾਂ ਇਹਨਾਂ ਦੀ ਗੱਲ ਗੌਲਦੀ ਨਹੀਂ। ਤੂੰ ਮਨ ਦੁਖੀ ਨਾ ਕਰ, ਤੂੰ ਜਾ ਲੀੜਾ ਕੱਪੜਾ ਦੇ ਆ ਮਿਲਿਆ, ਠੀਕ ਹੈ। ਤੈਨੂੰ ਲੋਕ ਆਏ ਨਾ ਕਹਿਣ ਵੀ ਸਵੇਰ ਨੂੰ ਭੈਣ ਫਰਕ ਪਵਾ ਦੇ। ਉਹਨੂੰ ਨਾ ਕਹਿਣ, ਲੋਕ ਸਾਨੂੰ ਕਹੀ ਜਾਣ ਤੁਹਾਡੇ ਨਾਲ ਆਇਆ ਸਟਾਰ ਮੋਢਿਆਂ ਤੋਂ। ਆ ਮੈਨੂੰ ਵੀ ਕਹਿੰਦੀ ਆ ਹੁਣ ਕੁੜੀ ਜੀ ਨੂੰ ਲਿਆਉਂਦਾ ਲਿਆਂਦਾ, ਤੂੰ ਮਰ ਜਾਣਾ ਤੇ ਉਧਰ ਜਾ ਕੇ ਝੋਲਾ ਧਰ ਲੈਂਦੀ ਉਹ। ਦੱਸ ਮੈਂ ਕੀ ਕਰਾਂ ਜੀ। ਮੈਂ ਤੁਹਾਨੂੰ ਕਿੰਨੇ ਵਾਰੀ ਕਹਿਣਾ, ਦੀਦੀ ਸੁਣਦੀ ਆ ਨਾ ਮਾਂ ਸੁਣਦੀ, ਆਪਾਂ ਤਾਂ ਇਹਨਾਂ ਦੇ ਕਰਦੇ ਮਰ ਜਾਵਾਂਗੇ, ਪਰ ਇਹਨਾਂ ਨੇ ਨਹੀਂ ਸੁਣੀ ਆਪਣੀ ਗੱਲ। ਲੈ ਗੱਲ ਸੁਣਨ ਵਾਲੀ ਕਿਹੜੀ ਗੱਲ ਹੈ ਵੀਰੇ, ਕਿਉਂ ਐਵੇਂ ਬਿਨਾਂ ਗੱਲੋਂ ਕਲੇਸ਼ ਪਾਉਣੇ ਹੋ ਘਰੇ। ਮੈਂ ਦੋ ਦਿਨ ਲਈ ਆਈ ਹਾਂ, ਚਲ ਇੱਕ ਦਿਨ ਤੁਹਾਡੇ ਕੋਲ ਲਾ ਜੂੰਗੀ, ਇੱਕ ਦਿਨ ਰਾਜਪਾਲ ਕੇ ਲਾ ਜੂੰਗੀ, ਤਾਂ ਕੀ ਹੋ ਜੂਗਾ। ਹੁੰਦਾ ਕਿਉਂ ਨਹੀਂ ਕੁੜਕੇ, ਬਹੁਤ ਕੁਝ ਹੁੰਦਾ ਗਾ। ਸਾਨੂੰ ਆਉਂਦਾ ਨਾ ਗੁੱਸਾ ਜਦੋਂ ਬਹਿਬਤਾ ਕਰਦੇ ਆ ਲੋਕਾਂ ਕੋਲੇ, ਨਿੰਦੇ ਆ, ਸੌ ਹੱਥ ਰੱਸਾ ਸਿਰੇ ਤੇ ਗੰਢਾ। ਜਾਂ ਤਾਂ ਉਧਰ ਹੀ ਰਹਿ ਪਿਆ ਕਰ ਜਦੋਂ ਉਧਰ ਆਉਣੀ ਹੁੰਦੀ ਆ, ਇੱਧਰ ਆਉਣੀ ਹੁੰਦੀ ਆ ਇੱਧਰ ਰਹਿ ਪਿਆ ਕਰ, ਨਹੀਂ ਤੂੰ ਵੀ ਨਾ ਆਇਆ ਕਰ, ਸਾਨੂੰ ਤਾਂ ਲੋੜ ਨਹੀਂ ਕਿਸੇ ਦੀ। ਮੈਂ ਤਾਂ ਜਦੋਂ ਉਧਰੋਂ ਟੁੱਟ ਗਿਆ ਤੇਰੇ ਨਾਲ ਵੀ ਟੁੱਟ ਜੂੰ ਬਸ। ਅਕੇ ਇੱਧਰ ਨਾ ਆਈ ਨਾ, ਤੂੰ ਕੌਣ ਹੁੰਦਾ ਹਟਾਉਣ ਵਾਲਾ, ਨਾਲੇ ਰਾਜਪਾਲ ਕੌਣ ਹੁੰਦਾ ਹਟਾਉਣ ਵਾਲਾ। ਹਟਾ ਕੇ ਦੇਖੋ ਮੇਰੀ ਧੀ ਨੂੰ, ਜਿੰਨਾ ਚਿਰ ਮੈਂ ਜਿਉਂਦੀ ਆ। ਗੱਲਾਂ ਹੀ ਇਹ ਜੀਆਂ ਹੁੰਦੀਆਂ ਮਾਂ, ਕੀ ਗੱਲਾਂ ਹੁੰਦੀਆਂ ਨੇ, ਜਿਹੜਾ ਕੁਝ ਹੁੰਦਾ ਇੱਥੇ। ਨਾ ਹੁਣ ਤੁਸੀਂ ਮੈਨੂੰ ਪਈਆਂ ਨੇ, ਮੈਂ ਪੈਸੇ ਲਾਉਂਦਾ ਮਰ ਜੂਗਾ। ਹੁਣ ਮਗਰ ਹੀ ਲਈ ਤੁਸੀਂ ਬਣ ਗਏ, ਹਜੇ ਤਾਂ ਮੈਂ ਬੈਠੀ ਆ, ਮੁੜ ਕੇ ਨਾਨਕ ਛੱਕਾਂ ਭਰਦਾ ਮਰ ਜੂ ਮੈਂ ਤੂੰ। ਤੁਸੀਂ ਭਾਈ ਜਮਾਨਾ ਭਰਿਓ, ਹਾਂ ਨਾਨਕ ਛੱਕਾਂ ਮੈਂ ਪਹਿਲਾਂ ਹੀ ਦੇਣੀ ਬੰਦ ਫੁੱਲ ਜਿਹੜਾ ਮੈਂ ਤੁਹਾਨੂੰ ਦੱਸਿਆ। ਮੈਂ ਤੈਨੂੰ ਦੱਸਤਾ ਜਾਂ ਉਧਰ ਹੀ ਰਹਿ ਵੀ ਫਿਰ। ਹਾਂ ਆਹੋ, ਜਿਹੜਾ ਕੁਝ ਦੇਖਦੇ ਆ ਉਹੀ ਕਰਦੇ ਆ ਲੋਕਾਂ ਦੇ। ਦੇਖ ਲੈ ਕਿੱਡੇ ਚਾਂਬਲੇ ਆ ਕੁੜੇ, ਐਂ ਐਂ ਲਹੂ ਪੀਂਦੇ ਆ ਮੇਰਾ। ਤੂੰ ਕਹਿ ਦਿੰਦੀ ਆ ਫਿਰ ਅੱਗੇ ਤੂੰ ਬੋਲਦੀ ਆ। ਮਾਂ ਇਹ ਤਾਂ ਮੈਨੂੰ ਵੀ ਕਹਿ ਗਈ। ਤੈਨੂੰ ਮੇਰੀ ਗੱਲ ਸੁਣ ਪੁੱਤ, ਕਹਿੰਦੇ ਆ ਕਹੀ ਜਾਣ, ਜਿੰਨਾ ਚਿਰ ਮੈਂ ਬੈਠੀ ਹਾਂ ਨਾ ਤੈਨੂੰ ਕੋਈ ਨਹੀਂ ਇਸ ਘਰੋਂ ਹਟਾ ਸਕਦਾ ਤੇ ਕੋਈ ਤੇਰਾ ਤੇ ਹਥਿਆਰ ਨਹੀਂ ਰੱਖ ਸਕਦਾ। ਸੁਣ ਗਈ ਗੱਲ, ਜਾ ਤੂੰ ਜਾ ਤੇ ਉਧਰ ਮਿਲ ਕੇ ਆ। ਇਹ ਤਾਂ ਬੋਲਦੇ ਆ ਬੋਲੀ ਜਾਣ ਦੇ, ਇਹ ਤਾਂ ਕੁੱਤਿਆਂ ਵਰਗੇ ਹੋਏ ਪਏ ਆ। ਮੰਮੀ ਮੈਂ ਤਾਂ ਆਪਦੇ ਭਰਾਵਾਂ ਦਾ ਇੰਨਾ ਕਰਦੀ ਆ, ਇਹ ਦੇਖ ਲਾ ਮਿੰਟਾਂ 'ਚ ਹੀ ਕਹਿ ਗਿਆ, ਕਹਿੰਦਾ ਆਈ ਨਾ ਇੱਧਰ। ਫਿਰ ਇਹਨਾਂ ਨੂੰ ਤਾਂ ਪੁੱਤ ਮੋਹ ਪਿਆਰ ਹੈ ਨਹੀਂ ਹੁਣ ਕਿਸੇ ਦਾ, ਪਹਿਲਾਂ ਵਾਲੀਆਂ ਗੱਲਾਂ ਨਹੀਂ ਰਹੀਆਂ, ਹੁਣ ਜਿੱਦਾਂ ਦੇ ਅੱਡ ਹੋ ਗਏ ਤਾਂ ਇੱਕ ਦੂਜੇ ਦੇ ਬੈਰੀ ਬਣ ਗਏ। ਅੱਜ ਫੇਰ ਲੈ ਗਿਆ ਗਾਜਰਾਂ ਵੱਢੀਆਂ ਦੀਆਂ। ਉਹ ਤੈਨੂੰ 100 ਵਾਰੀ ਕਿਹਾ ਵੀ ਅੰਦਰ ਚੰਗੀ ਸਬਜ਼ੀ ਪਈ ਆ, ਕੋਈ ਉਹ ਕੱਟ ਕੇ ਬਣਾ ਲਿਆ ਕਰ, ਨਲਡੇ ਦੇਖ ਕੇ ਇਹ ਜਿਹਾ ਤਾਂ ਪਸ਼ੂ ਵੀ ਨਹੀਂ ਖਾਂਦੇ। ਸਵਾਦ ਬਣਦੀਆਂ ਜੀ, ਤੁਹਾਨੂੰ ਕੀ ਪਤਾ। ਬਣਦੀਆਂ ਸਵਾਦ ਜੀ ਕਾਇਆ ਪਿਆ। ਮੈਂ ਤੁਹਾਨੂੰ ਐਂ ਕਹਿੰਦੀ ਸੀ, ਸੁਖੀ ਤਾਈ ਆਈ ਸੀ ਆਪਣੇ ਘਰੇ, ਉਹ ਐਂ ਦੱਸ ਕੇ ਗਈ ਆ ਉੱਧਰ ਮਨਿੰਦਰ ਭੈਣ ਤੇ ਬਾਈ ਆਏ ਆ ਨਾ, ਝੋਲੇ ਭਰ ਕੇ ਲਿਆਈ ਆ, ਪਤਾ ਨਹੀਂ ਕੀ ਲਿਆਈ ਆ ਝੋਲਿਆਂ 'ਚ।
ਉਹ ਫੇਰ ਕੀ ਹੋ ਗਿਆ ਜੇ ਸੁਖੀ ਤਾਈ ਆ ਗਈ ਆਉਂਦੀਆਂ ਹੁੰਦੀਆਂ ਬੁੜੀਆਂ ਘਰਾਂ ਚ ਹੋਰ ਦੱਸ ਕੀ ਹੋ ਗਿਆ ਤੁਹਾਨੂੰ ਮੈਂ ਦੱਸੀ ਤੇ ਜਾਂਦੀ ਆ ਵੀ ਐਂ ਦੱਸ ਕੇ ਗਈ ਵੀ ਉਧਰ ਮਨਿੰਦਰ ਭੈਣ ਆਈ ਆ ਉਹ ਤਾਂ ਆਪ ਨੂੰ ਵੀ ਪਤਾ ਸੀ ਮਨਿੰਦਰ ਨੇ ਆਉਣਾ ਫੋਨ ਕੀਤਾ ਸੀ ਇਹ ਚ ਕੀ ਦੱਸਣ ਵਾਲੀ ਗੱਲ ਨਾ ਫੋਨ ਕੀਤਾ ਸੀ ਫਿਰ ਆ ਕੇ ਤਾਂ ਖੜੀ ਨਹੀਂ ਤੁਸੀਂ ਮਨਿੰਦਰ ਭੈਣ ਕਰਦੇ ਰਹਿੰਦੇ ਹੋ ਓਏ ਆਉਂਦੀ ਹੂ ਕੋਈ ਨਹੀਂ ਹੁਣ ਉੱਥੇ ਕਿਹੜਾ ਦਾਵੀ ਹੱਥ ਲਾ ਕੇ ਮੁੜ ਨਹੀਂ ਆਉਂਦੀ ਮਾਂ ਕੋਲੇ ਗੱਲਾਂ ਬਾਤਾਂ ਕਰਦੀ ਹੁੰਦੀ ਆ ਸੋ ਅੱਛਾ ਕਿੰਨਾ ਟਾਈਮ ਹੋ ਗਿਆ ਆ ਨਹੀਂ ਸਕਦੇ ਇਹੋ ਜਿਹਾ ਕੀ ਗੱਲਾਂ ਨੇ ਉਹਨਾਂ ਦੀਆਂ ਆ ਜੂਗੀ ਪਾਣੀ ਕੋਈ ਨਹੀਂ ਖੀਰ ਚ ਹੱਥ ਫਿਰ ਕੀ ਹੋ ਜਾਏਗੀ ਤੁਸੀਂ ਬਾਲਾ ਕਰਦੇ ਹੋ ਭੈਣ ਭੈਣ ਤੁਸੀਂ ਪਾਈਓ ਮੈਨੂੰ ਕੀ ਲੋੜ ਹੈ ਉਹ ਚੱਲ ਕੋਈ ਨਹੀਂ ਤੂੰ ਐਵੇਂ ਨਾ ਹਰ ਵਕਤ ਮੈਂ ਨਾਸਾਂ ਫਲਾਈ ਜਾਇਆ ਕਰ ਬੈਠੀ ਫਿਰ ਕੀ ਹੁੰਦਾ ਭੈਣਾਂ ਆਉਂਦੀਆਂ ਹੁੰਦੀਆਂ ਹਾਂ ਫਿਰ ਪਾ ਲਈਓ ਜੱਫੀਆਂ ਫਿਰ ਭੈਣਾਂ ਆਉਂਦੀਆਂ ਹੁੰਦੀਆਂ ਤਾਂ ਫਿਰ ਮੈਨੂੰ ਕੀ ਕਹੀ ਜਾਂਦਾ ਤੁਸੀਂ ਤੂੰ ਆਪ ਹੀ ਕਹੀ ਜਾਂਦੀ ਆ ਕਿ ਆਈ ਨਹੀਂ ਇੰਨਾ ਟਾਈਮ ਹੋ ਗਿਆ ਇੱਧਰ ਬੈਠੀ ਆ ਇੱਧਰ ਬੈਠੀ ਆ ਚੱਲ ਚੰਗਾ ਜੀ ਮੇਰੇ ਤੋਂ ਬਾਲਾ ਮੱਥਾ ਨਹੀਂ ਵੱਜਦਾ ਤੁਸੀਂ ਤਾਂ ਬੋਲਦੇ ਰਹਿੰਦੇ ਹੋ ਓਏ ਤੂੰ ਆ ਰਹਿਣ ਦੇ ਮੈਂ ਤੈਨੂੰ ਐਂ ਕਹਿਣਾ ਕੋਈ ਰੋਗ ਲਾ ਕੇ ਧਰ ਦੇਂਗੀ ਗਾਜਰਾਂ ਜਾਂ ਪਸ਼ੂਆਂ ਨੂੰ ਪਾਇਆ ਜਾਂ ਹੋਰ ਬਣਾ ਸਬਜ਼ੀ ਹੋਰ ਤੁਸੀਂ ਕਿਹੜਾ ਪਨੀਰ ਲਿਆ ਕੇ ਰੱਖਿਆ ਇੱਥੇ ਗੋਭੀ ਪਈ ਆ ਅੰਦਰ ਪਨੀਰ ਤਾਂ ਮਾੜਾ ਹੋਈ ਨਹੀਂ ਤੇਰਾ ਆ ਗਿਆ ਸਤਿ ਸ਼੍ਰੀ ਅਕਾਲ ਵੀਰੇ ਕਿਵੇਂ ਮਨਿੰਦਰਾ ਵਧੀਆ ਵਧੀਆ ਵੀਰੇ ਸਤਿ ਸ਼੍ਰੀ ਅਕਾਲ ਤੁਹਾਨੂੰ ਪਤਾ ਹੀ ਆ ਐਵੇਂ ਕਾਟੋ ਕਲੇਸ ਕਰੀ ਜਾਂਦੀ ਹੈ ਖੜ ਜਾ ਕੁਰਸੀ ਲੈ ਦੇਣਾ ਤੈਨੂੰ ਨਾ ਕੋਈ ਗੱਲ ਨਹੀਂ ਤੂੰ ਬਹਿ ਕੁਰਸੀ ਤੇ ਨਾ ਕਿਉਂ ਲੜੀ ਜਾਂਦੇ ਹੋ ਉਹ ਬਸ ਉਹੀ ਮੈਂ ਕਹੀ ਜਾਂਦਾ ਮੈਂ ਵੀ ਅੰਦਰ ਵਧੀਆ ਸਬਜ਼ੀ ਪਈ ਆ ਬਣਾ ਲਾ ਗੋਭੀ ਜਾਂ ਵੀ ਆ ਵੱਢ ਕੇ ਬਹਿ ਜਾਂਦੀ ਆ ਰੋਜ਼ ਨਾਲ ਡੈਣਗਾ ਤੂੰ ਨਾ ਵੀਰੇ ਐਵੇਂ ਨਾ ਲੜਿਆ ਕਰ ਭਾਬੀ ਨੂੰ ਬਥੇਰੀ ਸਵਾਦ ਚੀਜ਼ ਬਣਾਉਂਦੀ ਆ ਉਹ ਐਂ ਤਾਂ ਬਣਾਉਂਦੀ ਆ ਖਰ ਇਹ ਤਾਂ ਉਂਚ ਆਊਟ ਕਰੀ ਜਾਂਦਾ ਮੈਂ ਹੋਰ ਸਬਜ਼ੀ ਬਣਾਉਣਾ ਡੇਲੀ ਬਣਾ ਲੈਂਦੀ ਆ ਗਾਜਰਾਂ ਦੀਆਂ ਚੱਲ ਕੋਈ ਨਾ ਇਹਨੂੰ ਸਵਾਦ ਲੱਗਦੇ ਹੋਣਗੇ ਬਣਾ ਲੈਂਦੀ ਆ ਉਹੀ ਤਾਂ ਭੈਣ ਮੈਂ ਕਹੀ ਜਾਂਦੀ ਆ ਵੀ ਵਧੀਆ ਬਣਦੀਆਂ ਨੇ ਇੱਕੋ ਜਿਹੇ ਤੁਸੀਂ ਦੋਨੇ ਆ ਨੇ ਲੜਨ ਤਾਂ ਉਹ ਇੱਕੋ ਜਿਹੇ ਫਿਰ ਤੈਨੂੰ ਪਤਾ ਐਵੇਂ ਟਾਈਮ ਪਾਸ ਨਹੀਂ ਹੁੰਦਾ ਇੱਕੋ ਜਿਹੀ ਹੋਣਾ ਪੈਂਦਾ ਮੀਆਂ ਬੀਬੀ ਨੂੰ ਹੋਰ ਠੀਕ ਰਹਿੰਦੇ ਤੁਸੀਂ ਹਾਂ ਹਾਂ ਵਧੀਆ ਹੋਰ ਬਾਈ ਨੇ ਆਇਆ ਨਾਲ ਆਏ ਤਾਂ ਸੀ ਮੈਨੂੰ ਛੱਡ ਕੇ ਮੁੜ ਗਏ ਉਹ ਕਿਉਂ ਇੱਧਰ ਆ ਜਾਂਦਾ ਫਿਰ ਕਿਉਂ ਹੁੰਦਾ 10 ਮਿੰਟ ਉਹ ਫਿਰ ਨਾ ਜਵਾਕਾਂ ਦੇ ਮੈਚ ਆ ਨਾ ਹੁਣ ਤਾਂ ਕਰਕੇ ਫਿਰ ਸ਼ਾਮ ਨੂੰ ਗਰਾਊਂਡ ਜਾਣਾ ਹੁੰਦਾ ਉਹਨਾਂ ਨੇ ਉਹ ਜਵਾਕਾਂ ਦੇ ਮੈਚਾਂ ਨੂੰ ਕਿਹੜਾ ਪੀਟਰ ਵਿਰਦੀ ਆ ਉਹ 10-10 ਮਿੰਟਾਂ ਨਾਲ ਕੀ ਹੁੰਦਾ ਸੀ ਚਲ ਕੋਈ ਨਾ ਫੇਰ ਆ ਜਾਣਗੇ ਕਿਸੇ ਦਿਨ ਬਸ ਫੇਰ ਤਾਂ ਆਈ ਖੜਾ ਜਿਵੇਂ ਅੱਜ ਨਹੀਂ ਆਇਆ ਜਮਾ ਕੋਈ ਮੁੜ ਗਿਆ ਦੱਸ ਚਲ ਕੋਈ ਨਾ ਵੀਰੇ ਉੱਥੇ ਵੀ ਨਹੀਂ ਖੜਾ ਹੈਗਾ ਚਾਹ ਪਾਣੀ ਵੀ ਨਹੀਂ ਪੀ ਕੇ ਗਿਆ ਉਹ ਵੀ ਮੁੜ ਗਿਆ ਨਾ ਭੈਣੇ ਤੈਨੂੰ ਪਤਾ ਹੀ ਹੈ ਜਿੱਦਣ ਦੇ ਅਸੀਂ ਅੱਡ ਹੋਏ ਆ ਇੱਕ ਵਾਰ ਵੀ ਨਹੀਂ ਆ ਕੇ ਖੜਾ ਸਾਡੇ ਕੋਲ ਚਲ ਕੋਈ ਨਾ ਹਰਪ੍ਰੀਤ ਗੁੱਸਾ ਨਾ ਕਰ ਆ ਜਾਊਗਾ ਮੈਂ ਕਹਿ ਦੂੰਗੀ ਇੱਥੇ ਰਾਤ ਦੋ ਰਾਤਾਂ ਲਾ ਜਾਊਗਾ ਇਹ ਤਾਂ ਬੜੀ ਗਰਮੀ ਮੰਨੀ ਬੈਠੀ ਆ ਕਹਿੰਦੀ ਆਪਣੇ ਤਾਂ ਆਉਂਦੇ ਨਹੀਂ ਪਹਿਲਾਂ ਉਧਰ ਆ ਜਾਂਦੀ ਆਪਣੇ ਦਰਮਾ ਕੋਈ ਨਹੀਂ ਚਲ ਆ ਜਾਂਦੇ ਘਰੇ ਬਹਿ ਕੇ ਗੱਲ ਕਰ ਲਾਂਗੇ ਆਪਾਂ ਵੀਰੇ ਚਲ ਕੋਈ ਨਾ ਉਹ ਵੱਡਾ ਆਪਣਾ ਭਰਾ ਹਨਾ ਨਾਲੇ ਮਾਂ ਵੀ ਉਧਰ ਮੇਰਾ ਹੱਕ ਤਾਂ ਪਹਿਲਾਂ ਉਧਰ ਹੀ ਬੰਦਾ ਉਹ ਹਾਂ ਹੱਕ ਤਾਂ ਤੇਰਾ ਬੰਦਾ ਉਹ ਤਾਂ ਮੈਨੂੰ ਸਮਝਾਉਣਾ ਇਹ ਗੱਲ ਕਰ ਗੁੱਸਾ ਮੰਦੀ ਹੈ ਨਾ ਜਲਸੀ ਫੀਲ ਕਰਦੀ ਹੈ ਚਲ ਕੋਈ ਨਾ ਹਰਪ੍ਰੀਤ ਮੈਂ ਕਦੇ ਥੋੜਾ ਘਰ ਛੱਡਿਆ ਤਾਂ ਨਹੀਂ ਹੈਗਾ ਆ ਕੇ ਤਾਂ ਜਾਣੀ ਹੈ ਮੈਂ ਭੈਣੇ ਤੂੰ ਉਹ ਵੀ ਆਇਆ ਨਾ ਕਰ ਜੇ ਉਹਨਾਂ ਦੇ ਆਉਂਦੇ ਤਾਂ ਉਧਰ ਹੀ ਰਿਹਾ ਕਰ ਸਹੀ ਗੱਲ ਹੈ ਮਨਿੰਦਰ ਹਰਪ੍ਰੀਤ ਸਹੀ ਕਹਿੰਦੀ ਆ ਆ ਤਾਂ ਤੂੰ ਜਾਂਦੀ ਆ ਮੈਂ ਕੁੱਤੇ ਭਗਾਈ ਚ ਤੁਰੀ ਫਿਰਦੀ ਰਹਿੰਦੀ ਆ ਸਾਰਾ ਦਿਨ ਨਾ ਤੇ ਉੱਥੇ ਬੈਠਾ ਜਾਂਦਾ ਨਾ ਇੱਧਰ ਆ ਜਾਂਦਾ ਗੱਲਬਾਤ ਤਾਂ ਕਿਸੇ ਪਾਸੇ ਹੁੰਦੀ ਨਹੀਂ ਪੂਰੀ ਤੁਹਾਨੂੰ ਕੁੱਤੇ ਭਗਾਈ ਲੱਗਦੀ ਵੀਰੇ ਮੈਨੂੰ ਨਹੀਂ ਲੱਗਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਤੁਹਾਡੇ ਚੱਡਾ ਕੀ ਵੈਰ ਪੈ ਗਿਆ ਦੋਨਾਂ ਭਰਾਵਾਂ 'ਚ ਤੁਸੀਂ ਇੱਕ ਦੂਜੇ ਨੂੰ ਵੇਖ ਹੀ ਨਹੀਂ ਹੰਗਦੇ ਉਹ ਮਨਿੰਦਰ ਚਾਰ ਵੈਰ ਵਾਲੀ ਗੱਲ ਤੋਂ ਤਾਂ ਕੀ ਲੈਣਾ ਤੂੰ ਵੈਰ ਤਾਂ ਜਿਹੜਾ ਪੈ ਗਿਆ ਸਾਡਾ ਪੈ ਗਿਆ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਵੀ ਜੇ ਆਉਣਾ ਹੁੰਦਾ ਸਿੱਧਾ ਤਾਂ ਇੱਧਰ ਆ ਜਾ ਕਰ ਸਾਡੇ ਘਰ ਆ ਜਾ ਕਰ ਨਹੀਂ ਉਧਰ ਵੱਡੇ ਦੇ ਘਰ ਮੁੜ ਜਾ ਕਰ ਬਸ ਤੁਸੀਂ ਤਾਂ ਦੋਨਾਂ ਨੇ ਕਹਿਤਾ ਉਹ ਵੀ ਕਹਿੰਦਾ ਵੀ ਤੂੰ ਉਧਰੋਂ ਮੁੜ ਜਾ ਕਰ ਤੂੰ ਕਹਿਤਾ ਵੀ ਇਧਰੋਂ ਮੁੜ ਜਾ ਕਰ ਮੈਂ ਕਿਵੇਂ ਦੋਨਾਂ ਨੂੰ ਵੰਡਦਾ ਤੇ ਹੋਰ ਫਿਰ ਹੁਣ ਸਾਨੂੰ ਵਿਚਾਲੇ ਵਾਲੇ ਕੀ ਕਹਿੰਦੇ ਸੀ ਦੂਜੀ ਰਹੀ ਗੱਲ ਬਾਈ ਦੀ ਆ ਤਾਂ ਜਾਂਦਾ ਉਹ ਇੱਕ ਦਿਨ ਰਾਤ ਲਾ ਕੇ ਗਿਆ ਉਹ ਸਾਡੇ ਘਰੇ ਦੱਸ ਅਸੀਂ ਮਗਾਨੇ ਹੋ ਗਏ ਤੂੰ ਹੀ ਕਹਿੰਦੇ ਉਹਨੂੰ ਮਾੜੀ ਮੋਟੀ ਬੇਸ਼ਰਮੀ ਦੇ ਦੇ ਇਹ ਉਧਰ ਵੀ ਬਰਾਬਰ ਦਾ ਚਲ ਕੋਈ ਨਾ ਵੀਰੇ ਉਹਨਾਂ ਦੀ ਡਿਊਟੀ ਇਹੋ ਜਿਹੀ ਛੁੱਟੀ ਨਹੀਂ ਮਿਲਦੀ ਉਹਨਾਂ ਨੂੰ ਟਾਈਮ ਹੀ ਉਹਨਾਂ ਕੋ ਹੁੰਦਾ ਉਹਨਾਂ ਕੋਲ ਨਾ ਉਦੋਂ ਕਿਵੇਂ ਛੁੱਟੀ ਮਿਲ ਜਾਂਦੀ ਜਦੋਂ ਉਧਰ ਰਹਿ ਰਿਹਾ ਕਿ ਜਾਂਦਾ ਚਲ ਕੋਈ ਨਾ ਇਸ ਵਾਰ ਕਹਿ ਦੂੰਗੀ ਇਸ ਵਾਰ ਇੱਧਰ ਆ ਕੇ ਰਹਿ ਕੇ ਜਾਣਗੇ ਇਹ ਗੱਲ ਦਾ ਸਾਨੂੰ ਪੂਰਾ ਗੁੱਸਾ ਹੈਗਾ ਕਹੀ ਨਹੀਂ ਬਾਈ ਨੂੰ ਤੂੰ ਆਪਣੀ ਤਾਂ ਮੈਂ ਹੀ ਫੋਨ ਤੇ ਗੱਲ ਕਰਕੇ ਕਹੂੰਗਾ ਵੀ ਆਉਣਾ ਹੁੰਦਾ ਤਾਂ ਇੱਧਰ ਆ ਜਾ ਕਰ ਸਿੱਧਾ ਨਹੀਂ ਸਾਨੂੰ ਬੁਲਾਉਣ ਦੀ ਲੋੜ ਨਹੀਂ ਬਸ ਗੱਲ ਖਤਮ ਨਾਰਾਜ਼ ਪਰ ਉਹਦਾ ਗੁੱਸਾ ਭੈੜਾ ਹੈਗਾ ਤੂੰ ਇਹੋ ਜੀ ਗੱਲ ਨਾ ਕਹੀ ਉਹਨਾਂ ਨੂੰ ਐ ਨਹੀਂ ਪਤਾ ਮੁੜ ਕੇ ਫਿਰ ਮੇਰੇ ਨਾਲ ਲੜੇ ਨਾ ਤੁਹਾਡੇ ਨਾਲ ਲੜੇ ਆਪਣਾ ਫਰਕ ਪੈ ਜਾਊਗਾ ਨਹੀਂ ਮਨਿੰਦਰ ਗੁੱਸਾ ਤਾਂ ਹਰੇਕ ਨੂੰ ਹੀ ਆਉਂਦਾ ਹੁੰਦਾ ਜਿਹੜੀ ਗੱਲ ਰੱਬ ਲੱਗਦੀ ਉਹ ਤਾਂ ਕਹੀ ਜਾਂਦੀ ਹੁੰਦੀ ਆ ਉਹ ਬਾਹਲਾ ਨੇੜੋਂ ਆ ਵੀ ਅਸੀਂ ਦੂਰ ਹੋ ਗਏ ਕੋਈ ਨਾ ਵੀਰੇ ਗੁੱਸਾ ਨਾ ਕਰੋ ਮੈਂ ਕਹਿ ਦੂੰਗੀ ਨਾ ਤੁਸੀਂ ਇਹ ਗੱਲਾਂ ਛੱਡੋ ਚਲ ਮੈਂ ਆਪਣਾ ਹਰਪ੍ਰੀਤ ਪਾਣੀ ਦਾ ਲਿਆ ਦੇ ਭਾਵੇਂ ਨੂੰ ਆਪਾਂ ਤਾਂ ਹੋਰ ਹੀ ਗੱਲਾਂ ਛੇੜ ਲਾਂਗਾ ਇਹਨੂੰ ਪਾਣੀ ਕਿੱਥੋਂ ਚੰਗਾ ਲੱਗਦਾ ਇਹ ਤਾਂ ਜੂਸ ਪੀ ਕੇ ਆਈ ਉਧਰੋਂ ਨਹੀਂ 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 ਪੀਣਾ ਪਾਣੀ ਮੈਂ ਅਰੇ ਮੈਂ ਤੁਹਾਡੇ ਵਾਸਤੇ ਕੱਪੜੇ ਲੈ ਕੇ ਆਂਦੇ ਆ ਤੁਸੀਂ ਪਾਠ ਤੇ ਨਹੀਂ ਆਏ ਸੀ ਨਾ ਪਰ ਮੇਰਾ ਹੱਕ ਤਾਂ ਬੰਦਾ ਸੀਗਾ ਕੱਪੜਿਆਂ ਦਾ ਆ ਦੇਖੋ ਵੀਰੇ ਉਹ ਚਲ ਇਹਨੂੰ ਤਾਂ ਕੀ ਸੀ ਮਨਿੰਦਰ ਕੱਪੜਿਆਂ ਨੂੰ ਤਾਂ ਚਲ ਕੋਈ ਨਾ ਵੀਰੇ ਮੇਰਾ ਤਾਂ ਦੇਣ ਦਾ ਫਰਜ਼ ਬਣਦਾ
ਉਹ ਕੱਪੜਾ ਲੀੜਾ ਤਾਂ ਆਪਦੇ ਹੰਡਾ ਕੇ ਮਰ ਜਗੇ ਉਹੀ ਬਹੁਤ ਆਪਣੇ ਵਾਧੂ ਪਿਆ ਉਧਰ ਤਾਂ ਤੂੰ ਝੋਲੇ ਭਰ ਭਰ ਕੇ ਲਿਓਦੀ ਤੇ ਇਧਰ ਚੱਕ ਲੈ ਤੂੰ ਲਿਫਾਫਾ ਜਾ ਹਰਪ੍ਰੀਤ ਤੈਨੂੰ ਵਹਿਮ ਆ ਉਧਰ ਕਿਹੜਾ ਮੈਂ ਆਹੀ ਕੁਛ ਮੈਂ ਉਧਰ ਦੇ ਕੇ ਆਂਦਾ ਉਹ ਬਸ ਮੈਨੂੰ ਪਤਾ ਹੀ ਆ ਉਹੀ ਨਾ ਗੱਲਾਂ ਜਿਹਾ ਬਣਾਈ ਜਾ ਬੈਠੀ ਇੱਥੇ ਸੁੱਖੀ ਚਾਚੀ ਦੱਸ ਕੇ ਗਈ ਆ ਇਹਨੂੰ ਕਹਿੰਦੀ ਦੋ ਟੀਚੀਆਂ ਭਰੀਆਂ ਹੋਈਆਂ ਸੀ ਉਧਰ ਜਦੋਂ ਉਤਰੀਆਂ ਘਰੇ ਤੂੰ ਨਹੀਂ ਨਹੀਂ ਇਹਨਾਂ ਦਾ ਲੋਕਾਂ ਨੇ ਤਾਂ ਵੀ ਆਪ ਤਾਂ ਗੱਲਾਂ ਬਣਾਉਂਦੀਆਂ ਲੋਕਾਂ ਪਿੱਛੇ ਅਲੱਗ ਅਲੱਗ ਕੇ ਦੋਨੇ ਭਰਾ ਅੱਡ ਹੋ ਕੇ ਬਹਿ ਗਏ ਤੁਸੀਂ ਦੇਖ ਲੈ ਕੁਝ ਵੀ ਨਾ ਸਾਰਦੇ ਨਹੀਂ ਹੁੰਦੇ ਸੀ ਤੇ ਹੁਣ ਇੱਕ ਦੂਜੇ ਨੂੰ ਵੇਖਦੇ ਨਹੀਂ ਹੈਗੇ ਤੁਸੀਂ ਮਨਿੰਦਰ ਤੈਨੂੰ ਅੱਧੀ ਗੱਲ ਦਾ ਪਤਾ ਨਾਲੇ ਨਾ ਤਾੜੀ ਇੱਕ ਹੱਥਾਂ ਨਹੀਂ ਵੱਜਦੀ ਹੁੰਦੀ ਜਿਹੜੀ ਗੱਲ ਆ ਰੋਕਣ ਟੋਕਣ ਵਾਲੀ ਉਹਨੂੰ ਕਹਿ ਤੂੰ ਮੈਨੂੰ ਆ ਕੇ ਕਹਿਣ ਲੱਗ ਗਈ ਤੈਨੂੰ ਗੱਲ ਦਾ ਨਹੀਂ ਪਤਾ ਚੱਲ ਕੋਈ ਨਾ ਉਹ ਵੱਡਾ ਆਪਣੇ ਤੋਂ ਤੂੰ ਛੋਟਾ ਹੈਗਾ ਤੂੰ ਗੱਲ ਸਹਾਰ ਲਿਆ ਕਰ ਉਹ ਜੇ ਵੱਡਾ ਹੁਣ ਸਿਰ 'ਚ ਗੱਲਾਂ ਕਰਾ ਲਏ ਤੈਨੂੰ ਪਤਾ ਵੀ ਲੋਕਾਂ ਕੋਲ ਕੀ ਕੁਛ ਬੋਲਦਾ ਉਹ ਲੋਕਾਂ ਕੋਲ ਕੁਛ ਨਹੀਂ ਬੋਲਦਾ ਲੋਕ ਤੈਨੂੰ ਕਹਿੰਦੇ ਵੀ ਉਹ ਤੇਰੇ ਬਾਰੇ ਬੋਲਦਾ ਉਹਨੂੰ ਕਹਿੰਦੇ ਇਹ ਤੇਰੇ ਬਾਰੇ ਬੋਲਦਾ ਉਹ ਨਹੀਂ ਜੇ ਅਗਲਾ ਕਹਿੰਦਾ ਫੇਰ ਹੀ ਬੋਲਦੇ ਆ ਲੋਕ ਵੀ ਐਂ ਹੁਣ ਕੌਣ ਕਹਿ ਦੂਗਾ ਮਨਿੰਦਰ ਬਿਨਾਂ ਗੱਲ ਤੋਂ ਤੂੰ ਵੀ ਸਿਆਣੀ ਹੈਗੀ ਹੈ ਦੇਖ ਉਹਦਾ ਪੱਖ ਕਰੀ ਜਾਂਦੀ ਤੂੰ ਬੈਠੀ ਹੁਣ ਐਵੇਂ ਨਾ ਕਿਸੇ ਪਿੱਛੇ ਲੱਗੀ ਦਿੰਦਾ ਮੈਂ ਪੱਖ ਕਿਸੇ ਦਾ ਨਹੀਂ ਲੈਂਦੀ ਵੀਰੇ ਮੈਨੂੰ ਤਾਂ ਦੋਨੇ ਤੁਸੀਂ ਇੱਕੋ ਜਿਹੇ ਹੋ ਮੈਂ ਕਿਉਂ ਫਰਕ ਕਰੂੰ ਤੁਹਾਡੇ ਦੋਨਾਂ 'ਚੋਂ ਅਸੀਂ ਕਿਸੇ ਦੇ ਪਿੱਛੇ ਨਹੀਂ ਲੱਗਦੇ ਸਾਨੂੰ ਪਤਾ ਹੀ ਹੈ ਤੂੰ ਕਿੰਨਾ ਕੁ ਕਰਦੇ ਕਿੰਨਾ ਕੁ ਨਹੀਂ ਸਾਡਾ ਹਰਪ੍ਰੀਤ ਜੇ ਤੁਸੀਂ ਦੋਨੇ ਭੈਣਾਂ ਸਿਆਣੀਆਂ ਹੁੰਦੀਆਂ ਨਾ ਤਾਂ ਦੋਨਾਂ ਭਰਾਵਾਂ ਨੂੰ ਅੱਡ ਹੀ ਨਾ ਹੋਣ ਦਿੰਦੀਆਂ ਕਿਉਂ ਕੰਧਾਂ ਕੱਢਦੀਆਂ ਵਿਚਾਲੇ ਮੈਨੂੰ ਨਾ ਬਾਲੀ ਮੱਤਾਂ ਜੀ ਨਾ ਦੇ ਜਿਹੜੇ ਕੰਮ ਆਈਆਂ ਉਹ ਦੱਸ ਤੂੰ ਮੈਂ ਕੀ ਕੰਮ ਆਉਣਾ ਮੈਂ ਤਾਂ ਆਪਦੇ ਭਰਾ ਨੂੰ ਮਿਲਣ ਆਈ ਇੱਥੇ ਮਿਲ ਲਈ ਚੱਲ ਇੱਥੋਂ ਫਿਰ ਉਹ ਚੱਲ ਕੋਈ ਨਹੀਂ ਚੱਲ ਹਾਂ ਬਾਕੀ ਦੂਜੀ ਗੱਲ ਤੁਸੀਂ ਆਪਦੀਆਂ ਕਰੋ ਗੱਲਾਂ ਬਾਤਾਂ ਬਾਕੀ ਅੱਜ ਤੂੰ ਮਨਿੰਦਰ ਉੱਧਰ ਆਈ ਆ ਨਾ ਵੱਡੇ ਨਹੀਂ ਉੱਧਰ ਹੀ ਰਹਿ ਭਾਜ ਤੂੰ ਜੇ ਮੇਰੇ ਘਰੇ ਆਈ ਜਿੱਦਾਂ ਉਹਦੇ ਇੱਥੇ ਰਹਿ ਵੀ ਉੱਧਰ ਹੀ ਰਹੂਗੀ ਇਹ ਇੱਥੇ ਕਿੱਥੇ ਰਹੂਗੀ ਖੇਤ ਜਾ ਕੇ ਆਉਣਾ ਮੜਾ ਜਾਵਾਂ ਚੱਲ ਕੋਈ ਨਾ ਹਰਪ੍ਰੀਤ ਆ ਤੁਸੀਂ ਸੂਟ ਰੱਖ ਲਓ ਮੈਂ ਚੱਲੀ ਨਾ ਸਾਨੂੰ ਲੋੜ ਨਹੀਂ ਆ ਵੀ ਲੈ ਜਾ ਉਹਨਾਂ ਨੂੰ ਦੇ ਦੀ ਤੂੰ ਰੱਖ ਲਾ ਜੇ ਸਮਾਉਣੇ ਹੋਏ ਤਾਂ ਸਮਾ ਕੇ ਪਾ ਲਿਓ ਨਹੀਂ ਤਾਂ ਕਿਸੇ ਨੂੰ ਗਾਂ ਦੇ ਦਿਓ ਆਹੋ ਗਾਂ ਹੀ ਦੇ ਦਾਂਗੇ ਅਸੀਂ ਤੇਰੇ ਸੂਟ ਕੀ ਕਰਨੇ ਸਮਾ ਕੇ ਮੈਂ ਤਾਂ ਦੋ ਦਿਨ ਇਹਨਾਂ ਨੂੰ ਮਿਲਣ ਆਈ ਸੀ ਤੇ ਇਹਨਾਂ ਦੋਨਾਂ ਨੇ ਮੈਨੂੰ ਕੀ ਕੁਝ ਬੋਲਿਆ ਉਧਰੋਂ ਵੱਡੇ ਨੇ ਕਹਿ ਤਾ ਵੀ ਤੂੰ ਵਗ ਜਾ ਇੱਧਰ ਨਾ ਆਈ ਉਧਰੋਂ ਛੋਟੇ ਨੇ ਕਹਿ ਤਾ ਵੀ ਤੂੰ ਵਗ ਜਾ ਇੱਧਰ ਨਾ ਆਈ ਤਾਂ ਮੈਂ ਕਿੱਧਰ ਜਾਵਾਂ ਹੁਣ ਮੇਰੇ ਤਾਂ ਪੇਕੇ ਵੀ ਇਹਨਾਂ ਨਾਲ ਹੀ ਆ ਜੇ ਇਹੀ ਮੇਰੇ ਨਾਲ ਵਰਤਨੋਂ ਹਟ ਗਏ ਤਾਂ ਮੈਂ ਕਿੱਧਰ ਆਇਆ ਕਰੂੰ ਕਿਹਨੂੰ ਮਿਲਿਆ ਕਰੂੰ ਜਿੰਨਾ ਚਿਰ ਮੇਰੀ ਮਾਂ ਜੇ ਆਉਂਦੀ ਹੈ ਨਾ ਬਸ ਓਨਾ ਟਾਈਮ ਹੀ ਆ ਮੇਰੇ ਪੇਕੇ ਮੁੜ ਕੇ ਇਹਨਾਂ ਨੇ ਮੈਨੂੰ ਕਿੱਥੇ ਸਿਆਣਨਾ ਇਹ ਤਾਂ ਮੈਨੂੰ ਹੁਣ ਹੀ ਕਹਿ ਦਿੰਦੇ ਆ ਵੀ ਤੂੰ ਇੱਥੋਂ ਵਗ ਜਾ ਇਹਨਾਂ ਤਾਂ ਆਪਸ ਵਿੱਚ ਕੰਧਾਂ ਕੱਢ ਲਈਆਂ ਅਤੇ ਮੈਂ ਕਿਵੇਂ ਇਹਨਾਂ ਲਈ ਦਿਲਾਂ 'ਚ ਕੰਧਾਂ ਕੱਢਾਂ ਆਪਦੇ ਮੈਂ ਕਿਵੇਂ ਦੋਨਾਂ 'ਚ ਫਰਕ ਕਰਾਂ ਮੈਨੂੰ ਤਾਂ ਦੋਨੇ ਹੀ ਪਿਆਰੇ ਆ ਜਦੋਂ ਅਸੀਂ ਛੋਟੇ ਛੋਟੇ ਹੁੰਦੇ ਸੀ ਕਿੰਨਾ ਪਿਆਰ ਕਰਦੇ ਸੀ ਇੱਕ ਦੂਜੇ ਨੂੰ ਵਾਸਤੇ ਮੰਮੀ ਨੇ ਨਾ ਗਜਰੇਲਾ ਬਣਾਇਆ ਗਾ ਮੈਂ ਵੀ ਲੈ ਕੇ ਆਉਣਾ ਗਾ ਆਉਣ ਦੀ ਕੀ ਲੋੜ ਆਪਾਂ ਤਿੰਨੇ ਇਕੱਠੇ ਰਲ ਕੇ ਖਾ ਲੈਂਦੇ ਹਾਂ ਅੱਗੇ ਤਾਂ ਚੀਜ਼ਾਂ ਵੰਡ ਵੰਡ ਖਾਂਦੇ ਸੀ ਹੁਣ ਰਿਸ਼ਤਿਆਂ ਨੂੰ ਵੀ ਵੰਡ ਲਿਆ ਹੁਣ ਦੂਰੀਆਂ ਇੰਨੀਆਂ ਪਾ ਲਈਆਂ ਦਿਲਾਂ 'ਚ ਕਿ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ ਜਦੋਂ ਬੇਗਾਨੀਆਂ ਆ ਜਾਂਦੀਆਂ ਨਾ ਉਦੋਂ ਭੈਣ ਭਰਾ ਵਿੱਚ ਫਿੱਕ ਪੈ ਜਾਂਦੀ ਆ ਜੇ ਇਹੀ ਚੱਜਦੀਆਂ ਹੋਣ ਤਾਂ ਕਿਉਂ ਅੱਡ ਹੁੰਦੇ ਰਲ ਕੇ ਨਾ ਰਹਿੰਦੇ ਵਿਆਹ ਤੋਂ ਪਹਿਲਾਂ ਵਧੀਆ ਰਹਿੰਦੇ ਸੀ ਦੋਨੇ ਭਰਾ ਇੱਕ ਦੂਜੇ ਨੂੰ ਪੁੱਛ ਕੇ ਗੱਲ ਕਰਦੇ ਸੀ ਅਤੇ ਹੁਣ ਪੁੱਛਣਾ ਤਾਂ ਦੂਰ ਦੀ ਗੱਲ ਇੱਕ ਦੂਜੇ ਨੂੰ ਦੇਖਣਾ ਪਸੰਦ ਨਹੀਂ ਕਰਦੇ ਪਰ ਮੈਂ ਇਹਨਾਂ ਨੂੰ ਐਵੇਂ ਨਹੀਂ ਦੇਖ ਸਕਦੀ ਮੈਂ ਇਹਨਾਂ ਨੂੰ ਇਕੱਠੇ ਕਰਕੇ ਹੀ ਰਹੂੰ ਮਨਿੰਦਰ ਤੂੰ ਬੈਗ ਜਾ ਕਿੱਧਰ ਚੱਕੀ ਫਿਰਦੀ ਹੈ ਪੁੱਤ ਮੰਮੀ ਮੈਂ ਜਾਂਦੀ ਹਾਂ ਘਰੇ ਜਾਂਦੀ ਹੈ ਅਤੇ ਨਾਲੇ ਤੂੰ ਕਹਿੰਦੀ ਸੀ ਮੈਂ ਦੋ ਚਾਰ ਦਿਨ ਲਾਊਂਗੀ ਮੰਮੀ ਲਾਉਣੇ ਤਾਂ ਹੈਗੀ ਸੀ ਘਰੇ ਤਾਂ ਕਹਿ ਕੇ ਆਈ ਸੀ ਪਰ ਜਦੋਂ ਵੀਰੇ ਨੇ ਕਹਿਤਾ ਵੀ ਘਰੋਂ ਵਗ ਜਾ ਉਧਰ ਹਰਪ੍ਰੀਤ ਨੇ ਕਹਿਤਾ ਮੈਨੂੰ ਕਹਿੰਦੀ ਆਈ ਨਾ ਸਾਡੇ ਘਰੇ ਵਗ ਜਾ ਇੱਥੋਂ ਫਿਰ ਮੇਰਾ ਰਹਿਣ ਦਾ ਕੀ ਫਾਇਦਾ ਮਾਂ ਇੱਥੇ ਨਾ ਤੈਨੂੰ ਰਾਜਪਾਲ ਨੇ ਵੀ ਐਂ ਕਹਿਤਾ ਰਾਜਪਾਲ ਤਾਂ ਨਹੀਂ ਬੋਲਿਆ ਪਰ ਰਾਜਪਾਲ ਤਾਂ ਐਂ ਕਹਿੰਦਾ ਸੀ ਕਹਿੰਦਾ ਜੇ ਉੱਧਰ ਵੱਡੇ ਬੰਨੀ ਆਈ ਹੈ ਨਾ ਤਾਂ ਵੱਡੇ ਬੰਨੀ ਰਹੀ ਲੈ ਆਹ ਪਤਾ ਨਹੀਂ ਕੀ ਸਰੀਕਾ ਹੋਇਆ ਇਹਨਾਂ ਨੂੰ ਆ ਕੇ ਜਿੱਧਰ ਆ ਗਈ ਉੱਧਰ ਹੀ ਰਹੀ ਇਹਨਾਂ ਦੇ ਦਿਮਾਗ 'ਚ ਇਹ ਗੱਲ ਕਿਉਂ ਨਹੀਂ ਵੜਦੀ ਵੀ ਭੈਣ ਤਾਂ ਸਾਡੀ ਸਾਂਝੀ ਹੈ ਦੋਨਾਂ ਦੀ ਇੱਕੋ ਜੀ ਮੈਂ ਹੁਣ ਕਿਵੇਂ ਸਮਝਾ ਗਈ ਕਿਹੜਾ ਆਪਣੇ ਆਖੇ ਲੱਗਦੇ ਆ ਦੋਨਾਂ ਨੇ ਇੱਕ ਹੀ ਜਿੱਦ ਫੜ ਰੱਖੀ ਹੈ ਵੀ ਅਸੀਂ ਇੱਕ ਦੂਜੇ ਨੂੰ ਬੁਲਾਉਣਾ ਹੀ ਨਹੀਂ ਕੀ ਪਤਾ ਭਾਈ ਕੀ ਇਹਨਾਂ ਦੇ ਮਨਾਂ 'ਚ ਫਰਕ ਪਏਗਾ
ਚੱਲ ਕੋਈ ਨੀ ਪੁੱਤ, ਤੂੰ ਕਿਹੜਾ ਇਹਨਾਂ ਦਾ ਕਰਕੇ ਰਹਿਣਾ, ਤੂੰ ਮੇਰਾ ਕਰਕੇ ਰਹਿਣਾ, ਤੂੰ ਦੋ ਦਿਨ ਲਾ ਜਾ, ਇਹਨਾਂ ਨੂੰ ਕੀ ਕਹਿਣਾ, ਤੇ ਮੈਂ ਭੌਂਕੀ ਜਾਂਦੇ ਆ ਤੇਰੇ ਕਰਕੇ ਤਾਈ ਸਪਰ ਹੁਣ ਰਿਹਾ ਨਹੀਂ ਜਾਂਦਾ, ਇਹੋ ਜਿਹੀਆਂ ਗੱਲਾਂ ਸੁਣ ਕੇ ਨਹੀਂ ਰਿਹਾ ਜਾਂਦਾ, ਮੈਂ ਨਹੀਂ ਇੱਥੇ ਆਉਂਦੀ ਹੁਣ, ਜੇ ਤੂੰ ਮੈਨੂੰ ਮਿਲਣਾ ਹੁੰਦਾ ਨਾ ਤੇ ਮੇਰੇ ਕੋਲ ਉੱਥੇ ਆ ਜਾ ਕਰ, ਤੇ ਉੱਥੇ 4 ਦਿਨ ਲਾ ਜਾ ਕਰ। ਲੈ ਪੁੱਤ, ਉੱਥੇ ਮੈਂ 4 ਦਿਨ ਬੈਠੀ ਸੋਹਣੀ ਲੱਗਦੀਆਂ, ਨਾਲੇ ਕੁੜੀਆਂ ਕਤਰੀਆਂ ਦਾ ਮਿਲਣ ਗਿਲਣ ਬਣਿਆ ਹੁੰਦਾ, ਮਾਮਾ ਥੋੜੀ ਝੋਲਾ ਚੱਕ ਕੇ ਬੈਂਦੀਆਂ ਹੁੰਦੀਆਂ ਕੁੜਮਾਂ ਦੇ ਪਿੰਡ ਜਾ ਕੇ। ਮੰਮੀ, ਜੇ ਧੀਆਂ ਦਾ ਮਿਲਣਾ ਬਣਿਆ ਹੁੰਦਾ ਨਾ ਤਾਂ ਮੈਂ ਮਿਲਣੀ ਆਈ ਸੀ ਆਪਦੇ ਭਰਾ ਨੂੰ, ਮੈਂ ਕਿਹੜਾ ਇਹਨਾਂ ਤੋਂ ਕੁਛ ਲੈ ਕੇ ਜਾਣਾ ਸੀ ਜਾਂ ਕੋਈ ਲਾਲਚ ਮਾਰੀ ਆਈ ਸੀ, ਮੈਂ ਤੈਨੂੰ ਇਹਨਾਂ ਨੂੰ ਮਿਲਣ ਆਈ ਸੀ, ਪਰ ਇਹਨਾਂ ਨੇ ਮੈਨੂੰ ਐਂ ਕਹਿ ਤਾ। ਉਹ ਨਾ ਇਹਨਾਂ ਦੇ ਮਗਰ ਲੱਗ ਕੇ ਨਾ ਜਾ, ਜਦੋਂ ਮੈਂ ਬੈਠੀ ਹਾਂ ਤੂੰ ਨਾ ਬੁਲਾ ਇਹਨਾਂ ਨੂੰ, 2 ਦਿਨ ਮੇਰੇ ਕੋਲੇ ਰਹਿ ਜਾ ਪੁੱਤ। ਮੰਮੀ, ਮੇਰਾ ਦਿਲ ਦੁਖੀ ਹੁੰਦਾ, ਐਵੇਂ ਕਿਵੇਂ ਨਾ ਬੁਲਾਵਾਂ, ਕੋਲ ਦੀ ਲੰਘ ਜਾਂਦੇ ਆ, ਨਾ ਕੋਈ ਗੱਲ ਕਰਦੇ ਨਾ ਕੋਈ ਬਾਤ ਕਰਦੇ ਆ, ਮੇਰਾ ਵੀ ਦਿਲ ਦੁਖੀ ਹੁੰਦਾ, ਮੈਂ ਨਹੀਂ ਰਹਿ ਸਕਦੀ, ਮੈਂ ਤਾਂ ਅੱਜ ਜਾਊਂਗੀ। ਹਾਂ, ਜੇ ਤੂੰ ਮਿਲਣ ਆਉਣਾ ਤਾਂ ਮੈਨੂੰ ਮਿਲਿਆ, 2 ਦਿਨ ਤੈਨੂੰ ਕੋਈ ਕੁਛ ਨਹੀਂ ਕਹਿੰਦਾ, ਪਰ ਮੈਂ ਇੱਥੇ ਨਹੀਂ ਆਇਆ ਕਰਦੀ। ਆਉਣਾ ਤਾਂ ਕਾਹਤੋਂ ਨਹੀਂ ਪੁੱਤ, ਚੱਲ ਆ ਕੇ ਮੈਨੂੰ ਤਾਂ ਮਿਲ ਜਾ ਕਰ। ਚੱਲ ਨਾ ਭਾਈ, ਇੱਕ ਅੱਧਾ ਦਿਨ ਲਾ ਜਾ ਕਰ, ਹੋਰ ਕੀ ਆ, ਮੇਰਾ ਤਾਂ ਢਿੱਡ ਮੱਚਦਾ ਹੀ ਹੈ ਵੀ ਮੇਰੀ ਧੀ ਮਿਲਣ ਆਵੇ, ਮੈਂ ਵੀ ਡੀਕਦੀ ਹਾਂ ਤੈਨੂੰ। ਮੰਮੀ, ਤੂੰ ਤਾਂ ਡੀਕਦੀ ਆ, ਪਰ ਜਿੰਨਾ ਟਾਈਮ ਤੂੰ ਆ ਨਾ, ਬਸ ਤੂੰ ਵੀ ਡੀਕੇਂਗੀ, ਹੋਰ ਕਿਸੇ ਨੇ ਇੱਥੇ ਮੈਨੂੰ ਨਹੀਂ ਡੀਕਣਾ। ਇਹ ਤਾਂ ਸਹੀ ਗੱਲ ਹੈ ਪੁੱਤ, ਕੋਈ ਨਹੀਂ ਕਿਸੇ ਦਾ ਅੱਜ ਕੱਲ੍ਹ, ਨਾਲੇ ਭਰਾਵਾਂ ਤੋਂ ਆਪਾਂ ਕੀ ਉਮੀਦ ਕਰ ਸਕਦੇ ਹਾਂ ਜਿਹੜੇ ਘਰ ਵਾਲੀਆਂ ਦੇ ਮਗਰ ਲੱਗ ਜਾਂਦੇ ਆ। ਹੈ ਮੰਮੀ, ਜੇ ਬਾਪੂ ਅੱਜ ਜਿਉਂਦਾ ਹੁੰਦਾ ਨਾ ਤਾਂ ਇਹਨਾਂ ਦੀ ਹਿੰਮਤ ਨਹੀਂ ਸੀ ਮੈਨੂੰ ਐਂ ਬੋਲ ਜਾਂਦੇ, ਹੁਣ ਤਾਂ ਮੈਨੂੰ ਬਾਹਲੀ ਯਾਦ ਆਉਂਦੀ ਹੈ ਬਾਪੂ ਦੀ। ਬਾਪੂ ਦੀ ਯਾਦ ਪੁੱਤ ਤੈਨੂੰ ਆਉਂਦੀ ਆ, ਪਰ ਇਹਨਾਂ ਨੇ ਤਾਂ ਬਾਪੂ ਦੀ ਭੋਰਾ ਕਦਰ ਨਹੀਂ ਕਰੀ, ਨਾਲੇ ਤੇਰੇ ਸਾਹਮਣੇ ਹੁਣ ਤੇਰੀ ਤੇ ਮੇਰੀ ਕਿੰਨੀ ਕੁ ਕਦਰ ਕਰਦੇ ਆ ਇਹ। ਉਹੀ ਤਾਂ ਮਾਂ, ਚੱਲ ਮੈਂ ਤਾਂ ਵਗ ਜੂੰਗੀ, ਪਰ ਤੂੰ ਤਾਂ ਸਾਰੀ ਉਮਰ ਇੱਥੇ ਹੀ ਰਹਿਣਾ, ਤੂੰ ਕਿਵੇਂ ਕੱਢਦੀ ਹੋਏਗੀ। ਸਹੀ ਗੱਲ ਹੈ ਪੁੱਤ, ਚੱਲ ਕੋਈ ਨਹੀਂ ਧੀਏ, ਐਂ ਕਰ ਫਿਰ, ਆ ਲੈ ਤੂੰ ਨਾ ਜਾਂਦੀ ਹੋਈ ਕੱਪੜੇ ਲੈ ਜਾਈ, ਮੈਨੂੰ ਤਾਂ ਆਏ ਸੀਗਾ, ਚੱਲ ਤੂੰ ਰਵੇਂਗੀ ਤਾਂ ਆਪਾਂ ਮੈਂ ਦਵਾ ਲਿਆਉਂਗੀ ਤੈਨੂੰ, ਆਹ ਲੈ ਫੜ। ਮੰਮੀ, ਕੀ ਲੋੜ ਹੈ ਪੈਸਿਆਂ ਦੀ, ਮੈਂ ਕਿਹੜਾ ਕੱਪੜੇ ਲੈਣ ਆਈ ਸੀ ਇੱਥੇ, ਮੈਨੂੰ ਨਹੀਂ ਚਾਹੀਦੇ ਪੈਸੇ, ਕੋਈ ਗੱਲ ਨਹੀਂ। ਮੈਨੂੰ ਪਤਾ ਨਾ ਵੀ ਧੀ ਨੂੰ ਖਾਲੀ ਹੱਥ ਨਹੀਂ ਤੋਰੀ ਦਾ ਹੁੰਦਾ, ਆਹ ਫੜ। ਮੰਮੀ, ਤੂੰ ਆਪਦੀ ਪੈਨਸ਼ਨ 'ਚ ਮਾੜੇ ਮੋਟੇ ਜੋੜਦੀ ਹੈ, ਕਿਉਂ ਮੈਨੂੰ ਦੇਈ ਜਾਂਦੇ ਆ। ਫਿਰ ਮੈਂ ਕਿਹਨੂੰ ਦੇਣੇ ਆ ਪੁੱਤ, ਕੋਈ ਤੈਨੂੰ ਝੁੱਗਾ ਜਾਮਾ ਦੇਣਾ, ਇਹਨਾਂ ਨੇ ਤਾਂ ਨਾ ਮੈਨੂੰ ਕੁਛ ਦੇਣਾ ਤੇ ਨਾ ਮੈਂ ਇਹਨਾਂ ਤੋਂ ਕੁਛ ਲੈਣਾ। ਚੱਲ ਦਵਾਈ ਬੂਟੀ ਆ ਜਾਂਦੀ ਹੈ ਤੇਰੀ ਇੰਨੇ ਨਾਲ। ਚੱਲ ਕੋਈ ਨਹੀਂ ਪੁੱਤ, ਆਉਂਦੀਆਂ ਫਿਰਨੀਆਂ ਦਵਾਈਆਂ ਬੂਟੀਆਂ ਤਾਂ, ਤੇ ਤੂੰ ਨਾਲ ਤਾਂ ਆਪਦਾ ਪਹਾੜਾ ਜੋੜਾ ਭਰ ਲਈ ਤੇ ਨਾਲੇ ਆਹ ਆਪਦਾ ਵਧੀਆ ਸੂਟ ਲੈ ਜੀ। ਚੰਗਾ। ਮੰਮੀ, ਕਿਸੇ ਨੇ ਐਵੇਂ ਨਹੀਂ ਕਿਹਾ ਨਾ, ਪੇਕੇ ਤਾਂ ਮਾਂ ਪਿਓ ਨਾਲ ਹੀ ਹੁੰਦੇ ਆ, ਮਾਂ ਪਿਓ ਮੈਨੂੰ ਜਦੋਂ ਨਹੀਂ ਰਹਿੰਦਾ ਨਾ ਉਦੋਂ ਨਹੀਂ ਕੋਈ ਪਛਾਣਦਾ, ਨਾ ਭਰਾ ਨਾ ਭਰਜਾਈ ਆ। ਸਹੀ ਗੱਲ ਹੈ ਪੁੱਤ, ਫਿਰ ਤਾਂ ਵਰਤੋਂ ਦੀ ਸਕੀਰ ਰਹਿ ਜਾਂਦੀ ਹੈ, ਤੇ ਮੈਨੂੰ ਨਹੀਂ ਲੱਗਦਾ ਵੀ ਇਹ ਤੇਰੇ ਨਾਲ ਵਰਤਣਗੇ। ਇਹ ਤਾਂ ਨਹੀਂ ਵਰਤਦੇ ਮਾਂ, ਕਿੱਥੇ ਵਰਤਦੇ, ਜਿਨ੍ਹਾਂ ਨੇ ਮੂੰਹ ਤੇ ਮੈਨੂੰ ਐਂ ਕਹਿਤਾ ਵੀ ਹਾਂ ਇੱਥੇ ਸਾਡੇ ਘਰੋਂ ਵਗ ਜਾ, ਨਾਲੇ ਮੈਂ ਵੀ ਤਾਂ ਇੱਥੇ ਰਹੀ ਹਾਂ, ਮੇਰਾ ਵੀ ਘਰ ਹੈ, 25 ਸਾਲ ਮੈਂ ਇੱਥੇ ਰਹੀ ਹਾਂ, ਫਿਰ ਕੀ ਹੋ ਗਿਆ ਜੇ ਹੁਣ ਵਿਆਹ ਹੋ ਗਿਆ ਮੇਰਾ। ਚੱਲ ਪੁੱਤ, ਸਬਰ ਦਾ ਘੁੱਟੀ ਭਰਨਾ ਹੁੰਦਾ ਗਾ, ਤੂੰ ਆਪਦੇ ਘਰੇ ਸੌਖੀ ਹੈ ਨਾ, ਚੱਲ ਪਰਮਾਤਮਾ ਤੈਨੂੰ ਰੰਗ ਭਾਗ ਲਾਵੇ, ਤੂੰ ਐਵੇਂ ਇਹਨਾਂ ਦੀ ਚਿੰਤਾ ਨਾ ਕਰਿਆ ਕਰ ਤੇ ਨਾ ਤੂੰ ਮੇਰੀ ਚਿੰਤਾ ਕਰਿਆ ਕਰ। ਕਿਉਂ ਮਾਂ, ਚਿੰਤਾ ਤਾਂ ਹੁੰਦੀ ਆ, ਚੱਲ ਉੱਥੇ ਤਾਂ ਸੌਖੀ ਆ, ਪਰ ਇੱਧਰੋਂ ਤਾਂ ਔਖੀ ਆ ਨਾ, ਇੱਕ ਦੁੱਖ ਤਾਂ ਹੈਗਾ ਹੀ ਆ ਮੈਨੂੰ। ਔਖੀ ਤਾਂ ਪੁੱਤ ਸੁੱਖ ਨਾਲ ਰੰਗ ਭਾਗ ਲੱਗੇ ਹੋਏ ਆ, ਪਰ ਇਹਨਾਂ ਦੀ ਕਰਤੂਤ ਮਾੜੀ ਆ, ਇਹ ਵਰਤਣਾ ਨਹੀਂ ਜਾਣਦੇ। ਚੱਲ ਕੋਈ ਨਾ ਮਾਂ, ਕੋਈ ਹੱਲ ਤਾਂ ਕਰਾਂਗੇ, ਇਹਨਾਂ ਦੀ ਗੱਲ ਤਾਂ ਸੁਲਝਾਉਣੀ ਪਊਗੀ ਆਪਾਂ ਨੂੰ, ਐਂ ਕਿੰਨਾ ਕੁ ਟਾਈਮ ਚੱਲੂਗਾ। ਕੋਈ ਨਾ ਪੁੱਤ, ਜਦੋਂ ਬੰਦੇ ਨੇ ਆਪਦੇ ਨਾਲ ਬਣਦੀਆਂ ਨਾ ਫਿਰ ਕੰਨ ਖੁੱਲਦੇ ਹੁੰਦੇ ਆ ਵੀ ਹਾਂ ਇਸ ਥਾਂ 'ਤੇ ਅਸੀਂ ਕੀ ਕੀਤਾ ਸੀ ਅਤੇ ਉਸੇ ਥਾਂ 'ਤੇ ਹੀ ਅਸੀਂ ਅੱਜ ਆਪ ਖੜੇ ਹਾਂਗੇ। ਸਹੀ ਗੱਲ ਆ ਮਾਂ, ਚੱਲ ਮਾਂ ਫਿਰ ਮੈਂ ਜਾਂਦੀ ਹਾਂ, ਬੱਸ ਵੀ ਲੰਘ ਜੂਗੀ। ਚੱਲ ਪੁੱਤ, ਫਿਰ ਮੈਂ ਤੈਨੂੰ ਚੜ੍ਹਾ ਆਉਂਦੀ ਹਾਂ, ਚਾਹ ਦੀ ਘੁੱਟ ਪੀ ਲੈਂਦੀ ਬਣਾ ਦਿੰਦੀ ਹਾਂ। ਨਾ ਬਸ ਮਾਂ, ਨਹੀਂ ਪੀਣੀ ਚਾਹ, ਉੱਥੇ ਜਾ ਕੇ ਪੀ ਲੂੰ ਘਰੇ। ਚੱਲ ਚੰਗਾ ਧੀਏ, ਆਪਦੇ ਘਰੇ ਸੁਖੀ, ਬਸ ਜਿਹੋ ਜਿਹੀ ਇਹਨਾਂ ਦੀ ਮੱਤ ਇਹਨਾਂ ਨੇ ਵਰਤ ਲਈ, ਗਏ ਘਰ ਦੀਆਂ ਉਹ ਆ ਗਈਆਂ। ਸਹੀ ਗੱਲ ਮਾਂ, ਚੱਲ ਕੋਈ ਨਾ, ਤੂੰ ਫਿਕਰ ਨਾ ਲਿਆ ਹੁੰਦਾਂ ਤਾਂ ਇਹਨਾਂ ਨੂੰ ਵੀ ਸਮਝਾਉਂਦਾਂ। ਲੈ ਕਮਾਲ ਹੋ ਗਈ, ਤੂੰ ਤਾਂ ਮੈਨੂੰ 4-5 ਦਿਨ ਕਹਿ ਗਈ ਸੀ, ਆ ਵੀ ਗਈ ਹੈ। ਬਸ ਮੇਰਾ ਜੀ ਨਹੀਂ ਲੱਗਿਆ ਉੱਥੇ, ਤਾਂ ਹੀ ਆ ਗਈ ਮੈਂ। ਕਿਉਂ ਜੀ ਕਿਉਂ ਨਹੀਂ ਲੱਗਿਆ? ਤੁਹਾਨੂੰ ਪਤਾ ਜਦੋਂ ਵੀਰੇ ਹੋਰੇ ਅੱਡ ਹੋਇਆ ਪਹਿਲੀ ਵਾਰ ਗਈ ਸੀ ਉੱਥੇ, ਹੈ ਨਾ, ਮੇਰਾ ਮਨ ਜਿਹਾ ਹੀ ਨਹੀਂ ਲੱਗਿਆ, ਕਦੇ ਉੱਧਰ ਜਾ ਕਦੇ ਇੱਧਰ ਜਾ, ਹੈ ਨਾ, ਇੱਕ ਬੇਬੇ ਦੇ ਮੂਡ ਖਰਾਬ ਕਰ ਰੱਖਿਆ ਸੀਗਾ ਆਪਦਾ। ਠੀਕ ਤਾਂ ਸੀਗੀ ਬੇਬੇ ਤਾਂ ਠੀਕ ਆ, ਬਸ ਤੁਹਾਨੂੰ ਪਤਾ ਹੀ ਆ ਵੀ ਦੋਨੇ ਭਰਾ ਅੱਡ ਹੋ ਗਏ, ਹੈ ਨਾ, ਫਿਰ ਵੀ ਐਦਾਂ ਮਾਵਾਂ ਨੂੰ ਤਾਂ ਹੁੰਦਾ ਹੀ ਆ। ਹੁੰਦਾ ਤਾਂ ਹੈਗਾ ਗਾ, ਨਾਲ ਮੇਰਾ ਵੀ ਨਹੀਂ ਫਿਰ ਜੀ ਜਿਹਾ ਲੱਗਿਆ ਉੱਥੇ, ਮਨ ਜਿਹਾ ਔਖਾ ਹੀ ਹੋਈ ਗਿਆ,
ਤਾਂ ਮੈਂ ਕਿਹਾ ਚੱਲ ਘਰੇ ਵਗ ਜਾਂਦੀ ਹਾਂ। ਤੇ ਫਿਰ ਇੱਕ ਪਾਸੇ ਲਾ ਲੈਂਦੀ ਚਾਰ ਦਿਨ, ਜ਼ਰੂਰੀ ਤਾਂ ਨਹੀਂ ਸੀ ਦੋਨੇ ਪਾਸੇ ਜਾਣਾ ਸੀ। ਫਿਰ ਇੱਕ ਪਾਸੇ ਲਾਉਂਦੀ ਫਿਰ ਦੂਜਾ ਗੁੱਸੇ ਹੁੰਦਾ। ਚੱਲ ਕੋਈ ਨਾ, ਫਿਰ ਹੁਣ ਤੂੰ ਕਿੰਨੇ ਕੁ ਦਿਨ ਅੱਖ ਬੋਲ ਸਹੀ ਕਰੀ ਜਾਏਂਗੀ। ਮੈਂ ਤੁਹਾਨੂੰ ਐਂ ਕਹਿੰਦੀ ਸੀ ਵੀ ਆਪਾਂ ਕੁਛ ਕੋਈ ਹੱਲ ਕਰ ਗਏ, ਆਪਾਂ ਇਹਨਾਂ ਨੂੰ ਇਕੱਠੇ ਕਰ ਗਏ, ਐਂ ਨਹੀਂ ਚੱਲਣਾ ਹੈਗਾ। ਜਿਵੇਂ ਕਰਦੇ ਤਾਂ ਇੰਨਾ ਬੈਰ ਬੰਨੀ ਬੈਠੇ ਆਪਸ ਵਿੱਚ, ਦੇਖਣਾ ਪਸੰਦ ਨਹੀਂ ਕਰਦੇ ਇੱਕ ਦੂਜੇ ਨੂੰ। ਇਕੱਠੇ ਤਾਂ ਆਪਾਂ ਫੇਰ ਹੀ ਕਰ ਸਕਦੇ ਨਾ ਮਨਿੰਦਰ, ਜੇ ਆਪਾਂ ਨੂੰ ਕੋਈ ਗੱਲ ਪਤਾ ਹੋਵੇ। ਗੱਲ ਤਾਂ ਕੋਈ ਦੱਸਦੇ ਨਹੀਂ। ਗੱਲ ਤਾਂ ਕੀ ਹੋਣੀ ਆ, ਬਸ ਲੋਕਾਂ ਦੀਆਂ ਗੱਲਾਂ 'ਚ ਆਉਂਦੇ ਆ, ਕੋਈ ਇਹਨੂੰ ਉਂਗਲ ਲਾ ਜਾਂਦਾ, ਕੋਈ ਉਹਨੂੰ ਉਂਗਲ ਲਾ ਜਾਂਦਾ, ਬਸ ਆਪਸ 'ਚ ਲੜ ਪੈਂਦੇ ਦੋਨੇ ਭਰਾ। ਯਾਰ ਫਿਰ ਗਲਤ ਗੱਲ ਆ ਨਾ ਉਹਨਾਂ ਦੀ, ਜਵਾਕ ਥੋੜ੍ਹੀ ਆ ਵੀ ਲੋਕਾਂ ਦੀਆਂ ਗੱਲਾਂ 'ਚ ਆ ਜਾਂਦੇ ਆ ਉਹ, ਚੰਗੇ ਭਲੇ ਸਿਆਣੇ ਬਿਆਣੇ ਬੰਦੇ ਆ ਉਹ, ਕਬੀਲਦਾਰੀ ਵਾਲੇ ਆ। ਆਹੀ ਗੱਲ ਤਾਂ ਮੈਂ ਸਮਝਾ ਕੇ ਆਈ ਸੀ, ਪਰ ਮੇਰੀ ਕਿਹੜਾ ਉੱਥੇ ਕੋਈ ਸੁਣਦਾ। ਫਿਰ ਹੁਣ ਕੀ ਕਰੀਏ, ਤੂੰ ਦੱਸ ਮੈਨੂੰ ਕਿਵੇਂ ਹੱਲ ਕੱਢ ਸਕਦੇ ਹਾਂ ਇਸ ਗੱਲ ਦਾ। ਤੁਸੀਂ ਕੁਛ ਸੋਚੋ ਨਾ, ਆਪਾਂ ਸਮਝਾ ਦਈਏ ਇਹਨਾਂ ਨੂੰ, ਦੁਬਾਰੇ ਇਕੱਠੇ ਹੋ ਜਾਣੇ ਇਹ। ਕੋਈ ਨਾ, ਫਿਰ ਜਦੋਂ ਛੁੱਟੀਆਂ ਆਈਆਂ ਉਦੋਂ ਜਾ ਉੜਾਂਗੇ, ਉੱਥੇ ਜਾ ਕੇ ਗੱਲਬਾਤ ਕਰ ਲਾਂਗੇ। ਹੋਰ ਕੀ, ਹੁਣ ਤਾਂ ਮੈਂ ਵੀ ਨਹੀਂ ਸਕੂਲ ਛੱਡ ਸਕਦਾ, ਤੈਨੂੰ ਪਤਾ ਤਾਂ ਹੈ। ਹੁਣ ਤਾਂ ਟਾਈਮ ਹੀ ਬਾਹਲਾ ਪੈ ਜੂਗਾ ਇਹਨਾਂ ਨੂੰ, ਕਿੱਥੇ ਦੁਬਾਰੇ ਇਕੱਠੇ ਹੋਣਗੇ ਇਹ। ਅਪ੍ਰੈਲ ਤਾਂ ਚੱਲ ਪਿਆ ਯਾਰ, ਹੁਣ ਮਈ 'ਚ ਛੁੱਟੀਆਂ ਹੋਣਗੀਆਂ ਉਦੋਂ ਜਾ ਆਵਾਂਗੇ, ਜਾਂ ਫਿਰ ਸ਼ਨੀ ਐਤਵਾਰ ਨੂੰ ਕੋਈ ਟਾਈਮ ਰੱਖ ਲਓ। ਆਪਣੀ ਗੱਲ ਕਿਹੜਾ ਸੁਣਨਗੇ, ਜੇ ਆਪਣੀ ਗੱਲ ਸੁਣਨੀ ਹੁੰਦੀ ਨਾ ਕਿੱਦੇ ਦੀ ਸੁਣ ਲੈਂਦੇ। ਉਹ ਪੁਰਾਣੇ ਪੁਰਾਣੇ ਤਾਂ ਮੰਨਣਗੇ ਹੀ ਉਹ। ਨਸ਼ੇ ਜਦੋਂ ਅੱਡ ਹੁੰਦੇ ਸੀਗੇ ਉਦੋਂ ਕਿਹੜਾ ਆਪਣੇ ਨੂੰ ਪੁੱਛ ਕੇ ਅੱਡ ਹੋਏ ਸੀ ਆਪਾਂ ਨੂੰ, ਉਦੋਂ ਵੀ ਤਾਂ ਅੱਡ ਹੋ ਹੀ ਗਏ ਸੀ। ਉਹ ਤਾਂ ਤੇ ਕਹਾ ਉਦੋਂ ਨਹੀਂ ਕੁਝ ਪਤਾ ਲੱਗਦਾ ਹੁੰਦਾ, ਹੁਣ ਟਾਈਮ ਪੈ ਗਿਆ, ਹੁਣ ਸਮਝ ਸਕਦੇ ਆ। ਦੋਨੇ ਭਰਾਵਾਂ ਨੂੰ ਇਕੱਠੇ ਕਰਾਂਗੇ, ਬੈਠ ਕੇ ਗੱਲ ਕਰ ਲਾਂਗੇ। ਕੋਈ ਹੋਰ ਹੱਲ ਸੋਚ ਲਓ ਨਾ। ਕੀ ਸੋਚਾਂ, ਕੀ ਕਰਦੇ ਹੋ? ਦੇਖਦਾ ਕੁਛ ਸੱਚ। ਹਾਂ ਮੈਂ ਤੈਨੂੰ ਐਂ ਕਹਿੰਦਾ ਸੀ, ਹੈਗਾ ਹੱਲ ਮੇਰੇ ਕੋਲ, ਕਰਦਾ ਇਕੱਠੇ ਤੇਰੇ ਭਾਈਆਂ ਨੂੰ। ਕੀ ਹੱਲ ਹੈ? ਕੋਈ ਗੱਲ ਨਹੀਂ, ਦੱਸ ਦੂੰਗਾ, ਕੋਈ ਚਾਹ ਪਾਣੀ ਤਾਂ ਲਿਆ ਦੇ ਮੈਨੂੰ। ਚਾਹ ਬਣਾ ਕੇ ਲਿਆਉਣੀ ਮੈਂ, ਪਰ ਇਹ ਕੰਮ ਜ਼ਰੂਰ ਕਰਿਓ। ਅੱਧਾ ਘੰਟਾ ਰਹਿ ਗਿਆ, ਦੁਬਾਰੇ ਫਿਰ ਜਾਣਾ ਹੋਊਗਾ, ਜਵਾਬ ਵੀ ਸਿਰ ਖਾ ਲੈਂਦੇ। ਲੈ ਕੋਈ ਨਹੀਂ, ਦੱਸ ਦੂੰਗਾ ਹੱਲ, ਵਧੀਆ ਹੀ ਬਣਾ ਲੈ ਚਾਹ। ਹਰਪ੍ਰੀਤ? ਹਾਂਜੀ ਮੰਮੀ ਜੀ। ਰਾਜਪਾਲ ਕਿੱਧਰ ਗਿਆ ਕੁੜੇ? ਇੱਧਰ ਸੀ ਗਏ ਹੋਏ ਨੇ ਮੰਮੀ, ਉਹ ਤਾਂ ਬਾਹਰ ਨੇ। ਹੁਣ ਕਾ ਕਿਸੇ ਵੇਲੇ ਘਰੇ ਵੀ ਖੜ ਜਾ ਕਰ। ਕਿਉਂ ਮੰਮੀ, ਉਹ ਕਿਹੜਾ ਵਿਹਲਾ ਤੁਰਿਆ ਫਿਰਦਾ, ਕੰਮ ਨੂੰ ਗਿਆ। ਆਹੋ ਕੰਮ ਹੀ ਸੋਨੂੰ ਆ, ਹੋਰ ਤਾਂ ਸਾਰੀ ਦੁਨੀਆ ਵਿਹਲੀ ਹੈ। ਆਹੋ ਗੱਲਾਂ ਵੇਖ ਲਾ, ਕਰਦੇ ਮੈਨੂੰ ਸਿਖਾਉਂਦੇ ਆ ਕੰਮ ਨਾ, ਮੈਂ ਕੰਮ ਨਹੀਂ ਕਰੇ ਨਾ। ਅਸੀਂ ਕੀ ਸਿਖਾਤਾ ਮੰਮੀ, ਤੁਸੀਂ ਐਂ ਬੋਲੀ ਜਾਂਦੇ ਹੋ ਨਾ। ਮੈਨੂੰ ਐਂ ਦੱਸ ਨੀ, ਤੂੰ ਕੁੜੀ ਨੂੰ ਕੀ ਕਿਹਾਗਾ? ਕੁੜੀ ਨੂੰ ਕੀ ਕਹਿਣਾ, ਅਸੀਂ ਕਿਹੜਾ ਉਹਦੀ ਗੋਲੀ ਮਾਰਤੀ। ਲੈ ਵੇਖ ਲਾ, ਅੱਗੇ ਗੋਲੀ ਮਾਰਤੀ ਨਾ। ਤੁਸੀਂ ਉਹਨੂੰ ਕਹਿਤਾ ਆ ਕੇ ਸਾਡੇ ਘਰੇ ਨਾ ਆਇਆ ਕਰ। ਤੇ ਮੈਂ ਤਾਂ ਕਹੂੰਗੀ ਮੰਮੀ, ਜੇ ਤੁਹਾਡੇ ਕੋਲੋਂ ਤੁਹਾਡੇ ਕੋਲ ਨਹੀਂ ਰਵੇ ਨਾ। ਸਾਡੇ ਕੰਨੀ ਆਉਂਦੀ ਹੈ ਤੇ ਤੁਹਾਡੀ ਕੁਛ ਲੱਗਦੀ ਨਹੀਂ ਉਹ। ਸਾਡੀ ਕੁਛ ਨਹੀਂ ਲੱਗਦੀ, ਜੇ ਕੁਛ ਲੱਗਦੀ ਹੋਵੇ ਤਾਂ ਸਾਡੇ ਕੰਨੀ ਰਵੇ। ਵੇਖ ਲੈ ਕੀ ਲੱਛਣ ਕਰਦੀਆਂ ਨੇ, ਬੈਰ ਨਾ ਬਣੀਆਂ ਬੈਠੀਆਂ ਆਪਸ ਵਿੱਚ ਦੀ, ਇੱਕ ਦੂਜੀ ਦੀਆਂ ਵਿੱਚ ਮੇਰੀ ਧੀ ਨੂੰ ਲੈ ਲਿਆ ਇਹਨਾਂ ਨੇ। ਤੇਰੀ ਧੀ ਨੂੰ ਸਮਝਾ ਦੇ, ਸਾਡੇ ਇੱਧਰ ਆਉਣ ਦੀ ਲੋੜ ਨਹੀਂ, ਜੇ ਰਾਜਪਾਲ ਨੂੰ ਮਿਲਣਾ ਤਾਂ ਉੱਧਰ ਬੁਲਾ ਲਿਆ ਕਰੇ ਬਸ। ਕਿਉਂ ਕਿਉਂ ਮੰਮੀ, ਕਿਉਂ ਵਾਲੀ ਕੀ ਗੱਲ ਹੈ ਇਹਦੇ ਵਿੱਚ, ਝੋਲੇ ਵੀ ਤੇਰੇ ਕੋਲ ਹੀ ਭਰ ਭਰ ਕੇ ਲਿਆਉਂਦੇ, ਨਾਲੇ ਤੂੰ ਉੱਧਰ ਤੈਨੂੰ ਮਿਲਣ ਆਉਂਦੇ, ਸਾਨੂੰ ਥੋੜੀ ਮਿਲਣ ਆਉਂਦੀ ਆ। ਨਾ ਕਿਹੜੇ ਝੋਲੇ ਭਰ ਕੇ ਲਿਆਉਂਦੀ ਆ ਉਹ, ਜਿਹੋ ਜਿਹਾ ਛੂਟ ਤੈਨੂੰ ਤੇ ਰਾਜਪਾਲ ਨੂੰ ਲਿਆਂਦਾ ਉਹੋ ਜਿਹਾ ਉਹ ਉੱਧਰ ਲਿਆਈ। ਪਹਿਲੀ ਗੱਲ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ, ਕੁੜੀ ਨੇ ਪਾਠ ਕਰਾਇਆ ਸੀ, ਤੁਸੀਂ ਜਾ ਕੇ ਨਹੀਂ ਖੜੇ, ਉਹ ਫੇਰ ਵੀ ਤੁਹਾਡਾ ਇੱਥੇ ਕਰਨ ਆਈ ਆ। ਅਸੀਂ ਕੋ ਜਾ ਕੇ ਖੜੀ ਆ, ਆਪ ਕਿੰਨਾ ਕਾ ਕੇ ਖੜਦੀ ਆ ਸਾਡੇ ਕੋਲ ਨਾ। ਕਿੱਦੇ ਉਹ ਟਲੀਏ ਤਿੱਥ ਤਿਆਰ ਤੋਂ, ਤੁਸੀਂ ਸਾਦੇ ਹੀ ਨਹੀਂ ਉਹਨੂੰ। ਅਸੀਂ ਨਹੀਂ ਸਾਦਦੇ, ਵੇਖ ਲੈ ਕਿਵੇਂ ਚਾਂਬਰੀ ਹੈਗੀ ਆ, ਤੈਨੂੰ ਵੇਖ ਕੇ ਉਹ ਚਾਂਬਰੀ ਹੈ, ਜਿੱਦਾਂ ਦੀ ਅਸਲ ਤਾਂ ਤੂੰ ਆਈ ਹੈ ਨਾ, ਤੂੰ ਹੀ ਅੱਗ ਪਾਈ ਆ, ਪਹਿਲਾਂ ਉਹ ਤਾਂ ਚੰਗੀ ਭਲੀ ਸੀ। ਆਹੋ ਮੈਂ ਪਾਈ ਆ, ਉਹਨੂੰ ਨਾ ਸਮਝਾਈਏ ਵੱਡੀ, ਹਾਂ ਤੂੰ ਤਾਂ ਵੱਡੀ ਦੀ ਪੱਖ ਕਰੋਗੇ ਨਾ। ਤੇਰੇ ਨਾਲ ਕੋਈ ਬਾਹਰ ਆ ਸਾਡਾ, ਜਿੱਡੀ ਤੇਰੇ ਜੀਵ ਲੱਗੀ ਆ, ਤੇਰੇ ਜੀਵ ਨੂੰ ਕਹਿੰਦੇ ਮਾੜੀ ਮੋਟੀ ਗੰਢ ਦੇ ਆ ਕਰੇ। ਤੁਹਾਡਾ ਸਾਰਿਆਂ ਦਾ ਮੇਰੇ ਨਾਲ ਹਾਂ, ਕਦੇ ਆ ਕੇ ਖੜੇ ਮੇਰੇ, ਅੱਛਾ ਲਾਂਬਾ ਦੇਣ ਆ ਗਏ, ਕਦੇ ਉਹ ਆ ਕੇ ਖੜੀ ਮੇਰੇ ਕੋਲ ਪੁੱਛੇ ਤੂੰ ਕਦੇ। ਤੂੰ ਜਦੋਂ ਮੈਂ ਆਉਣੀ ਆ ਤੇ ਜਾ ਕੇ ਤੂੰ ਅੰਦਰ ਪੈ ਜਾਂਦੀ ਆ, ਮੈਂ ਇੱਥੇ ਬਹਿ ਕੇ ਮੁੜ ਜਾਂਦੀ ਆਂਗੀ। ਆਵਾਂ ਕੀ? ਆਹੋ ਮੰਮੀ, ਇੱਧਰ ਆ ਕੇ ਤਾਂ ਤੂੰ ਬੈਠੀ ਰਹਿਣੀ ਹੈ, ਨੰਬਰਦਾਰੀ ਕਰਦੀ, ਉੱਧਰ ਤੂੰ ਸਾਰਾ ਅੱਗੇ ਪਿੱਛੇ ਕੰਮ ਕਰਦੀ ਫਿਰਦੀ ਆ, ਕੀ ਗੱਲ? ਨਾ ਕੀ ਗੱਲ ਨੂੰ,
ਉਧਰ ਤੇ ਮੈਂ ਰੋਟੀਆਂ ਖਾਣੀਆਂ ਤਾਂ ਭਾਂਡੇ ਮਾਂਜਦੀਆਂ, ਨਾ ਤੇਰੇ ਭਾਂਡੇ ਕਾਹਤੋਂ ਚੱਕਾਂ। ਪਾਣੀ ਦੀ ਘੁੱਟ ਤਾਂ ਕਦੇ ਪੁੱਛੀ ਨੀ ਮੈਨੂੰ ਆਈ ਨੂੰ। ਬਸ ਮੰਮੀ ਮੇਰੇ ਕੋਲ ਆਉਣ ਦੀ ਲੋੜ ਨੀ, ਠੀਕ ਹੈ ਨਾ? ਨਾ ਮੈਂ ਤੇਰੇ ਤੋਂ ਕੰਮ ਕਰਵਾਵਾਂ, ਨਾ ਮੈਨੂੰ ਲੋੜ ਹੈ, ਮੈਂ ਤਾਂ ਆਪਦਾ ਆਪ ਹੀ ਕਰ ਲੈਣੀ ਹੈ। ਤੂੰ ਕਿਹੜਾ ਸਾਨੂੰ ਕੁਛ ਸਮਝਦੀ, ਅਸੀਂ ਕਿਹੜਾ ਤੇਰਾ ਕੁਛ ਹੈਗੇ ਆ। ਆਹੋ ਜਿਹੋ ਜਿਹਾ ਮੇਰੀ ਧੀ ਨੂੰ ਸਮਝਿਆ ਉਹੋ ਜਿਹਾ ਮੈਨੂੰ ਸਮਝ ਦਿਓ ਨਾ। ਤੈਨੂੰ ਸ਼ਰਮ ਆਉਣੀ ਚਾਹੀਦੀ ਆ, ਉਹ ਜਵਾਕੜੀ ਰੋਂਦੀ ਗਈ ਆ। ਉਹਨੇ ਨਾ 2 ਦਿਨ ਲਾਉਣੇ ਸੀਗੇ ਤੇ ਦੂਜੇ ਦਿਨ ਹੀ ਮੁੜ ਗਈ ਸੋਡੀ ਮਾਰੀ। ਆਹ ਸੋਡੇ ਕੰਜਰ ਕਲੇਸ਼ ਨੇ ਇੱਕ ਦਿਨ ਨਹੀਂ ਸਾਹ ਲੈਣ ਦਿੱਤਾ ਉਹਨੂੰ। ਮਿੰਟ 'ਚ ਜਾ ਕੇ ਹੈ ਨਾ ਪੱਟੀ ਬਣਾਤੀ, ਤੈਨੂੰ ਖੇਖਣ ਕਰਨ ਲੱਗ ਗਈ ਜਾ ਕੇ। ਤੂੰ ਉਹਦੇ ਪਿੱਛੇ ਲੱਗ ਕੇ ਆ ਗਈ ਮੇਰੇ ਕੋਲ। ਨਾ ਖੇਖਣ ਕਰਨ ਨੂੰ ਉਹ ਕਿਹੜਾ, ਜਾਣ ਕੇ ਕਰਦੀ। ਜਿਹੜਾ ਕੁਛ ਤੂੰ ਕਿਹਾ ਉਹੀ ਮੈਨੂੰ ਦੱਸਿਆ ਉਹਨੇ ਜਾ ਕੇ। ਮੈਂ ਇਹੋ ਜਿਹਾ ਕੁਛ ਨਹੀਂ ਕਿਹਾ, ਕੁਛ ਤਾਂ ਉਹਦੇ ਕੋਲ ਗੱਲਾਂ ਬਣਾ ਕੇ ਲਾਤੀਆਂ ਹਾਂ। ਬਸ ਕਰਨੀ ਮੈਂ ਜਾਣਦੀ ਹਾਂ ਤੈਨੂੰ, ਬਲਦੀ ਤੇ ਫੂਸ ਪਾਉਣ ਵਾਲੀ ਆ ਤੂੰ ਸਾਰਾ ਦਿਨ। ਆਹੀ ਗੱਲ ਰਾਜਪਾਲ ਦੇ ਭਰੀ ਜਾਂਦੀ ਆ ਸਾਰਾ ਦਿਨ ਤੂੰ। ਮਾਂ ਮੈਨੂੰ ਬਾਹਲਾ ਬੋਲਣ ਦੀ ਲੋੜ ਨੀ, ਠੀਕ ਹੈ ਨਾ? ਜਿਹੜਾ ਕੰਮ ਆਈ ਹੈ ਹੋ ਗਿਆ ਤੇਰਾ, ਚੱਲ ਵਗ ਜਾ ਹੁਣ ਤੂੰ ਵੀ ਇੱਥੋਂ। ਮੈਂ ਵਗ ਜੂਗੀ, ਤੂੰ ਕੀ ਪੇਕਿਆਂ ਤੋਂ ਲੈ ਕੇ ਆਈ ਆ? ਸਾਰਾ ਕੁਝ ਮੇਰਾ ਹੀ ਹੈ, ਮੇਰੀ ਮਰਜ਼ੀ ਆ ਜਾਵਾਂ, ਮੇਰੀ ਮਰਜ਼ੀ ਆ ਨਾ ਜਾਵਾਂ। ਜੇ ਬੈਠੀ ਆ ਤਾਂ ਬੈਠੀ ਰਹਿ, ਕਿਉਂ ਇੱਧਰ ਤੂੰ ਮੇਰੇ ਨਾਲ ਲੜਨ ਨਹੀਂ ਆਉਂਦੀ ਨੀ? ਜਦੋਂ ਵੀ ਆਉਂਦੀ ਆ ਮੈਂ ਤਾਂ ਆਪਦੀ ਮਰਜ਼ੀ ਨਾਲ ਜਾਊਂਗੀ, ਮੇਰਾ ਵੀ ਘਰ ਆ ਇਹ। ਖੜੀ ਹੋ ਜਾ, ਮੈਂ ਤਾਂ ਪੈਂਦੀ ਆ ਇੱਥੇ। ਪੈ ਜਾ, ਆ ਜਾਣ ਦੇ ਰਾਜਪਾਲ ਨਾਲ, ਉਹਦੇ ਨਾਲ ਕਰੂੰਗੀ ਗੱਲ। ਆਹੋ ਕਰ ਦੇ ਜਿੰਨਾ ਗੱਲ ਕਰਨ ਦੀ। ਜਾ ਸੌਂ ਜਾ, ਕਰ ਲੈ ਫੋਨ ਆਪਦੇ ਮਾਂ ਪਿਓ ਨੂੰ। ਹੋਰ ਤਾਂ ਕੋਈ ਕਿੱਤਾ ਨਹੀਂ, ਸੋਨੂੰ ਘਰ ਪਾੜ ਕੇ ਰੱਖਤਾ ਮੇਰਾ। ਕਿਹੋ ਜਿਹੀਆਂ ਆਈਆਂ ਨੇ ਉੱਜੜੇ ਉੱਖੜੇ ਘਰਾਂ ਦੀਆਂ। ਮੰਮੀ ਦਾ ਫੋਨ ਆ ਗਿਆ। ਹੈਲੋ। ਹੈਲੋ ਮੰਮੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਹੋਰ ਕਿਵੇਂ ਹੋ? ਵਧੀਆ ਮੰਮੀ, ਤੁਸੀਂ ਦੱਸੋ। ਠੀਕ ਹੈ, ਬਹੁਤ ਵਧੀਆ ਬਸ। ਹੋਰ ਸਾਰੇ ਠੀਕ ਹੈ ਘਰੇ? ਹਾਂਜੀ ਵਧੀਆ ਸਾਰੇ ਘਰੇ। ਕੀ ਕਰੀ ਜਾਂਦੇ ਸੀ ਤੁਸੀਂ? ਬਸ ਕੁਛ ਨਹੀਂ ਪੁੱਤ, ਕੰਮ ਜਨ ਵੇੜ ਕੇ ਬੈਠੀ ਸੀ ਮੈਂ ਵੀ। ਅੱਛਾ, ਹਾਂ ਤੇ ਉਹ ਮੈਂ ਤਾਂ ਨਹੀਂ ਕਹਿੰਦੀ ਸੀਗੀ। ਹਾਂਜੀ ਮੰਮੀ। ਤੇਰੇ ਨਾ ਭਰਾ ਨੂੰ ਦੇਖਣਾ ਆਉਣਾ ਗਾ। ਸੱਚੀ? ਹਾਂ। ਅੱਛਾ, ਤੇ ਤੁਸੀਂ ਨਾ ਵੀ ਦੋਨੇ ਭੈਣਾਂ ਆ ਜਿਓ ਚੰਗਾ। ਦੋਨਾਂ ਨੂੰ ਕੀ ਲੋੜ ਸੀ ਮੰਮੀ, ਮੈਂ ਹੀ ਆ ਜਾਂਦੀ। ਲੈ ਵੀ ਇਕੱਲੀ ਨੇ ਥੋੜੀ ਆਉਣਾ ਗਾ, ਦੋਨੇ ਆਇਓ ਨਾਲ, ਤੇ ਨਾਲ ਤੇਰੀ ਸੱਸ ਨੂੰ ਵੀ ਲੈ ਕੇ ਆਇਓ ਚੰਗਾ। ਇੰਨੇ ਜਣੇ ਕੀ ਕਰਨਾ ਮੰਮੀ? ਲੈ ਕਰਨਾ ਕਿਉਂ ਨੀ ਗਾ, ਆਪਾਂ ਵੀ ਦਿਖਾਉਣਾ ਗਾ ਪੁੱਤ ਉਹਨਾਂ ਨੂੰ ਵੀ ਸਾਡੇ ਰਿਸ਼ਤੇਦਾਰ ਹੈਗੇ ਆ ਭੈਣ ਭਾਈ, ਇੰਨੇ ਵਧੀਆ ਘਰੋਂ ਰਿਸ਼ਤਾ ਆਇਆ ਉਹਨਾਂ ਦਾ। ਚਲੋ ਠੀਕ ਹੈ, ਜੇ ਤੁਸੀਂ ਕਹੋਗੇ ਤਾਂ ਫਿਰ ਮੈਂ ਲੈ ਆਉਂਗੀ ਸਾਰਿਆਂ ਨੂੰ। ਹਾਂ ਸਾਰੇ ਜਣੇ ਆਇਓ, ਠੀਕ ਹੈ? ਠੀਕ ਹੈ ਮੰਮੀ। ਚਲ ਠੀਕ ਹੈ ਪੁੱਤ, ਚੰਗਾ। ਲੈ ਹੁਣ ਉਹਨਾਂ ਨੂੰ ਵੀ ਲਿਜਾਣਾ ਪਊਗਾ ਨਾਲ। ਮੈਂ ਗੁੱਸੇ ਵਾਲੀ ਕਿਹੜੀ ਗੱਲ ਹੈ? ਨਾ ਗੁੱਸਾ ਕਰਨ ਵਾਲੀ ਗੱਲ ਹੀ ਆ ਭੈਣੇ, ਹਰਖਤ ਆਉਂਦਾ ਹੀ ਆ। ਫਿਰ ਜੇ ਇੱਧਰ ਆਉਣੀਆਂ ਤਾਂ ਇਹ ਨੱਕ ਬੋਲ ਕਰਦੀ ਹੈ, ਜੇ ਉੱਧਰ ਬੈਠੀ ਆ ਤਾਂ ਉਹ ਕਹਿੰਦੀ ਸਾਰਾ ਦਿਨ ਅੱਗੇ ਮੇਰੇ ਕੱਲੇ ਤੇ ਬੈਠੀ ਹੈ। ਚੱਲ ਕਹਿੰਦੇ ਹੁੰਦੇ ਸੱਸ ਨੂੰ ਆ ਲੜੀਆਂ ਇੱਕ ਚੁੱਲ੍ਹੇ ਚੜੀਆਂ, ਇਹ ਤਾਂ ਨਾ ਆਂਢ ਗੁਆਂਢ ਦੇ ਦਾਦੇ। ਉੱਥੇ ਮੈਂ ਆਈ, ਉੱਥੇ ਮੈਨੇ ਵੀ ਕਹਿੰਦੀ ਦੇਖ ਲਾ ਤਾਈ ਮੇਰੀ ਨਾਨਦ ਆਈ ਹੈ, ਸਾਡੇ ਕੰਨੀ ਨੇ ਆਉਂਦੀ ਐਡੀ ਚੰਦਰੀ ਹੈ, ਕਹਿੰਦੀ ਉਦੋਂ ਚੰਦਰੀ ਮੇਰੀ ਸੱਸ ਹੈ, ਕਹਿੰਦੀ ਜਿਹੜੀ ਆਉਣ ਨਹੀਂ ਦਿੰਦੀ। ਮੈਂ ਤਾਂ ਕਹਿੰਦੀ ਇਹੋ ਜਿਹੀ ਸੱਸ ਕਿਸੇ ਦੇ ਨਾ ਹੋਵੇ, ਭਲਾ ਵਾਲਾ ਹੀ ਨਹੀਂ ਹੁੰਦਾ ਤੈਨੂੰ ਤਾਂ। ਮੇਰੀ ਗੱਲ ਸੁਣ ਭੈਣੇ, ਅੱਛਾ ਕੁੜੀ ਨੇ ਪਾਠ ਕਰਾਇਆ ਜਾ ਕੇ ਨਹੀਂ ਖੜੇ ਦੋਨੇ ਭਰਾ? ਨਾ ਹੱਕ ਸੀ ਇਹਨਾਂ ਦਾ ਜਾਣ ਦਾ। ਉਹ ਫਿਰ ਵੀ ਦੋਨਾਂ ਨੂੰ ਘਰੇ ਬੈਠਣਾ ਨੂੰ ਲੀੜੇ ਦੇ ਗਈ, ਨਾਲੇ ਮੇਰੇ ਮੁੰਡਿਆਂ ਨੂੰ, ਨਾਲੇ ਨੂੰਹਾਂ ਨੂੰ। ਅੱਛਾ, ਲੀੜੇ ਤਾਂ ਫੜ ਕੇ ਧਰ ਲਏ ਤੇ ਉਲਟਾ ਕਹਿੰਦੀ ਆ ਕਿ ਤੂੰ ਸਾਡੇ ਘਰੇ ਹੀ ਨਾ ਆਇਆ ਕਰ। ਆਹ ਕਹਿੰਦੀ ਨਾ ਮੇਰੀ ਗੱਲ ਸੁਣ, ਫਿਰ ਉਹਦਾ ਧੀ ਧਿਆਣੀ ਦਾ ਕੀ ਹੱਕ ਸੀ ਇਹਨਾਂ ਨੂੰ ਕੱਪੜੇ ਦੇਣ ਦਾ, ਜਦੋਂ ਇਹਨਾਂ ਦਾ ਹੱਕ ਸੀ ਦਿਨ ਜਾਣ ਦਾ ਉੱਥੇ ਕੱਪੜਾ ਲੀੜਾ ਲਿਜਾਣ ਦਾ।
ਚੱਲ ਭਾਵਾਂ ਜਮਾ ਨਾ ਦੇਣ, ਜਾ ਕੇ ਤਾਂ ਖੜ ਜਾਣ, ਉਹਦੇ ਘਰੇ ਤਾਂ ਆਪਦੀ ਬਥੇਰਾ ਕੁਛ ਹੈਗਾ, ਉਹ ਤਾਂ ਭੁੱਖੀ ਨੀ ਇਹਨਾਂ ਚੀਜ਼ਾਂ ਦੀ। ਇਹ ਤਾਂ ਗੱਲ ਠੀਕ ਹੈ, ਗੱਲ ਤਾਂ ਐ ਆ ਵੀ ਭੈਣ ਭਰਾ ਮੌਕੇ ਤੇ ਜਾਵੜੇ ਧੀ ਪੁੱਤ ਦਾ ਵੀ ਪਰਦਾ ਰਹਿ ਜਾਂਦਾ ਹੁੰਦਾ। ਤੈਨੂੰ ਪਤਾ ਕਿੱਡਾ ਹੌਸਲਾ ਵਧਦਾ ਵੀ ਮੇਰੇ ਭੈਣ ਭਰਾ ਆ ਗਏ, ਜਦੋਂ ਕੋਈ ਜਾਂਦਾ ਨੀ ਨਿਦਰੀ ਜੀ ਹੋ ਕੇ ਬੈਠੀ ਰਹਿੰਦੀ ਹੈ ਵਿਚਾਰੀ। ਮੈਂ ਆ ਵੀ ਚੱਲ ਮੈਂ ਦੋ ਦਿਨ ਲਾਇਆ, ਫਿਰ ਵੀ ਆਈ ਤੇ ਵੀ ਸਾਡਾ ਪਰਵਾਹ ਚੰਗਾ ਗਾ, ਉਹਨੇ ਫਿਰ ਵੀ ਲਿਓ। ਅੱਛਾ ਲੀੜਾ ਕੱਪੜਾ ਭਾਈ ਜਿਹੜਾ ਲਿਆਈ ਸੀ ਉਹ ਪਾ ਲਏ ਝੋਲੇ 'ਚ ਦੋਨਾਂ ਜਣਿਆਂ ਨੂੰ ਪਾ ਲਏ, ਤੇ ਉਲਟਾ ਆਈ ਨੂੰ ਕਹਿੰਦੀ ਤੂੰ ਸਾਡੇ ਘਰੇ ਹੀ ਨਾ ਆਇਆ ਕਰ, ਜੇ ਉੱਧਰ ਆਉਣੀ ਹੁੰਦੀ ਤਾਂ ਉੱਧਰ ਹੀ ਰਹੀ। ਉਹ ਮਰ ਗਈ ਕੁੜੀ ਨੂੰ ਕਹਿੰਦੀ, ਕੁੜੀ ਨੂੰ ਕਹਿੰਦੀ ਤੇ ਉਲਟ ਹੁੰਦੀ ਗਈ ਹੈਗੀ। ਮੈਂ ਜਾਈ ਖਾਣੇ ਦੀ ਇਹਨੂੰ ਅਕਲ ਉਕਲ ਨਹੀਂ ਸਿਖਾਈ ਕਿਸੇ ਨੂੰ ਵੀ ਐਂ ਬੋਲਦੇ ਹੁੰਦੇ ਆ। ਅਕਲ ਕਾਹਦੀ ਭੈਣੇ, ਇੱਕ ਦੂਜੀ ਨੂੰ ਦੇਖ ਕੇ ਚੰਬਲ ਜਾਂਦੇ ਆ, ਤੇ ਉਹਨੇ ਦੋ ਦਿਨ ਵਿਚਾਰੀ ਨੇ ਲਾਉਣੇ ਸੀ, ਉਹ ਦੂਜੇ ਦਿਨ ਹੀ ਮੁੜ ਗਈ। ਵੱਡੀ ਤੇ ਤੇਰੀ ਮਾੜੀ ਮੋਟੀ ਚੱਜਦੀ ਹੋਊਗੀ, ਉਹ ਵੀ ਇਹੋ ਜਿਹੀ ਹੈ। ਨਹੀਂ ਇਹਨੂੰ ਦੇਖ ਕੇ ਭੈਣੇ ਉਹ ਵੀ ਚੰਬਲ ਗਈ, ਪਹਿਲਾਂ ਬਥੇਰੀ ਚੰਗੀ ਸੀ ਉਹ ਵੀ। ਰਾਜਪਾਲ ਤਾਂ ਉਦੋਂ ਕਹਿੰਦਾ ਕਹਿੰਦਾ ਅਸੀਂ ਕੀ ਲੈਣਾ ਹੈ ਤਾਈ ਇਹਨਾਂ ਤੋਂ, ਨਾ ਮੇਰੀ ਮਾਂ ਨੂੰ ਸਿਆਣੀ ਸੀ ਨਾ ਮੈਂ ਉਹਦੇ ਆਪਦੇ ਭਾਈ ਭਰਜਾਈ ਨੂੰ ਸਿਆਣਾ, ਕਹਿੰਦਾ ਨਹੀਂ ਕਿਸੇ ਨੂੰ ਕੀ ਲੈਣਾ, ਚੱਲ ਮੇਰਾ ਕੀ ਹੈ ਨਾ ਮੈਨੂੰ ਸਿਆਣਨ ਨਾ ਮੇਰੀ ਧੀ ਨੂੰ ਸਿਆਣਨ, ਜੱਗ ਤਾਂ ਵੇਹਦਾ ਹੀ ਹੈ, ਜੱਗ ਸਵੇਰ ਨੂੰ ਵੇਹਣੇ ਦੇਊਗਾ ਜਦੋਂ ਮੈਂ ਮਰ ਗਈ। ਇਹੀ ਮੂੰਹ 'ਚ ਮੂੰਹ ਦੇਣਗੇ ਲੋਕ ਜਿਹੜੇ ਹੁਣ ਗੱਲਾਂ ਕਰਦੇ, ਵੇਹਣੇ ਤਾਂ ਦੇਊਗਾ ਜਦੋਂ ਇਹ ਲੋਕਾਂ ਕੋਲ ਗੱਲਾਂ ਕਰਦੀ ਹੈ, ਕੱਲ੍ਹ ਨੂੰ ਉੱਠ ਕੇ ਉਹ ਇਹਨੂੰ ਗੱਲਾਂ ਕਹਿਣਗੇ। ਹਾਂ ਅਗਲਾ ਤੈਨੂੰ ਪਤਾ 70 'ਤੇ ਬੈਠਾ ਨਹੀਂ ਕਰਦਾ ਹੁੰਦਾ ਵੇਹਣੇ ਮਾਰਨ ਨੂੰ, ਉਹ ਤਾਂ ਪਤਾ ਹੀ ਹੈ ਬੰਤੂ ਆਪਾਂ ਨੂੰ, ਗੱਲ ਤਾਂ ਅਗਲਾ ਵਿੱਚ ਦੀ ਕੱਢ ਹੀ ਦਿੰਦਾ। ਗੱਲ ਤਾਂ ਬਾਈ ਕੱਢਣੀ ਹੈ, ਜੇ ਕਢਾਉਂਦੀਆਂ ਇਹੋ ਜਿਹੀਆਂ, ਜੇ ਕੋਈ ਕਰਤੂਤ ਹੋਊ ਤਾਂ ਕੋਈ ਸਰੀਕੇ ਕਬੀਲੇ 'ਚ ਦਿਖਾਉਣੀ ਆ ਵੀ ਅਸੀਂ ਆਹ ਚੰਗਾ ਕੰਮ ਕੀਤਾ, ਫੇਰ ਹੀ ਅਗਲਾ 70 'ਤੇ ਬਹਿ ਕੇ ਸਲਾਹੂਗਾ, ਨਹੀਂ ਤੂੰ ਦੇਖ ਲਈ ਇਹਨਾਂ ਨੂੰ ਫੁੱਲ ਪੈਂਦੇ। ਇਹਨਾਂ ਨੂੰ ਕੀ ਸਲਾਹਣਾ ਹੈ, ਪਤਾ ਹੀ ਹੈ ਦੋਨਾਂ ਦਾ ਇਹੋ ਜਿਹੇ ਕੱਪੜਿਆਂ ਦਾ। ਮੇਰੀ ਤਾਂ ਨਾ ਆਊਗੀ। ਨਹੀਂ ਚੱਲ ਵਿਚਾਰੀ, ਉਹ ਤਾਂ ਉਹੀ ਗੱਲ ਹੈ ਕਿੱਥੇ ਨਿਕਲਿਆ ਜਾਂਦਾ, ਆਪਾਂ ਕਿੰਨਾ ਕੁ ਜਾਂਦੇ ਹਾਂ ਆਪਦੇ ਘਰਾਂ 'ਚ ਕਬੀਲਦਾਰੀ 'ਚ, ਜਦੋਂ ਵੱਡੀ ਕਬੀਲਦਾਰੀ ਹੋ ਗਈ ਉਹੀ ਨਹੀਂ ਜਾਇਆ ਜਾਂਦਾ, ਹੁਣ ਆ ਜਾਂਦੀ ਹੈ, ਜਿੰਨਾ ਚਿਰ ਤੂੰ ਬੈਠੀ ਆ ਉਹਨਾਂ ਚਿਰ ਧੀ ਨਾਲ ਪੇਕ ਧੀ ਦੇ ਪੇਕੇ ਆਉਂਦੇ ਆ। ਇਹ ਤਾਂ ਕਹਿੰਦੀਆਂ ਨਾ ਕਿ ਜਿੱਧਰ ਤੂੰ ਆ ਕੇ ਉੱਧਰ ਹੀ ਆ ਕੇ ਮੁੜ ਜਾ, ਆ ਕਹਿੰਦੀ ਰਾਜਪਾਲ ਦੇ ਘਰੇ ਆ ਜਾਈ। ਨਹੀਂ ਨਹੀਂ ਸ਼ਰਮ ਨਹੀਂ ਆਈ, ਤੂੰ ਆਪਦੇ ਪੇਕੇ ਜਾਂਦੀ ਹੈ ਜੇ ਤੈਨੂੰ ਕੋਈ ਐਂ ਕਹੇਗਾ। ਨਾ ਵੀ ਮੇਰਾ ਇੱਧਰ ਵੀ ਭਾਈ ਉਹਨਾਂ ਹੀ ਹੱਕ ਆ, ਮੇਰਾ ਪੁੱਤ ਆ ਮੇਰੇ ਪੁੱਤ ਦਾ ਘਰ ਹੈ, ਮੈਂ ਹੀ ਦਿੱਤਾ ਵੰਡ ਕੇ, ਤੂੰ ਕਿੱਥੋਂ ਲਿਆਈ ਆ? ਹਾਂ ਤੈਨੂੰ ਤਾਂ ਦੋਨੇ ਇੱਕੋ ਜਿਹੇ ਆ, ਹੱਕ ਤਾਂ ਦੋਨੇ ਮੇਰੀ ਧੀ ਨੂੰ ਇੱਕੋ ਜਿਹੇ। ਹਾਂ ਹੁਣ ਆਏ ਗੱਲ ਹੈ, ਮੈਂ ਤਾਂ ਇੱਧਰ ਆਈ ਸੀ, ਮੈਂ ਤਾਂ ਬਹੁਤ ਡਰ ਦੁੱਖ ਕੇ ਆਈ ਆ, ਇਹਦੇ ਨਾਲ ਵਿਚਾਰੀ ਰੋਂਦੀ ਗਈ ਹੋਊਗੀ ਹੈ ਕੁੜੀ, ਰੋਂਦੀ ਗਈ ਹੋਰ ਮਸਤ ਲਾ ਕੇ ਆਈ ਆ, ਫੁੱਟ ਜਾਏ ਖਾਣੇ ਦੀਆਂ ਇਹ ਜਿਹੀਆਂ ਕਿ ਨਿਦਰੀਆਂ। ਇਹਨੇ ਤਾਂ ਐਂ ਕਹਿੰਦਾ ਤੇ ਉਹ ਦੂਜੀ ਅੰਦਰੋਂ ਵੀ ਨਿਕਲੀ ਵੀ ਜਾਂਦੀ ਆ, ਚੱਲ ਮੈਂ ਤਾਂ ਲਵਾਂ ਮੁੰਡਿਆਂ ਚ ਨੀ ਦਾਮ ਹੈ, ਦੋ ਮਾਰਨ ਗੁੱਤਨੀਆਂ ਚ ਕਰ ਲੈਣ ਸਿੱਧੀਆਂ ਇਹਨਾਂ ਨੂੰ, ਗੱਲ ਤਾਂ ਉਹੀ ਹੈ ਵੀ ਉਹ ਮੰਗਣ ਲੱਗਦੇ ਆ ਭੈਣੇ, ਇੱਕ ਦੂਜੇ ਦੇਖ ਕੇ ਚਾਂਬਲ ਗਿਆ ਟੱਬਰ ਮੇਰਾ, ਗੱਲ ਸਹੀ ਹੈ। ਹਾਂ ਚੱਲ ਕੋਈ ਨਾ, ਤੇਰੇ ਅੱਖ ਲੱਗਦੀ ਆ ਤੂੰ ਸਮਝਾ ਦਿਆ ਕਰ, ਦੇ ਦਿਆ ਕਰ ਮੱਤ ਮਾੜੀ ਮੋਟੀ। ਨਹੀਂ ਨਹੀਂ ਮੇਰਾ ਕਿੱਥੇ ਟਾਈਮ ਲੱਗਦਾ ਬੰਤੋ, ਮੈਂ ਤਾਂ ਹੁਣ ਉਹ ਸਰਜੀਤੋ ਕੇ ਜਾਂਦੀ ਸੀ ਇੱਧਰ, ਮੈਨੂੰ ਕੰਮ ਸੀ ਥੋੜਾ ਜਿਹਾ, ਮੈਂ ਉਹਨਾਂ ਦੇ ਘਰੇ ਜਾ ਕੇ ਆਉਂਦੀ ਆ। ਚੱਲ ਕੋਈ ਨਾ। ਹਾਂ ਚੰਗਾ ਫਿਰ, ਹੋਵੇ ਤੇਰੀ ਵਰਗੀ ਨਾਲ ਬਾਏ ਹਕਾਰੀ ਹੋਈ ਸੀ ਦੂਜੇ ਦੀ ਨੂੰਹ, ਉਹ ਆਏ ਬੋਲਦੇ ਆ ਦੇਖੀ ਜਾਈ ਜਿੱਦੇ ਮੇਰੀਆਂ ਨੂੰਹਾਂ ਆਈਆਂ, ਮੇਰੀਆਂ ਨੂੰਹਾਂ ਦੇ ਮੂੰਹ 'ਤੇ ਬੋਲ ਨਹੀਂ ਹੋਣਾ, ਹੁਣ ਪਤਾ ਲੱਗਦਾ ਨਾ ਲੱਜਾ ਮਾਰ। ਹਾਂਜੀ ਡੈਡੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੁੱਤ, ਸਤਿ ਸ਼੍ਰੀ ਅਕਾਲ, ਕਿਵੇਂ ਆ? ਵਧੀਆ ਵਧੀਆ, ਤੁਸੀਂ ਦੱਸੋ ਠੀਕ ਹੋ? ਠੀਕ ਆ ਪੁੱਤ, ਬਸ ਘਰੇ ਸੀ, ਬਸ ਜਾਈ ਜਾਂਦਾ ਸੀਗਾ ਘਰ ਨੂੰ, ਬਿੱਲ ਜਾ ਭਰ ਕੇ ਆਇਆ ਸੀ। ਅੱਛਾ, ਤੇ ਉਹ ਪੁੱਤ ਮੈਂ ਐਂ ਕਹਿੰਦਾ ਜੀ ਤੁਹਾਨੂੰ, ਮੈਂ ਕਿਹਾ ਉਹ ਆਪਣੇ ਜਵਾਕ ਦੇਖਣ ਵਾਲੇ ਆਉਣਗੇ ਰਿਸ਼ਤੇ ਵਾਲੇ। ਅੱਛਾ ਅੱਛਾ, ਚਲੋ ਵਧੀਆ ਗੱਲ ਆ ਫਿਰ ਤਾਂ, ਵਧਾਈਆਂ ਤੁਹਾਨੂੰ। ਤੇ ਤੁਸੀਂ ਆਇਓ ਲਾਜ਼ਮੀ, ਹੈ ਨਾਲੇ ਘਰੇ ਨਾ ਹੀ ਸਨੇਹਾ ਕੁੜੀ ਨੂੰ। ਕਿੱਦਾਂ ਆਉਣਗੇ, ਅੱਜ ਹੀ ਕਿ ਕੱਲ ਨੂੰ?
ਮੈਂ ਕੱਲ ਨੂੰ ਆਉਣਗੇ ਕੱਲ ਨੂੰ ਠੀਕ ਹੈ ਕੋਈ ਨੀ ਹਰਪ੍ਰੀਤ ਨੂੰ ਦੱਸ ਦੂੰਗਾ ਮੈਂ ਹਾਂ ਦੱਸੀ ਪੁੱਤ ਘਰੇ ਤੇ ਤੁਸੀਂ ਆਇਓ ਦੋਨੇ ਜੀ ਠੀਕ ਹੈ ਠੀਕ ਹੈ ਹੋਰ ਠੀਕ ਹੋ ਤੁਸੀਂ ਸਿਹਤ ਹਾਂ ਹਾਂ ਠੀਕ ਹੈ ਪੁੱਤ ਬਸ ਜਿਹੜਾ ਟਾਈਮ ਪਾਸ ਹੋਈ ਜਾਂਦਾ ਬਾਹਰ ਅੱਡੇ ਮਜ਼ਾ ਬੋਲਦੇ ਹੋ ਮਹਾਂ ਕਿਤੇ ਬਿਮਾਰ ਬਿਮੂਰ ਹੋ ਨਹੀਂ ਨਹੀਂ ਪੁੱਤ ਬਸ ਹੁਣ ਵੱਡਾ ਸਰੀਰ ਹੋ ਗਿਆ ਤੈਨੂੰ ਪਤਾ ਹੀ ਆ ਇਹ ਤਾਂ ਹੈ ਜੀ ਉਮਰ ਦੇ ਹਿਸਾਬ ਨਾਲ ਫਰਕ ਪੈ ਜਾਂਦਾ ਹੌਲੀ ਹੌਲੀ ਤੇ ਪੁੱਤ ਨਾਲੇ ਮੈਂ ਤੈਨੂੰ ਐਂ ਕਹਿੰਦਾ ਸੀ ਹਾਂਜੀ ਉਹ ਦੂਜੇ ਪਾਸੇ ਵੀ ਕਰੂੰਗਾ ਮੈਂ ਫੋਨ ਤੇ ਆਏ ਨਾ ਹੋਵੇ ਜਿਹੜਾ ਜਲੂਸ ਤੁਸੀਂ ਇੱਥੇ ਕੱਢੀ ਜਾਂਦੇ ਹੋ ਉਹ ਵੀ ਤੁਸੀਂ ਹੁਣ ਉਹ ਭਾਈ ਇੱਥੇ ਆ ਕੇ ਕੱਢੀ ਜਾਓ ਹਨਾ ਉਹ ਬਾਪੂ ਪਤਾ ਹੀ ਆ ਜੀ ਇੱਕ ਦੋ ਗੱਲਾਂ ਹੁੰਦੀਆਂ ਬੁੜੀਆਂ ਕੋਲੇ ਪੰਜ ਚਾਰ ਕੋਲੋ ਬਣਾ ਕੇ ਛੁਰਲੀ ਛੱਡ ਦਿੰਦੀਆਂ ਬਸ ਆਈ ਅੱਗ ਤੇ ਫੂਸ ਪੈ ਜਾਂਦਾ ਹਾਂ ਉਹੀ ਤਾਂ ਗੱਲ ਆ ਵੀ ਆਪਾਂ ਤਾਂ ਕਾਹਨੂੰ ਮਗਰ ਲੱਗਦੇ ਹਾਂ ਟਾਲਦੇ ਹਾਂ ਟਾਲਾ ਵੱਟ ਕੇ ਤਾਂ ਹੀ ਤਾਂ ਪਾਸੇ ਹੋਏ ਆ ਇਹ ਗੱਲਾਂ ਕਰਕੇ ਅੱਡ ਹੋਏ ਆ ਹੋਰ ਕਿਹੜੀ ਗੱਲ ਸੀ ਪੁੱਤੇ ਕਿੱਦਾਂ ਬੰਦਾ ਸਿਆਣਾ ਹੋਵੇ ਸਮਝਦਾ ਟਲ ਜੇ ਲੜਾਈ ਤੋਂ ਤਾਂ ਚੱਲ ਮੌਕੇ ਦਾ ਗੁੱਸਾ ਹੁੰਦਾ ਗੱਲ ਟਲ ਜਾਂਦੀ ਆ ਜੇ ਉਹ ਗੱਲ ਨੂੰ ਫੜੀ ਰੱਖੋਗੇ ਇੱਕ ਨੂੰ ਹੀ ਫਿਰ ਕਲੇਸ਼ ਕਿੱਥੇ ਮੁੱਕਦਾ ਹੁੰਦਾ ਘਰਾਂ 'ਚ ਉਹੀ ਲਲੀਰਾ ਲੈ ਕੇ ਬਹਿ ਜਾਂਦਾ ਬਸ ਨਾਲੇ ਤੁਸੀਂ ਦੇਖ ਲਓ ਪੁੱਤ ਦੋਨੇ ਭਰਾ ਮੂੰਹ ਨਰਕੇ ਹੋ ਹੈ ਇਹ ਤਾਂ ਹੈ ਜੀ ਤੇ ਜੇ ਦੋਨੇ ਰਲ ਕੇ ਕੰਮ ਕਾਰ ਕਰੋ ਤਾਂ ਫਿਰ ਕਿਹਦੇ ਲੈਂਦੇ ਹੁਣ ਅੱਟੋ ਵਿੱਟ ਹੋ ਕੇ ਬਹਿ ਗਏ ਚਲੋ ਹਾਂ ਲੋਕ ਤਾਂ ਕਸਮਾਨ ਹੈ ਲੋਕ ਤਾਂ ਰੱਜ ਤਾਂ ਲੈਂਦੇ ਆ ਅੱਡੋ ਵਿੱਟ ਕਰਕੇ ਵੀ ਕਿਤੇ ਇਕੱਠੇ ਨਾ ਹੋ ਜਾਣ ਇਤਫਾਕ ਹੁੰਦਾ ਇਕੱਠਿਆਂ ਦਾ ਨਾ ਚਲੋ ਠੀਕ ਆ ਮੈਂ ਤਾਂ ਆਈ ਕਹਿੰਦਾ ਸੀ ਮੈਂ ਕਿਹਾ ਉਹ ਜਿਹੜੇ ਆਉਣਗੇ ਰਿਸ਼ਤਾ ਦੇਖਣ ਵਾਲੇ ਉਹਨਾਂ ਦਾ ਕੱਠ ਆ ਘਰੇ ਸਾਰੇ ਤੇ ਵੀ ਉਹ ਰਹਿੰਦੇ ਆ ਇਕੱਠੇ ਕਿਤੇ ਆਏ ਨਾ ਹੋਵੇ ਤੁਸੀਂ ਇੱਥੇ ਆ ਕੇ ਭਾਈ ਜਲੂਸ ਕੱਢੀ ਜਾਓ ਅਗਲਾ ਤਲ ਜੇ ਹਨਾ ਨਹੀਂ ਜਲੂਸ ਤਾਂ ਆਪਾਂ ਤਾਂ ਕੀ ਕੱਢਣਾ ਬਸ ਮਾੜਾ ਜਿਹਾ ਤਾਰ ਕੇ ਲਿਆਉਂ ਇੱਧਰੋਂ ਮੈਂ ਤਾਂ ਮੱਕਾ ਕੰਨੂ ਕਹਿ ਦਿਓ ਤੁਸੀਂ ਵੀ ਆਪਦੇ ਵਾਲੇ ਨੂੰ ਖਿੱਚ ਲਿਓ ਵੀ ਦੇਖਦੀ ਆ ਭਲਾ ਕੀ ਕਰੀ ਜਾਂਦੀ ਆ ਫਿਰਦੀ ਆ ਤਾਈ ਹਾਂ ਪੁੱਤ ਸਤਿ ਸ਼੍ਰੀ ਅਕਾਲ ਤਾਈ ਸਤਿ ਸ਼੍ਰੀ ਅਕਾਲ ਪੁੱਤ ਹੋਰ ਠੀਕ ਹੈ ਹਾਂ ਵਧੀਆ ਤੁਸੀਂ ਠੀਕ ਹੋ ਹਾਂ ਠੀਕ ਹੈ ਮੈਂ ਤਾਂ ਤੂੰ ਦੱਸ ਇੰਨੇ ਦਿਨਾਂ ਬਾਅਦ ਗੇੜਾ ਮਾਰਿਆ ਨਹੀਂ ਬਸ ਤੈਨੂੰ ਪਤਾ ਧੀ ਕਿਹੜੇ ਕੰਮ ਕਾਰਾਂ 'ਚ ਲੈ ਤਾਈ ਇੱਥੇ ਬੇਲ ਮਿਲਦੀ ਹੈ ਹੋਰ ਠੀਕ ਸੀ ਘਰੇ ਸਾਰੇ ਸਭ ਠੀਕ ਹੈ ਨਾ ਤੇਰੀ ਸੱਸ ਇੱਧਰੋਂ ਗਈ ਸੀ ਹੋਰ ਤਾਈ ਇੱਧਰੋਂ ਹੀ ਗਈ ਆ ਨਹੀਂ ਬਣਾਈ ਬੋਲਦੀ ਜਾਂਦੀ ਸੀ ਉਹ ਤਾਂ ਗਲੀ 'ਚ ਇੱਥੇ ਬਥੇਰਾ ਮੇਰਾ ਜਲੂਸ ਕੱਢ ਕੇ ਗਈ ਉਹ ਅੱਛਾ ਗਲੀ 'ਚ ਵੀ ਬੋਲੀ ਜਾਂਦੀ ਸੀ ਹਾਂ ਤੇ ਤੈਨੂੰ ਬੁਲਾਈ ਗਾਲਾਂ ਦੇਈ ਜਾਂਦੀ ਸੀ ਆ ਵੇਖ ਲਾ ਤਾਈ ਲੋਕਾਂ ਅੱਗੇ ਵੀ ਜਲੂਸ ਕੱਢਦੇ ਜਾਣ ਜਾਣ ਕੇ ਵੀ ਲੋਕਾਂ ਨੂੰ ਪਤਾ ਲੱਗੇ ਨਾ ਘਰ ਦੀ ਗੱਲ ਘਰੇ ਨਹੀਂ ਰੱਖ ਸਕਦੀ ਹੋਰ ਪੁੱਤ ਬੁਲਾਈ ਕੁਛ ਕਹਿੰਦੀ ਸੀ ਕਹਿੰਦੀ ਗਏ ਘਰ ਦੀ ਆ ਗਈ ਕਹਿੰਦੀ ਉਹੋ ਜਿਹਾ ਰਾਜਪਾਲ ਕੰਜਰ ਆ ਕਹਿੰਦੀ ਜਿਹੜੇ ਮੇਰੀ ਮਾਨਤਾ ਨਹੀਂ ਕਹਿੰਦੀ ਜਿਹਦੇ ਤੜਕੇ ਦੋ ਬੈਂਦੀ ਦੇ ਲਾਵੇ ਦੋ ਉੱਠਦੀ ਦੇ ਲਾਵੇ ਕਹਿੰਦੀ ਆਪੇ ਸਿੱਧੀ ਹੋ ਜੇ ਭਾਲ ਦੇ ਤਾਈ ਇਹੀ ਆ ਵੀ ਰਾਜਪਾਲ ਮੈਨੂੰ ਕੁੱਟੇ ਪਰ ਐਂ ਕਿਵੇਂ ਹੋ ਸਕਦਾ ਤਾਈ ਨਹੀਂ ਮੈਂ ਤਾਂ ਕਿਹਾ ਸੀ ਵੀ ਨਾ ਚਾਹੇ ਕਹਿੰਦੇ ਹੁੰਦੇ ਪੁੱਤ ਤਾਂ ਆਪਦੀ ਵੱਜਦੇ ਆ ਚੱਲ ਜੇ ਅੱਡ ਹੋ ਗਏ ਕੋਈ ਗੱਲ ਨਹੀਂ ਪਰ ਇਹੋ ਜਿਹੀ ਗੱਲ ਨਾ ਕਰ ਕਲੇਸ਼ ਪਵਾਉਣ ਵਾਲੀ ਇਹ ਕਿਹੜਾ ਆਪਦਾ ਸਮਝਦੇ ਤਾਈ ਬਸ ਅੱਡ ਕਰਤਾ ਮੁੜ ਕੇ ਇੱਕ ਵਾਰ ਆ ਕੇ ਨਹੀਂ ਖੜੇ ਸਾਡੇ ਕੋਲ ਕੋਈ ਵੀ ਕਹਿੰਦੀ ਮੇਰੀ ਕੁੜੀ ਨੂੰ ਲੜ ਕੇ ਭਜਾਤਾ ਕਹਿੰਦੀ ਉਹ ਕੁੜੀ ਆ ਪੂੰ ਸ਼ਿਕਾਇਤਾਂ ਲਾਉਂਦੀ ਆ ਇੱਥੇ ਆ ਗਈ ਘੰਟਾ 5 ਮਿੰਟਾਂ 'ਚ ਜਾ ਕੇ ਉੱਧਰ ਲੜਾਈ ਕਰਵਾਤੀ ਤੇ ਇੱਧਰ ਆ ਗਈ ਮੇਰੀ ਸੱਸ ਮੈਨੂੰ ਬੋਲਣ ਲੱਗੀ ਤੈਨੂੰ ਕੀ ਲੋੜ ਆ ਮੂੰਹ ਲਾਉਣ ਦੀ ਤੈਨੂੰ ਮੋਦੇ ਵੀ ਕਹਿ ਕੇ ਗਈ ਸੀ ਆ ਤੇਰੀ ਭੈਣ ਆ ਜਿੰਨੀ ਹੈਗੀ ਉਂਗਲਾ ਇੱਥੇ ਇਹ ਲਾਉਂਦੀ ਆ ਨਾ ਤੂੰ ਕੁੜੀ ਨੂੰ ਮੂੰਹ ਲਾ ਕਿਸੇ ਨੂੰ ਨਾ ਮੂੰਹ ਲਾ ਮੈਂ ਤਾਂ ਕਿਸੇ ਨੂੰ ਲਾਉਂਦੀ ਮੇਰੀ ਸੱਸ ਮੈਨੂੰ ਸਾਫ ਹੀ ਕਹਿ ਕੇ ਤੇਰੇ ਪੈਰੋਂ ਹੁੰਦੀ ਆ ਸਾਰੀ ਲੜਾਈ ਜਿਹੜੀ ਹੁੰਦੀ ਆ ਕਹਿੰਦੀ ਜਿੱਦਣ ਦੀ ਤੂੰ ਆਈ ਆ ਹਾਂ ਠੀਕ ਹੈ ਪੁੱਤ ਹੋਰ ਠੀਕ ਹੈ ਬਹਿ ਜਾ ਬਹਿ ਜਾ ਜੀ ਕੁਛ ਨੀ ਬਸ ਉਹੀ ਗੱਲਾਂ ਕਰੀ ਜਾਂਦੇ ਸੀਗੇ ਮੈਂ ਤੇਰੀ ਮਾਂ ਦੀ ਗੱਲ ਕਰਦੀ ਸੀ ਉਹ ਕਿਤੇ ਇੱਥੋਂ ਗਈ ਹੋਣੀ ਤੇ ਉੱਥੇ ਬਾਹਰ ਗਲੀ 'ਚ ਬਲਾਈ ਬੋਲਣ ਲੱਗ ਗਈ ਮੈਂ ਆਖਿਆ ਚੱਲ ਤੁਹਾਡੇ ਘਰ ਦੀ ਗੱਲ ਆ ਬਾਹਰ ਤਾਂ ਨਾ ਜਲੂਸ ਕੱਢ ਤੂੰ ਕੀ ਕਹਿੰਦੀ ਮਾਂ ਗਾਲਾਂ ਦਿੰਦੀ ਸੀ ਨਾਲੇ ਤੈਨੂੰ ਨਾਲੇ ਇਹਨੂੰ ਦੇਖ ਲਓ ਜੀ ਬਿਨਾਂ ਗੱਲ ਤੋਂ ਬੋਲੀ ਜਾਂਦੀ ਮਾਂ ਗਲੀ 'ਚ ਨਾ ਲੋਕਾਂ ਨੂੰ ਕਿਉਂ ਸੁਣਾਉਂਦੀ ਆ ਚੱਲ ਕੋਈ ਨੀ ਮਾਂ ਆ ਗਈ ਫਿਰ ਕਿਉਂ ਕਹਿੰਦੇ ਬੋਲਦਾ
ਬੇਮਾਂ ਤਾਂ ਹੈਗੀ ਆ ਪੁੱਤ, ਕਿਸੇ ਆਂਢ ਗੁਆਂਢ ਨੂੰ ਕੀ ਪਤਾ ਲੱਗ ਜਾਵੇ ਇਹਨਾਂ ਦੇ ਘਰੇ ਕੀ ਹੋਇਆ, ਐਂ ਕਹਿੰਦੀ ਆ ਮੈਂ ਤਾਂ। ਕੋਈ ਨਾ, ਬਾਕੀ ਇਹਨਾਂ ਗੱਲਾਂ ਕਰਕੇ ਤਾਂ ਅੱਡ ਹੋਏ ਆਂਗੇ, ਇੱਧਰ ਦੀ ਗੱਲ ਉੱਧਰ ਉੱਧਰ ਦੀ ਇੱਧਰ ਚੁਗਲੀਆਂ ਲੱਗੀਆਂ ਨੇ ਜੋ ਕਰੇ ਤੈਨੂੰ ਪਤਾ ਦੇਖ ਰਹੀ ਆਂਗੀਆਂ ਮੁੜ ਕੇ। ਆ ਜਾਓ ਜੀ ਇੱਧਰ ਬਹਿ ਜਾਓ। ਬਹਿ ਜਾਓ ਯਾਰ। ਅੱਛਾ ਤਾਂ ਜੀ ਹੋਰ ਤਾਂ ਨਹੀਂ ਬੋਲੀ ਦੱਸਾਂ ਬੇਬੇ। ਬੇ ਪੁੱਤ ਬਥੇਰਾ ਕੁਛ ਬੋਲਦੀ ਸੀ, ਮੈਂ ਕੀ ਦੱਸਾਂ। ਅਸੀਂ ਤਾਂ ਮੈਂ ਕਹਿੰਦੀ ਆ ਚੱਲ ਤੁਸੀਂ ਆਡਾ ਵਧੀਆ, ਤੁਹਾਨੂੰ ਬੁਲਾਉਣ ਦੀ ਲੋੜ ਹੀ ਨਹੀਂ ਉਹਨਾਂ ਨੂੰ। ਉਹ ਤਾਂ ਆਪਦੀ ਆਪ ਹੀ ਆ ਗਈ ਸੀ, ਕਿਹੜਾ ਚਿੱਠੀ ਪਾ ਕੇ ਸੱਦੀ ਸੀ, ਚੱਲ ਜੇ ਆ ਗਈ ਚੱਲ ਕੋਈ ਨਹੀਂ ਤੂੰ ਬੰਦ ਕਹਿ ਦਾਂਗੇ ਭਾਈ ਸਾਡੇ ਘਰੇ ਨਹੀਂ, ਤੂੰ ਕਹਿ ਨਹੀਂ ਕਰੀ ਨਹੀਂ ਗੱਲ। ਨਹੀਂ ਮੈਨੂੰ ਤਾਂ ਬਥੇਰਾ ਬੋਲ ਗਈ ਮੰਮੀ, ਮੈਨੂੰ ਤਾਂ ਬੋਲਣ ਨੂੰ ਦਿੱਤੇ ਹੀ ਨਹੀਂ ਮੰਮੀ ਨੇ। ਚੱਲ ਕੋਈ ਨਹੀਂ, ਨਾਲੇ ਆਪਣੇ ਡੈਡੀ ਦਾ ਫੋਨ ਆਇਆ ਸੀਗਾ। ਕਿਵੇਂ? ਉਹ ਕਹਿੰਦਾ ਵੀ ਆਪਣੇ ਭਰਾ ਨੂੰ ਦੇਖਣ ਆਉਣਾ, ਉਹ ਕਹਿੰਦਾ ਤੁਸੀਂ ਹਰਪ੍ਰੀਤ ਨੂੰ ਦੱਸ ਦਿੰਗੇ ਨਾ ਜਾ ਕੇ। ਮੰਮੀ ਨੇ ਮੈਨੂੰ ਦੱਸਿਆ ਨਹੀਂ ਇੱਕ ਵਾਰ ਵੀ। ਉਹ ਦਿਮਾਗ 'ਚੋਂ ਨਿਕਲ ਜਾਂਦੀ ਹੈ ਗੱਲ ਵੱਡੇ ਬੰਦੇ ਦੇ, ਕੋਈ ਨਹੀਂ ਫਿਰ ਮੈਨੂੰ ਦੱਸਦਾ ਫਿਰ ਕੀ ਹੋ ਗਿਆ। ਚਲੋ ਜੀ ਫਿਰ ਤਾਂ ਆਪਾਂ ਚੱਲਾਂਗੇ, ਮੈਨੂੰ ਕੱਪੜੇ ਦੱਸ ਦਿਓ ਤੁਹਾਡੇ ਕਿਹੜੇ ਪ੍ਰੈਸ ਕਰਨੇ, ਮੈਂ ਪ੍ਰੈਸ ਕਰਕੇ ਰੱਖ ਦੂੰਗੀ, ਨਾਲੇ ਉਹ ਵੀ ਜਾਣਗੇ ਉੱਧਰਲੇ। ਉਹ ਤਾਂ ਫਿਰ ਜਾਣਗੇ ਹੁਣ, ਕੱਲੇ ਆਪਾਂ ਨੂੰ ਕੀ ਦਿਖਾ ਦੇਣਗੇ। ਨਹੀਂ ਫਿਰ ਨਹੀਂ ਜਾਂਦੇ ਆਪਾਂ। ਨਹੀਂ ਕੁਛ ਨਹੀਂ ਹੁੰਦਾ ਫਿਰ, ਕਿੱਡੀ ਗੱਲ ਆ, ਤੇਰੇ ਭਰਾ ਦਾ ਘਰ ਬਹਾ ਜੂਗਾ ਵਧੀਆ, ਉਹ ਕਿਹੜਾ ਆਪਾਂ ਬੁਲਾਉਂਦੇ ਨਹੀਂ ਚਲਾਉਂਦੇ ਨਹੀਂ, ਬੈਠੇ ਰਹਿਣਗੇ ਨਾਲ ਉਹ ਬਾਈ। ਇਹ ਪੁੱਤ ਉਹ ਜਿਹੜੀ ਵੱਡੀ ਇਹਨਾਂ ਦੀ ਭੈਣ ਆ, ਉਹਦੀ ਲੁਤਰੋ ਨਹੀਂ ਰਹਿੰਦੀ, ਉਹਦੀ ਕੋਈ ਨਾ ਕੋਈ ਸੁਰਲੀ ਛੱਡ ਦੂਗੀ। ਉਹੀ ਤਾਂ ਗੱਲ ਆ ਤਾਈ, ਐਵੇਂ ਉੱਥੇ ਕਾਰਜ ਤੇ ਲੜਾਈ ਹੋ ਜੂਗੀ। ਗੱਲ ਸਹੀ ਆ ਪੁੱਤ ਤੇਰੀ, ਤੂੰ ਚੁੱਪ ਕਰਕੇ ਬੈਠੀ ਨਹੀਂ, ਬਸ ਮਾਪੇ ਗੱਲ ਕਰ ਲੂਗਾ, ਜਿੰਨੀ ਗੱਲ ਕਰਨ ਵਾਲੀ ਹੋਈ। ਕਾਹਦੀ ਲੜਾਈ ਹੋ ਜੂ, ਬਥੇਰਾ ਬੋਲਣ ਗਿਆ ਉਹ। ਐਵੇਂ ਮਰੀ ਜਾਂਦੀ ਆ ਤੂੰ, ਚੱਲ ਤੂੰ ਤਿਆਰ ਹੋ, ਮੇਰਾ ਚਿੱਟਾ ਕੁੜਤਾ ਮੈਂ ਪ੍ਰੈਸ ਕਰ ਦੇ। ਕਰਦਾ ਨਹੀਂ ਆ ਮੈਂ ਪੁੱਤ, ਜੇ ਕੋਈ ਗੱਲ ਕਹਤੀ ਰਿਸ਼ਤੇਦਾਰਾਂ ਚ ਕਹਾਈ ਵੀ ਨਹੀਂ ਜਾਂਦੀ, ਫਿਰ ਇਹ ਵੀ ਤਾਂ ਸੋਚੋ। ਤਾਈ ਇਹ ਕਿੱਥੋਂ ਮੇਰੀ ਗੱਲ ਸੁਣਦੇ ਆ, ਕੋਈ ਨਹੀਂ ਸੁਣਦਾ, ਮੈਂ ਤਾਂ ਉਹੀ ਬੋਲ ਕੇ ਰਹਿ ਜਾਨੀ ਆ। ਉਹ ਤਾਈ ਤੂੰ ਵੀ ਰਹਿਣ ਦਿਆ ਕਰ, ਕੋਈ ਨਹੀਂ ਗੱਲ ਗੁੱਲ ਬੋਲਦਾ ਉੱਥੇ, ਐਵੇਂ ਫਰਕ ਇਹਨਾਂ ਗੱਲਾਂ ਕਰਕੇ ਪਿਆ ਸਾਡਾ ਪਹਿਲਾਂ ਵੀ। ਬੇ ਮੈਂ ਦੇਖਿਆ ਬਥੇਰਾ ਬੋਲਦੀ ਆ, ਜੇ ਮੈਂ ਕਈ ਵਾਰ ਉਧਰ ਲੰਘਦੇ ਵਾਧੂ ਚੁਗਲੀਆਂ ਕਰਦੀ ਆ ਤੁਹਾਡੀਆਂ, ਤਾਂ ਉਹ ਇਹਦੀ ਭੈਣ ਧੋਈ ਜਾਣਦੇ ਮੈਡ ਫਿਰ ਸਾਡਾ ਕੀ ਲੈ ਜੂਗੀ। ਹਾਂ ਮੈਂ ਤਾਂ ਧੋਂਦੀਆਂ ਹੀ ਆ, ਉਹ ਤਾਂ ਪਰ ਸ਼ਰਮ ਨਹੀਂ ਨਾ ਮੰਨਦੀਆਂ ਗੱਲ ਕਹਿੰਦੇ ਆ, ਉਹ ਹਜੇ ਤੇਰੀ ਮਾਂ ਰਲ ਜਾਂਦੀ ਆ ਗੱਲ ਕਹਿਣ ਲੱਗੀ, ਨੀ ਮੰਨਦੀ ਚੀ ਆਪ ਚਪੋਰਾ ਵੀ। ਉਹ ਬਸ ਸਾਰੀਆਂ ਇੱਕੋ ਹੀ ਆ ਪਵਾੜਿਆਂ ਲਈ ਜਰਾ। ਚੱਲ ਠੀਕ ਆ ਕਰ ਕੱਪੜੇ ਪ੍ਰੈਸ ਮਾ ਮੜਾ ਜਾ ਉਹਨੇ ਮੁੰਡੇ ਕੋਲੇ ਜਾਇਆ। ਠੀਕ ਹੈ ਜਾਇਓ। ਚੱਲ ਚੰਗਾ ਪੁੱਤ ਮੈਂ ਵੀ ਜਾਂਦੀ ਆ, ਦੇਖ ਲੈ ਇਹ ਵੀ ਕੁੜੇ ਗੱਲ ਨਹੀਂ ਮੰਨਦਾ, ਦੇਖ ਲੈ ਇਹ ਵੀ ਪਿੱਛੇ ਲੱਗਦਾ ਤਾਈ, ਬਸ ਕਹਿਣ ਨੂੰ ਆਡਾ ਸੀ, ਲੱਗਦਾ ਤਾਂ ਆਪਦੀ ਮਾਂ ਦੇ ਪਿੱਛੇ ਆ ਬਥੇਰਾ। ਤੂੰ ਜਵਾਨਾ ਤੂੰ ਆਪਦੀ ਹੈਂਕੜੀ ਰੱਖਿਆ ਕਰਕੇ, ਮੈਂ ਨਹੀਂ ਵੜਨ ਦਿੰਦੀ। ਮੈਂ ਤਾਂ ਬਥੇਰਾ ਕਿਹਾ ਸੀ, ਹੁਣ ਇਹਨੂੰ ਕੀ ਦੱਸਾਂ ਵੀ ਮੈਂ ਤੇਰੀ ਮੰਮੀ ਨੂੰ ਆਈ ਕਿਹਾ ਸੀ ਸਾਡੇ ਘਰੇ ਨਾ ਬੜੀ, ਮੈਂ ਤਾਂ ਕਹਿਤਾ ਸੀ ਇੱਥੇ ਆਉਣ ਦੀ ਲੋੜ ਨਹੀਂ, ਧੱਕੇ ਨਾਲ ਪੈ ਗਈ, ਕਹਿੰਦੀ ਮੈਂ ਤਾਂ ਬੈਠੀ ਹਾਂ ਮੇਰਾ ਘਰ ਆ, ਕਹਿੰਦੀ ਆਹੋ ਬਾਹਰ ਜਾਂਦੀ ਵੀ ਕਹਿੰਦੀ ਕਹਿੰਦੀ ਮੇਰਾ ਘਰ ਕੌਣ ਰੋਕ ਸਕਦਾ, ਮੈਂ ਹਜੇ ਤੈਨੂੰ ਬੁਲਾਉਂਦੀ ਨਹੀਂ ਤੂੰ ਵੜੀ ਨਾ। ਜਦੋਂ ਅੱਡ ਵਿੱਡ ਹੋ ਗਈ ਹੁਣ ਉਹਦਾ ਘਰ 'ਚ ਕੀ ਹੈ ਇੱਥੇ, ਤੈਨੂੰ ਲੋੜ ਨਹੀਂ ਸੀ ਆਣਨ ਦੀ ਜਮਾ, ਤੇਰੀ ਭੈਣ ਨੂੰ ਵੀ ਨਾ ਸਿਆਣ, ਉਹ ਵੀ ਹੈ ਨਹੀਂ ਕੰਮ ਦੀ, ਮੈਂ ਤਾਂ ਉਹਨੂੰ ਉਹੀ ਨਹੀਂ ਮੂੰਹ ਲਾਉਂਦੀ। ਦੇਖ ਲੈ ਸ਼ਰਮ ਨਹੀਂ ਮੰਨਦੀ ਹੈ ਨਾ, ਹੱਥੀ ਲਿਆ ਕੇ ਤੇਰੇ ਨਾਲ ਬੈਰ ਬੰਨ ਲਿਆ। ਕੀ ਪਤਾ ਤਾਈ ਮੇਰੇ ਬਾਰੇ ਕੀ ਸੋਚਦੀ ਹੈ ਕੀ ਨਹੀਂ, ਤਾਂ ਕਦੇ ਉਹਦਾ ਮਾੜਾ ਸੋਚਿਆ ਹੀ ਨਹੀਂਗਾ ਜਿਹੜਾ ਉਹ ਮੇਰਾ ਮਾੜਾ ਸੋਚਦੀ ਆ। ਨਹੀਂ ਪੁੱਤ ਤੂੰ ਭੋਲੀ ਹੈ, ਤੂੰ ਮਗਰ ਲੱਗ ਜਾਂਦੀ ਹੈ, ਉਹ ਮਿੰਨੀ ਹੈ ਹੈਂ, ਕਹਿੰਦੇ ਹੁੰਦੇ ਨਾ ਮਿਸਕ ਮਿਣੀ, ਉਵੇਂ ਦਿਲ 'ਚ ਪਾਪ ਰੱਖਦੀ ਹੈ। ਉਹੀ ਤਾਂ ਗੱਲ ਹੈ ਤਾਈ, ਬਸ ਉਹ ਬੋਲਦੀ ਦਿਲ 'ਚ ਘਰੂੜ ਰੱਖਦੀ ਹੈ, ਮੈਂ ਬੋਲ ਕੇ ਮਾੜੀ ਵੱਜ ਜਾਂਦੀ ਹੈ ਸਾਰੇ ਅੱਗੇ। ਗੱਲ ਇਹੀ ਹੈ ਪੁੱਤ, ਚੱਲ ਚੰਗਾ ਕੁਛ ਨਹੀਂ ਹੁੰਦਾ, ਤੂੰ ਆਪਦਾ ਚੁੱਪ ਕਰਕੇ ਰਿਹਾ ਕਰ, ਇਹਨਾਂ ਨੂੰ ਮੂੰਹ ਨਾ ਲਾਇਆ ਕਰ, ਨਾ ਤੇਰੀ ਸੱਸ ਨੂੰ ਮੂੰਹ ਲਾਈ ਨਾ ਇਹਨੂੰ ਲਾਈ। ਹਾਲੇ ਮੇਰੀ ਗੱਲ ਸੁਣ, ਆ ਰਾਜਪਾਲ ਵੀ ਬੜਾ ਬੋਲਦੇ ਨਾ, ਇਹਨੂੰ ਵੀ ਝਿੜਕ ਕੇ ਰੱਖਿਆ ਕਰ ਤੂੰ। ਚੱਲ ਠੀਕ ਹੈ ਤਾਈ, ਮੈਂ ਕੱਪੜੇ ਪ੍ਰੈਸ ਕਰਦਾ, ਚੱਲ ਫਿਰ ਬੋਲੂਗਾ ਇਹ। ਤੇ ਬਾਕੀ ਤੂੰ ਗੱਲ ਇੱਕ ਮੇਰੀ ਹੋਰ ਸੁਣ ਲੈ, ਜੇ ਉੱਥੇ ਬੜਾ ਬੋਲਣ ਜੇ ਲੱਗੀ ਨਾ ਤੇ ਦਬੀ ਨਾ। ਨਾ ਨਾ ਤਾਈ ਜਮਾ ਨਹੀਂ। ਹਾਂ ਨਾਲੇ ਤੇਰੇ ਪਿਓ ਨੂੰ ਵੀ ਕਹਿ ਦੇ, ਤੇਰੀ ਮਾਂ ਨੂੰ ਵੀ ਕਹਿ ਦੇ ਵੀ ਉੱਥੇ ਸਰੀਕਣੀ ਬਣ ਰਹੀ ਹੈ ਮੇਰੀ, ਹੈਗੀ ਸੀ ਭੈਣ ਬਥੇਰਾ ਚੁੱਪ ਰਹਿ ਰਿਹਾ ਕਿ ਦੇਖ ਲੈ, ਚੁੱਪ ਰਹੀ ਸੀ ਤਾਂ ਇੱਥੋਂ ਤੱਕ ਆ ਗਏ ਸੀ। ਚੱਲ ਚੰਗਾ ਤਾਈ, ਚੰਗਾ ਪੁੱਤ। ਪਰਮ ਦੇ ਨਾ ਪੇਕਿਓਂ ਫੋਨ ਆਇਆ ਸੀਗਾ ਤੇ ਆਪਾਂ ਨੂੰ ਜਾਣਾ ਪਊਗਾ ਉੱਥੇ, ਦੇ ਭਰਾ ਨੂੰ ਦੇਖਣ ਆਉਣਾ, ਤੇਰਾ ਹੀ ਬਿਰਬਾ ਪਾਇਆ ਉਹਨਾਂ ਨੂੰ, ਕਹਿੰਦੇ ਬੇਬੇ ਨੂੰ ਨਾਲ ਲੈ ਕੇ ਆਇਓ। ਲੈ ਮੈਂ ਕੀ ਕਰਨਾ ਪੁੱਤ, ਮੇਰਾ ਕੀ ਹੱਕ ਬਣਦਾਗਾ ਨਾਲੇ। ਨਹੀਂ ਮੰਮੀ ਤੁਸੀਂ ਜਾਣਾ ਨਾ ਨਾਲ, ਮੰਮੀ ਨੇ ਫੋਨ ਕੀਤਾ ਸੀ ਕਹਿੰਦੇ ਸੱਸ ਨੂੰ ਨਾਲ ਲੈ ਕੇ ਆਉਣਾ। ਲੈ ਮੰਮੀ ਨੇ ਤਾਂ ਫੋਨ ਕੀਤਾ ਸੀ, ਚੱਲ ਤੇ ਫਿਰ ਆਪਣਾ ਘਰ ਵੀ ਸੁਣਨਾ, ਮੈਂ ਘਰ ਸਾਂਭੂ ਨਾਲੇ ਆਪਾਂ ਸਾਰਿਆਂ ਨੇ ਕੀ ਕਰਨਾ, ਤੁਸੀਂ ਦੋਨੇ ਜਣੇ ਵਗ ਜਿਓ ਉਹ ਘਰ ਨੂੰ, ਕਿਸੇ ਚੋਰ ਪੈਂਦੇ ਜਿੰਦੇ ਲਾ ਜਾਗੇ, ਜਦੋਂ ਅਗਲਾ ਕਹੀ ਜਾਂਦਾ ਫਿਰ ਹੁਣ ਮੁੜ ਕੇ ਗੁੱਸਾ ਕਰਨਗੇ ਵੀ ਆਈ ਨਹੀਂ ਗੀ। ਚੱਲ ਫਿਰ ਕੋਈ ਨਾ, ਉਧਰ ਰਾਜਪਾਲ ਕੇ ਕੀਤਾ ਫੋਨ ਉਹਨਾਂ ਨੇ? ਕੀਤਾ ਹੀ ਹੋਰ ਰਾਜਪਾਲ ਕੇ ਤਾਂ ਫਿਰ ਹੁਣ, ਜਦੋਂ ਗੱਲ ਇੱਕ ਥਾਂ ਦਾ ਪੇਕੇ ਆ, ਜਾਣਾ ਤਾਂ ਪਊ ਫਿਰ ਉਹਨਾਂ ਨੂੰ ਵੀ ਹੁਣ। ਸਹੀ ਗੱਲ ਹੈ, ਪੇਕੇ ਤਾਂ ਇੱਕ ਥਾਂ ਹੈਗੇ ਆ,
ਪਰ ਕਿਸੇ ਨੂੰ ਕੀ ਪਤਾ ਵੀ ਇਹਨਾਂ ਦੀ ਉੱਥੇ ਇੰਨੀ ਦਰਾਰ ਪਈ ਪਈ ਹੈ, ਹੈ ਨਾ। ਉੱਥੇ ਤਾਂ ਇੱਕਾ ਦਿਖਾਉਣਾ ਹੀ ਪਊ ਤੁਹਾਨੂੰ, ਉੱਥੇ ਤਾਂ ਫਿਰ ਹੁਣ ਕਰਨਾ ਹੀ ਪਊ ਮਾੜਾ ਮੋਟਾ। ਹਾਂ ਉੱਥੇ ਤਾਂ ਕਰਨਾ ਪਊਗਾ ਪੁੱਤ, ਪਰ ਜਿਹੜਾ ਤੁਸੀਂ ਇੱਥੇ ਭੈਣ ਆਈ ਨਾਲ ਕੀਤਾ ਨਾ, ਉਹ ਤੁਸੀਂ ਚੰਗਾ ਨਹੀਂ ਕੀਤਾ। ਭੈਣ ਆਈ ਨੇ ਕੀਤਾ ਕਿਉਂ, ਹੁਣ ਉੱਧਰ ਜਾਂਦੀ ਉਹ ਵੀ ਗੇੜਾ ਦਿੰਦੀ ਹੈ, ਠੂਹ ਵੱਜਦੀ ਹੈ, ਗੇੜਾ ਦਿੰਦੀ ਹੈ, ਠੂਹ ਵੱਜਦੀ ਹੈ। ਹੁਣ ਨਾ ਪਹਿਲਾਂ ਤਾਂ ਮੈਨੂੰ ਐਂ ਦੱਸ, ਹੁਣ ਤੁਸੀਂ ਦੋਨੇ ਜਣੇ ਆਏ ਮੱਥਾ ਮਥਾ ਲਓ ਵੀ ਜੇ ਰਾਜਪਾਲ ਕੇ ਜਾਣਗੇ ਤਾਂ ਅਸੀਂ ਜਾਂਦੇ ਨਹੀਂ। ਤੁਸੀਂ ਇਹੀ ਗੱਲ ਕਹੀ ਸੀ ਨਾ ਭੈਣ ਨੂੰ ਵੀ ਜੇ ਉੱਧਰ ਜਾਏਗੀ ਤਾਂ ਇੱਧਰ ਨਾ ਆਈ, ਅਤੇ ਇਹੀ ਗੱਲ ਹੁਣ ਤੁਸੀਂ ਇਹਨਾਂ ਦੇ ਇੱਕ ਥਾਂ ਪੇਕੇ ਉੱਥੇ ਕਰੋ ਇਹਦੀ ਮਾਂ ਨਾਲ ਵੀ ਜੇ ਰਾਜਪਾਲ ਕੇ ਆਉਣਗੇ ਇਸ ਤਾਂ ਆਉਂਦੇ ਨਹੀਂ। ਉੱਥੇ ਕਿਵੇਂ ਲੋਟ ਆਊਗਾ ਬੇਬੇ, ਐਂ ਜਲੂਸ ਨਿਕਲੂਗਾ। ਕਿਉਂ ਕੀ ਗੱਲ, ਉੱਥੇ ਤੇਰੇ ਸਹੁਰੇ ਆ ਅਤੇ ਹੋਰ ਹੋਣਾ, ਅਤੇ ਉਹਦੇ ਪੇਕੇ ਨਹੀਂ ਇੱਥੇ। ਉਹਦੇ ਪੇਕੇ ਤਾਂ ਹੈਗੇ, ਉਹਦਾ ਮਾਹੌਲ ਹੀ ਇਹੋ ਜਿਹਾ ਬਣ ਗਿਆ ਸੀ, ਹੁਣ ਕੀ ਕਰੀਏ। ਮਾਹੌਲ ਇਹੋ ਜਿਹਾ ਬਣ ਗਿਆ ਸੀ, 20-25 ਸਾਲ ਤੁਸੀਂ ਇਕੱਠਿਆਂ ਨੇ ਖਾ ਕੇ ਅਤੇ ਇਕੱਠਿਆਂ ਨੇ ਖੇਡ ਕੇ, ਅਤੇ ਤੁਸੀਂ ਮਿੰਟਾਂ 'ਚ ਕਹਿਤਾ, 2-2 ਸਾਲ ਹੋਏ ਆ ਹਜੇ ਤੁਹਾਨੂੰ ਵਿਆਹਿਆਂ ਨੂੰ, ਵੀ ਤੂੰ ਆ ਕੇ ਉੱਧਰ ਆ ਜਾ ਕਰ, ਜੇ ਉੱਧਰ ਆਉਣੀ ਆ ਤਾਂ ਇੱਧਰ ਆ ਜਾ ਕਰ। ਜਵਾਕੜੀ ਰੋ ਕੇ ਗਈ ਹੈ, ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਮਾੜੀ ਮੋਟੀ। ਉਹ ਕੀ ਸ਼ਰਮ ਬੇਬੇ, ਬਸ ਕੋਈ ਨਹੀਂ, ਤੂੰ ਤਿਆਰ ਹੋ ਜਾਈ, ਬਸ ਜਾਵਾਂਗੇ ਆਪਾਂ। ਹਾਂ ਮੈਂ ਤਾਂ ਤਿਆਰ ਹੋ ਜਾਂ, ਮੇਰਾ ਢਿੱਡ ਮੱਚਦਾ, ਮੈਨੂੰ ਧੀ ਵੀ ਉਹੋ ਜਿਹੀ ਹੈ ਅਤੇ ਤੁਸੀਂ ਵੀ ਉਹੋ ਜਿਹੇ ਹੋ। ਉਹ ਮੁੜ ਕੇ ਹੁਣ ਉੱਥੇ ਤਾਂ ਜਾਣਾ ਹੀ ਪਊਗਾ ਫਿਰ, ਨਾ ਕੋਈ ਨਹੀਂ, ਗੁੱਸਾ ਜਾਣ ਦੀ ਗੱਲ ਨਹੀਂ, ਮੈਂ ਕਹਿੰਦੀ ਤੁਹਾਨੂੰ ਪੁੱਤ, ਜਾਣ ਦਾ ਤਾਂ ਹੱਕ ਬਣਦਾ ਤੁਹਾਡਾ ਵੀ ਉਹਨਾਂ ਦਾ ਵੀ, ਪਰ ਤੁਸੀਂ ਇੱਕ ਵਾਰੀ ਸੋਚ ਕੇ ਦੇਖੋ ਵੀ ਜਿਹੜੀ ਗੱਲ ਅਸੀਂ ਭੈਣ ਨੂੰ ਕਹਿ ਕੇ ਤੋਰੀ ਹੈ, ਜੇ ਹੁਣ ਇਸ ਇਹੀ ਗੱਲ ਸਾਡੇ ਉੱਥੇ ਜਾ ਕੇ ਹੋਵੇ ਤਾਂ ਕਿੱਡੀ ਬਸ਼ਰਮੀ ਆ ਤੇਰੇ ਸਹੁਰਿਆਂ ਦੀ, ਤੇਰੀ ਸੱਸ ਦੀ, ਕੀ ਕਹਿਣਗੇ ਲੋਕ। ਚੱਲ ਬਸ ਠੀਕ ਆ ਬੇਬੇ, ਕੋਈ ਨਹੀਂ, ਤੂੰ ਹੋ ਜਾਈ ਤਿਆਰ, ਬਸ ਜਾਣਾ ਪਊ ਤੈਨੂੰ। ਵੇਖ ਲਾ ਇਹੀ ਗੱਲਾਂ ਮੈਂ ਤੁਹਾਨੂੰ ਸਮਝਾਉਣੀ ਆ ਪੁੱਤ, ਵੀ ਕੁੜੀ ਦਾ ਵੀ ਇੱਥੇ ਹੱਕ ਬਣਦਾ ਆਉਣ ਦਾ, ਅਤੇ ਤੁਹਾਡਾ ਵੀ ਆਪਦੇ ਪੇਕੀ ਜਾਣ ਦਾ ਹੱਕ ਬਣਦਾ। ਤੁਸੀਂ ਮਾੜਾ ਮੋਟਾ ਨਾ ਦਿਮਾਗ ਤੋਂ ਕੰਮ ਲਿਆ ਕਰੋ। ਵੇਖਿਓ ਆਪਾਂ ਨੂੰ ਵੇਖ ਕੇ ਗੱਡੀ ਚੋਂ ਵੀ ਨਹੀਂ ਉਤਰੇਗੀ। ਉਹ ਚੱਲ ਕੋਈ ਨਾ, ਕੋਈ ਗੱਲਬਾਤ ਕਰਦੇ ਹੋਣਗੇ, ਤੂੰ ਕੀ ਲੈਣਾ ਇੱਥੇ ਤਾਂ ਹਟ ਜਾ ਕੇ, ਜਿਹੜੇ ਕੰਮ ਆਏ ਉਹ ਕਰ ਲਾ। ਆਜਾ ਆਜਾ, ਕੀ ਰਹਿ ਗਿਆ, ਚੱਲ ਆ ਗਏ ਜਵਾਕ ਤਾਂ ਹੈ। ਉਧਰ ਬਹਿ ਜਾ ਪੁੱਤ, ਜਾਂ ਬਹਿ ਜਾਣ ਦੇ ਮੁੰਡੇ ਨੂੰ ਇੱਥੇ, ਵਧੀਆ ਤੂੰ ਦੱਸ, ਠੀਕ ਆ, ਚੱਲ ਠੀਕ ਹੀ ਚਾਹੀਦੇ ਹੋ ਭਾਈ। ਲੋਟ ਨਹੀਂ, ਤਾਂ ਕਰਕੇ ਦੋ ਗੱਡੀਆਂ ਤੇ ਆਉਣਾ ਪੈ ਗਿਆ ਭਾਈ। ਗਰਮੀ ਤਾਂ ਹਜੇ ਖੈਰ ਕਿਹੜੀ ਹੋਈ ਆ, ਹਜੇ ਤਾਂ ਮਾੜਾ ਮੋਟਾ ਮੌਸਮ ਦਾ ਫਰਕ ਪਿਆ, ਇੰਨੀ ਗਰਮੀ ਨੀ ਝੱਲੀ ਦੀ, ਫਿਰ ਤਾਂ ਗਾਂਹ ਜਾ ਕੇ ਕਿੱਥੋਂ ਟਾਈਮ ਪਾਸ ਹੋਊ। ਪਤਾ ਤਾਂ ਇਹਨਾਂ ਦਾ ਹਜੇ ਨਵਾਂ ਹੋਇਆ ਪਿਆ, ਚਾਹ ਹੁੰਦਾ ਬਾਕੀ ਇਹਨਾਂ ਨੇ ਆਉਣਾ ਹੋਊ, ਅੱਡਾ ਸਮਾਨ ਸਮੂਨ ਲੈਣਾ ਹੋਊ ਸਾਡੇ ਤੋਂ ਪਰੇ ਹੋ ਕੇ, ਇਹਨਾਂ ਨੂੰ ਆਇਆ ਪਤਾ ਨਾ ਲੱਗ ਜੇ ਵੱਡੇ ਨੂੰ। ਉਹ ਚੱਲ ਕੋਈ ਨੀ ਭਾਈ,
ਬਾਪੂ ਜੀ ਤੁਰੇ ਤਾਂ ਸਾਡੇ ਨਾਲ ਪਹਿਲਾਂ ਆਏ ਆ, ਅੱਧਾ ਪੌਣਾ ਘੰਟਾ ਸਾਡੇ ਨਾਲ ਪਹਿਲਾਂ ਤੁਰੇ ਆਏ। ਉਵੇਂ ਹੀ ਲੱਗਦਾ ਬਾਈ ਤੈਨੂੰ, ਦੇਖੇ ਨੀ ਤੁਸੀਂ ਮਾਹੌਲ, ਤੁਹਾਨੂੰ ਦੁਨੀਆਂ ਦੀਂਦੀ ਨੀ ਆਸੇ ਪਾਸੇ। ਕੋਈ ਨੀ ਪੁੱਤ, ਆਉਣਾ ਤਾਂ ਇੱਕ ਥਾਂ ਹੀ ਸੀ, ਦੋ ਮਿੰਟ ਪਹਿਲਾਂ ਆ ਗਏ ਮਗਰੋਂ ਆ ਗਏ। ਬਾਪੂ ਜੀ ਆਨੇ ਥਾਂ ਆਏ ਹੋ, ਕੀ ਕਹਿੰਦੇ ਹੁਣ ਉਹ, ਕਦੋਂ ਕਹੋਗੇ? ਉਹ ਕਰਿਆ ਸੀ ਭਾਈ ਫੋਨ ਵਿਚੋਲੇ ਨੂੰ, ਕਹਿੰਦੇ ਸੀ ਆਉਣੇ ਆ ਬਸ ਥੋੜੇ ਟਾਈਮ ਤੱਕ। ਕੋਈ ਨੀ ਤੁਸੀਂ ਬੈਠੋ, ਮਾਰੋ ਗੱਲਾਂ ਬਾਤਾਂ, ਚਾਹ ਪਾਣੀ ਧਰਦੇ ਆ ਉਹਨੇ। ਪੁੱਤ ਆ ਜਾ ਬਾਹਰ, ਨਾਲੇ ਚਾਹ ਪਾਣੀ ਫੜਾ ਦਈਏ ਆਪਾਂ। ਮੈਨੂੰ ਭਾਈ ਦੱਸਤਾ ਸਾਰਾ ਕੁਛ ਕੁੜੀ ਨੇ, ਕੀ ਤੁਸੀਂ ਆਪਦੇ ਘਰੇ ਕਲੇਸ਼ ਪਾਈ ਬੈਠੇ ਹੋ, ਇੱਕ ਦੂਜੇ ਨਾਲ ਬੈਰ ਬੰਨੀ ਬੈਠੇ ਹੋ, ਹੈ ਨਾ? ਮੈਨੂੰ ਐਂ ਦੱਸੋ ਵੀ ਉਹ ਕੁੜੀ ਦਾ ਘਰ ਨੀ, ਉਹਨੂੰ ਤੁਸੀਂ ਆਈ ਨੂੰ ਨੀ ਜਰਦੇ ਨਾ? ਪੁੱਤ ਤੂੰ ਦੱਸ ਮੈਨੂੰ, ਹੈਂ, ਤੁਸੀਂ ਇੱਥੇ ਆਉਣੇ ਹੋ, ਤੁਹਾਡਾ ਇਹ ਘਰ ਨਹੀਂ? ਜੇ ਸੋਨੂੰ ਆਂਗਿਆਂ ਨੂੰ ਅਸੀਂ ਧੱਕੇ ਮਾਰ ਕੇ ਇੱਥੋਂ, ਤੁਸੀਂ ਉਹਨੂੰ ਘਰੇ ਨਹੀਂ ਬਣ ਦਿੰਦੀਆਂ, ਕਲੇਸ਼ ਪਾ ਲੈਂਦੇ ਹੋ ਪਹਿਲਾਂ? ਹੈ ਉਹਦੇ ਪੇਕਿਆਂ ਦਾ ਘਰ ਆ ਪੁੱਤ। ਬਾਪੂ ਉਸ ਤਾਂ ਇਹੋ ਜਿਹਾ ਕੁਛ ਨਹੀਂ ਕੀਤਾ, ਇੱਥੇ ਵੀ ਆ ਗਈ ਕਲੇਸ਼ ਪਵਾਉਣ ਵਾਸਤੇ। ਉਹ ਪੁੱਤ ਕਲੇਸ਼ ਪਵਾਉਣ ਨਹੀਂ ਆਈ ਉਹ, ਹੈਂ, ਉਹ ਆਪਦੇ ਦੋਨੇ ਭਰਾਵਾਂ ਨੂੰ ਵੱਸਦਾ ਦੇਖਣਾ ਚਾਹੁੰਦੀ ਆ ਵੀ ਇਕੱਠੇ ਰਹਿਣ, ਅਤੇ ਤੁਸੀਂ ਤੁਸੀਂ ਇੱਟ ਕੁੱਤੇ ਵਾਲਾ ਪੈਰ ਪਾਈ ਬੈਠੇ ਹੋ ਇੱਕ ਦੂਜੇ ਨਾਲ। ਹੈ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਘਰੇ ਤਾਂ ਵਿਆਹਿਆ ਸੀ ਵੀ ਤੁਸੀਂ ਦੋਨੇ ਭੈਣਾਂ ਰਲ ਕੇ ਰਹੋਗੀਆਂ, ਦਰਾਣੀਆਂ ਜਠਾਣੀਆਂ ਨਾ ਵੱਜੋਗੀਆਂ, ਭੈਣਾਂ ਵੱਜੋਗੀਆਂ, ਤੇ ਤੁਸੀਂ ਤਾਂ ਉਦੋਂ ਵੀ ਉੱਤੋਂ ਦੀ ਦੁਸ਼ਮਣੀ ਪਾ ਰੱਖੀ ਆ। ਹੈ ਬਾਪੂ ਮੈਂ ਤਾਂ ਰਲ ਕੇ ਰਹਿੰਦੀ ਸੀ, ਜਿਵੇਂ ਤੁਸੀਂ ਸਿਖਾਇਆ ਸੀ ਮੈਂ ਤਾਂ ਉਹੀ ਗੱਲਾਂ ਤੇ ਚੱਲਦੀ ਸੀ, ਪਰ ਪਰਮ ਨਹੀਂ ਰਹੀ ਰਲ ਕੇ, ਇਹੀ ਮਾੜੀ ਮਾੜੀ ਗੱਲ ਮੈਂ ਬੋਲਦੀ ਸੀ। ਕਿਹੜੀਆਂ ਗੱਲਾਂ ਤੇ ਚੱਲ ਪਈ ਤੂੰ ਸਾਡੀਆਂ ਦੱਸੀਆਂ ਤੇ? ਹੈ ਨਾ ਤੂੰ ਦੱਸ, ਆ ਕਦੇ ਤੇਰੀ ਮਾਂ ਨੇ ਕਦੇ ਮੈਂ ਕਦੇ ਤੁਹਾਨੂੰ ਇਹੋ ਜਿਹੀ ਪੁੱਠੀ ਮੱਤ ਦਿੱਤੀ ਆ ਵੀ ਤੁਸੀਂ ਰਲ ਕੇ ਨਹੀਂ ਰਹਿਣਾ, ਜਾਂ ਭਾਈ ਆਪਦਾ ਘਰ ਪਾੜੋ, ਅੱਡ ਬਿੱਡ ਹੋਵੋ? ਹੈ ਬਾਪੂ ਆਹ ਗੱਲਾਂ ਮੈਨੂੰ ਨਹੀਂ, ਪਰਮ ਨੂੰ ਸਮਝਾਓ, ਇਹਦੇ ਕਰਕੇ ਅੱਡ ਹੋਇਆ ਸੀ। ਬਾਪੂ ਮੈਂ ਤਾਂ ਕਦੇ ਇਹਦੇ ਨਾਲ ਫਰਕ ਵੀ ਨਹੀਂ ਕੀਤਾ, ਮੈਂ ਨਵੀਂ ਵਿਆਹ ਕੇ ਸੀ, ਸਾਰੀ ਮਦਦ ਕੀਤੀ ਸੀ ਇਹਦੀ, ਇਹੀ ਹੁਣ ਪੁੱਠਾ ਮੇਰੇ ਤੇ ਇਲਜ਼ਾਮ ਲਾਈ ਜਾਂਦੀ ਆ। ਬਾਪੂ ਮੈਂ ਕੰਮ ਕਰਦੀ ਤਾਂ ਇਹਨੇ ਨਿੰਦਣਾ, ਜਾਣ ਜਾਣ ਕੇ ਬੰਮੀ ਤੋਂ ਗਾਲਾਂ ਪਵਾਈ ਜਾਂਦੀ। ਉਹ ਨਹੀਂ ਪੁੱਤ, ਬਸ ਕਰੋ ਹੁਣ ਤੁਸੀਂ, ਵੱਡੀ ਆ ਤਾਂ ਇੱਥੋਂ ਉਹ, ਹੈਂ, ਜੇ ਤੈਨੂੰ ਕਹਿੰਦੀ ਸੀ ਕੁਝ ਸਿਖਾਉਂਦੀ ਸੀ ਤੇਰੇ ਚੰਗੇ ਨੂੰ ਕਹਿੰਦੀ ਸੀ? ਹਾਂ ਬਾਪੂ ਫਿਰ ਪਿਆਰ ਨਾਲ ਵੀ ਕਹਿ ਸਕਦੀ ਸੀ, ਬੇਬੇ ਨੂੰ ਗਾਹਾਂ ਦੱਸਣ ਦੀ ਕੀ ਲੋੜ ਸੀ? ਮੈਂ ਤਾਂ ਇਹਦੇ ਫਾਇਦੇ ਲਈ ਹਰੇਕ ਕੰਮ ਦੱਸਦੀ ਸੀ, ਇਹੀ ਉਲਟ ਹਰੇਕ ਕੰਮ ਲੈ ਜਾਂਦੀ ਆ। ਆਹੋ ਬੇਬੇ ਦਾ ਦੱਸ ਕੇ ਗਾਲਾਂ ਪਵਾ ਦਿੰਦੇ ਸੀ, ਜਾਣ ਕੇ ਬਾਅਦ ਵਿੱਚ ਖੁਸ਼ ਹੋ ਜਾਂਦੇ। ਉਹ ਹੁਣ ਚੁੱਪ ਕਰ ਜਾਓ ਤੁਸੀਂ, ਬਸ ਕਰੋ, ਬਥੇਰਾ ਬੋਲ ਲੀਆਂ ਨਾ, ਕੀ ਹੋ ਗਿਆ ਜੇ ਹੁਣ ਤੁਹਾਡੇ ਵਿਆਹ ਹੋ ਗਏ, ਸਕੀਆਂ ਭੈਣਾਂ ਗੀਆਂ, ਇੱਕ ਘਰੇ ਤੁਸੀਂ ਬਹਿਗੀਆਂ ਗਈਆਂ, ਇੱਥੇ ਵੀ ਤਾਂ ਤੁਸੀਂ ਲੜਦੀਆਂ ਸੀ, ਖੇਡਦੀਆਂ ਸੀ, ਫੇਰ ਇੱਕ ਹੋ ਜਾਂਦੀਆਂ ਸੀਗੀਆਂ ਨਾ, ਹੁਣ ਤੁਹਾਨੂੰ ਕੀ ਹੋ ਗਿਆ? ਚੰਗਾ ਤੁਸੀਂ ਸਾਡਾ ਨਾਂ ਕਢਾਇਆ ਦੋਨਾਂ ਨੇ। ਭੈਣੇ ਨਾ ਤਾਂ ਇਹਨਾਂ ਨੇ ਸਾਡੇ ਪਿੰਡ 'ਚ ਵੀ ਬਥੇਰਾ ਕਢਾ ਛੱਡਿਆ, ਲੋਕ ਖੜ ਖੜ ਗੱਲਾਂ ਕਰਦੇ ਆ, ਨਾਲੇ ਆਪਣੇ ਟਾਈਮ 'ਚ ਦੇਖ ਲਾ ਆਪਾਂ ਕਿਹੜਾ ਦਰਾਣੇ ਜਠਾਣੇ ਨਾਲ ਕੱਟੀਆਂ ਨਹੀਂ ਸੀ, ਜਦੋਂ ਸੱਸ ਸਹੁਰਾ ਅੱਡ ਕਰਦਾ ਸੀ ਉਦੋਂ ਅੱਡ ਹੁੰਦੀਆਂ ਸੀ। ਅਤੇ ਮੈਨੂੰ ਤਾਂ ਇਹੀ ਸਮਝ ਨਹੀਂ ਆਉਂਦੀ ਵੀ ਇਹ ਨਵੀਂ ਪੀੜ੍ਹੀ ਦੇ ਦਿਮਾਗ 'ਚ ਕੀ ਚੱਲੀ ਜਾਂਦਾ, ਸਹੁਰਿਆਂ ਦੇ ਘਰ ਪੈਰ ਮਗਰੋਂ ਧਰਦੀਆਂ, ਜਾ ਕੇ ਅੱਡ ਹੋਣ ਦੀ ਪਹਿਲਾਂ ਪੇਕਿਆਂ ਤੋਂ ਹੀ ਸੋਚ ਕੇ ਜਾਂਦੀਆਂ ਨੇ। ਹਰਪ੍ਰੀਤ ਸਾਨੂੰ ਨਾ ਤੁਹਾਡੇ ਤੋਂ ਇਹ ਉਮੀਦ ਨਹੀਂ ਸੀ ਵੀ ਤੁਸੀਂ ਆਹ ਲੱਛਣ ਕਰੋਗੀਆਂ। ਨਾ ਭਾਈ ਮੇਰੀ ਗੱਲ ਸੁਣੋ ਮੁੰਡਿਓ, ਹੈ ਅੱਛਾ ਸਾਡੀਆਂ ਧੀਆਂ ਨੇ ਤਾਂ ਜਿੰਨੀ ਕੁ ਸਿਆਣਪ ਸੀ ਵਰਤ ਲਈ, ਤੁਸੀਂ ਤਾਂ ਪੜ੍ਹੇ ਲਿਖੇ ਹੋ, ਹੈ ਇਕੱਠੇ ਤੁਸੀਂ ਵੀ ਖੇਡੇ ਪਲੇ ਹੋ, ਤੁਸੀਂ ਤਾਂ ਸਿਆਣਪ ਵਰਤਣੀ ਸੀ ਨਾ, ਤੁਸੀਂ ਕਿਉਂ ਅੱਡ ਬਿੱਡ ਹੋ ਗਏ? ਓਏ ਬਾਪੂ ਇਹ ਜੀ ਨਹੀਂ ਗੱਲ, ਕੋਈ ਅੱਡ ਬਿੱਡ ਕਿਸੇ ਗੱਲ ਕਰਨੀ ਹੋਇਆ ਤੁਹਾਨੂੰ ਮੈਂ ਦੱਸਦਾ, ਅੱਜ ਜੇ ਕੱਚਾ ਚਿੱਠਾ ਖੁੱਲੀ ਗਿਆ ਮੈਥੋਂ ਇਕੱਲੀ ਇਕੱਲੀ ਗੱਲ ਸੁਣ ਲਓ। ਆਹ ਵੱਡੇ ਬਾਈ ਕੋਲ ਹੁੰਦੀ ਸੀਗੀ ਮੁਖਤਿਆਰੀ ਸਾਰੀ ਨੰਬਰਦਾਰੀ, ਅੜਤ ਕੇ ਦੇ ਜਾਂਦਾ ਸੀ, ਦੇਣ ਲੈਣ ਇਹ ਕਰਦਾ ਹੁੰਦਾ ਸੀ, ਮੈਂ ਕਦੇ ਨਹੀਂ ਸੀ ਸਾਰ ਲੈਤੀ, ਮੈਂ ਚੱਲ ਕੋਈ ਗੱਲ ਨਹੀਂ ਵੱਡਾ ਸਿਆਣਾ ਆਪੇ ਸਿੱਟ ਕੇ ਤਾਂ ਨਹੀਂ ਆਉਂਦਾ, ਸਿਆਣੀ ਗੱਲ ਆ। ਅਤੇ ਖੇਤ ਦਾ ਸਾਰਾ ਕੰਮ ਇਹਦੇ ਮੈਂ ਨਾਲ ਕਰਾਉਂਦਾ ਹੁੰਦਾ ਸੀਗਾ, ਅੜਤ ਕਿਤੇ ਜਾਂਦਾ ਸੀ ਹਿਸਾਬ ਕਿਤਾਬ ਕਰਾਉਂਦਾ ਸੀ, ਕਿਤੇ ਮੈਂ ਸਾਰ ਨਹੀਂ ਲੈਤੀ ਸੀ ਗੱਲ ਦੀ, ਮੈਂ ਚੱਲ ਕੋਈ ਨਾ, ਜਦੋਂ ਪੈਸੇ ਮੰਗਦੇ ਨਾ ਬੇਬੇ ਨੂੰ ਰੁਪਈਆ ਦਿੰਦਾ ਸੀ ਨਾ ਪੈਸਾ ਮੈਨੂੰ ਦਿੰਦਾ ਸੀ,
ਉਦੋਂ ਬਾਅਦ ਵਿਆਹ ਹੋ ਗਿਆ, ਵਿਆਹ ਤੋਂ ਬਾਅਦ ਇਹਨੇ ਮਾਂ ਦੇ ਪੁੱਤ ਨੇ ਇੱਕ ਹੀ ਨਹੀਂ ਸੁਣੀ ਮੇਰੀ, ਮੈਂ ਬੇਸ਼ਰਮੀ ਮੰਨਿਆ ਕਰਾਂ ਪੈਸੇ ਮੰਗਣ ਲੱਗਿਆ ਤੋਂ, ਬਸ ਫਰਕ ਪੈਂਦਾ ਪੈਂਦਾ ਇੱਥੋਂ ਤੱਕ ਆ ਗਈ। ਨਾ ਰਾਜਪਾਲ, ਇਹ ਗੱਲਾਂ ਹੋਣ ਆਂਗਾ ਤੇਰੇ ਦਿਮਾਗ 'ਚ, ਜਦੋਂ ਆਪਾਂ ਕੁਆਰੇ ਹੁੰਦੇ ਸੀ ਉਦੋਂ ਕਦੇ ਤੂੰ ਕਿਉਂ ਨਹੀਂ ਕਿਹਾ ਕਿ ਮੈਨੂੰ ਬਾਈ ਅੱਗੇ ਹੱਥ ਅੱਡਣੇ ਪੈਂਦੇ ਆ, ਉਹ ਤਾਂ ਜਿੰਨੇ ਜੀ ਕਰਦਾ ਸੀਗਾ ਅੱਜ ਬਾਈ ਮੈਨੂੰ ਇੰਨੇ ਚਾਹੀਦੇ ਆ, ਅੱਜ ਮੈਨੂੰ ਇੰਨੇ ਚਾਹੀਦੇ ਆ, ਉਹ ਤਾਂ ਪੂਰੇ ਹੱਕ ਨਾਲ ਲੈ ਕੇ ਜਾਂਦਾ ਸੀ। ਨਾਲੇ ਤੈਨੂੰ ਪਤਾ ਵੀ ਬਾਪੂ ਤੋਂ ਬਾਅਦ ਸਾਰੀ ਕਬੀਲਦਾਰੀ ਬਾਈ ਨੇ ਚੱਕੀ ਆ, ਹੈਂ, ਉਹਨੇ ਆਪਦੇ ਕੋਈ ਸ਼ੌਂਕ ਨਹੀਂ ਪੂਰਾ ਕੀਤਾ, ਸਗੋਂ ਆਪਣੇ ਸ਼ੌਂਕ ਪੂਰੇ ਕੀਤੇ ਆ। ਨਾ ਜਿਹੜੇ ਤੂੰ ਪੈਸਿਆਂ ਦੀ ਗੱਲ ਕਰਦਾ ਵੀ ਇਹਨੇ ਆਪਦੇ ਕੋਲ ਰੱਖਿਆ, ਇਹਨੇ ਕੋਈ ਮਹਿਲ ਪਖੜਾ ਕਰ ਲਿਆ ਆਪਦਾ, ਸਗੋਂ ਇਹਨੇ ਉਹ ਪੈਸੇ ਜੋੜ ਕੇ ਆਪਣੇ ਹੀ ਵਿਆਹ ਕੀਤੇ ਆ, ਤੇ ਤੂੰ ਆਹ ਸ਼ਾਬਾਸ਼ ਦਿੰਦੇ ਨੂੰ ਲੋਕਾਂ ਪਿੱਛੇ ਲੱਗਦਾ ਤੂੰ। ਉਹ ਭੈਣੇ, ਲੋਕਾਂ ਨੇ ਤਾਂ ਘਰ ਪੱਟਿਆ ਆਪਣਾ, ਇਹ ਲੋਕਾਂ ਦੇ ਲੱਗਦਾ ਸੀ ਮਗਰ, ਚੱਕ ਦੇ ਕੇ ਸਾਰਾ ਕੰਮ ਖਰਾਬ ਕਰਤਾ। ਲੋਕਾਂ ਨੂੰ ਆਏ ਸੀ ਵੀ ਦੋ ਭਰਾ ਇਕੱਠੇ ਰਹਿਣਗੇ ਤਾਂ ਕੁਛ ਬਣਾ ਲੈਣਗੇ, ਨਾਲੇ ਤਾਂ ਹੁਣ ਆਪ ਔਖਾ ਹੋਈ ਜਾਂਦਾ, ਨਾਲੇ ਮੈਂ ਹੋਈ ਜਾਂਦਾ, ਨਾਲੇ ਪੈਸਿਆਂ ਦੀ ਗੱਲ ਹੀ ਹੁੰਦੀ ਰਾਜਪਾਲ, ਤਾਂ ਮੈਂ ਤੁਹਾਨੂੰ ਆਪ ਤੋਂ ਦੁੱਗਣਾ ਤਿੱਗਣਾ ਕੰਮ ਪੜ੍ਹਾਉਂਦਾ, ਆਪ ਤਾਂ ਮੈਂ ਅੱਠਵੀਂ ਫੇਲਾਂ, ਅਤੇ ਤੁਹਾਨੂੰ ਮੈਂ ਬੀ ਏ ਕਰਾਤੀ, ਐੱਮ ਏ ਕਰਾਤੀ, ਤੇਰਾ ਘਰ ਬਾਰ ਬੰਨ ਕੇ ਦੇਤਾ, ਤੇਰਾ ਬਰਾਬਰ ਦਾ ਵਿਆਹ ਕਰਤਾ, ਹੋਰ ਕੀ ਕਰਾਂ ਦੱਸ ਮੈਂ। ਉਹਦਾ ਆਪਦੇ ਦਿਮਾਗ ਨਾਲ ਚੱਲਣਾ ਸੀ ਫਿਰ, ਤੂੰ ਜੇ ਪੜ੍ਹਨਾ ਹੁੰਦਾ ਮੇਰੇ ਨੂੰ ਤਾਂ ਤੂੰ ਕਰ ਲੈਂਦਾ, ਮੇਰੇ ਨੂੰ ਪਹਿਲਾਂ ਬੀ ਏ ਵੱਡਾ ਮੈਂ ਤੁਹਾਨੂੰ। ਪਹਿਲਾਂ ਕਿਵੇਂ ਕਰ ਲੈਂਦਾ ਜਦੋਂ ਕਬੀਲਦਾਰੀ ਮੇਰੇ 'ਤੇ ਡਿੱਗ ਪਈ ਸਾਰੀ ਬਾਪੂ ਤੋਂ ਬਾਅਦ? ਉਹ ਤਾਂ ਮੈਂ ਵੀ ਨਾਲ ਹੀ ਖੜਾ ਹੋ ਗਿਆ ਤੇਰੇ ਬਰਾਬਰ। ਉਹ ਪੁੱਤ ਹੁਣ ਹੋਰਲੇ ਬੰਦੇ ਨੂੰ ਦੇਖਣਾ ਪੈਂਦਾ ਹੁੰਦਾ, ਹੈ, ਜਦੋਂ ਉਹਦੇ 'ਤੇ ਜ਼ਿੰਮੇਦਾਰੀ ਡਿੱਗ ਪਈ, ਉਹਨੂੰ ਤਾਂ ਸਾਰਾ ਕੁਛ ਤੁਹਾਡੇ ਚਾਹ ਲਾਡ ਵੀ ਦਿੰਦੇ ਸੀ, ਹੈਂ, ਤੁਸੀਂ ਤਾਂ ਐਵੇਂ ਨਿੱਕੀ ਨਿੱਕੀ ਗੱਲ 'ਤੇ ਸਰੀਕੇ ਤੋਂ ਫਰਕ ਪਾਈ ਬੈਠੇ ਹੋ, ਐਵੇਂ ਲੋਕ ਹਸਾਈ ਜਾਂਦੇ ਹੋ। ਉਹ ਨਹੀਂ, ਐਂ ਨਹੀਂ ਗੱਲ, ਉਹ ਤਾਂ ਮੈਂ ਤੁਹਾਡੀ ਗੱਲ ਸਮਝਦਾ ਵੀ ਠੀਕ ਆ ਗੱਲ, ਲੋਕ ਤਾਂ ਸਾਰੇ ਸਵਾਦ ਲੈਣ ਵਾਲੇ ਹੁੰਦੇ ਆਸੇ ਪਾਸੇ, ਤਾਂ ਖੜਾ ਕੋਈ ਨਹੀਂ ਛਡਾਉਂਦਾ ਹੁੰਦਾ ਜੋ ਮੌਕੇ 'ਤੇ ਹੱਥੋਂ ਪਾਈ ਹੋ ਜਾਵੇ। ਉਹੀ ਗੱਲ ਹੈ, ਤਾਂ ਮੈਂ ਹਿਸਾਬ ਕਿਤਾਬ ਦਾ ਰੌਲਾ ਇਹ ਪਿਆ, ਮੈਂ ਬਾਣੀਆਂ ਦੀਆਂ ਜਾਵੜਿਆ ਹਿਸਾਬ ਕਿਤਾਬ ਨਾਲ ਸਾਨੂੰ ਨਹੀਂ ਰਲਦਾ, 4-5 ਲੱਖ ਰੁਪਇਆ ਪਤਾ ਨਹੀਂ ਕਿਹੜੀਆਂ ਖੱਡਾਂ 'ਚ ਵਾੜਤੇ ਨੇ। ਉਹ ਪੁੱਤੇ ਨੇ ਵੀ ਕਬੀਲਦਾਰੀ 'ਤੇ ਲਾਏ ਹੋਣਗੇ, ਹੈਂ, ਦੱਸਦਾ ਵੀ ਨਹੀਂ ਵੀ ਇੱਥੇ ਲੱਗਿਆ ਰੁਪਈਏ। ਉਹ ਬਾਪੂ ਜੀ, ਤੁਸੀਂ ਵੀ ਉਮਰ ਭੋਗ ਲਈ, ਸਿਆਣੇ ਹੋ, ਤੁਹਾਨੂੰ ਵੀ ਪਤਾ ਵੀ ਕਈ ਪਰਦੇ ਇਹੋ ਜਿਹੇ ਹੁੰਦੇ ਨੇ, ਢੱਕਣੇ ਪੈਂਦੇ ਹੁੰਦੇ ਆ ਭੈਣ ਭਰਾਵਾਂ ਦੇ ਆਸੇ ਪਾਸੇ ਵੀ, ਹੁਣ ਇਹਨਾਂ ਨੂੰ ਕੀ ਗੱਲ ਦੱਸਾਂ ਮੈਂ? ਉਹ ਬਾਪੂ ਜੀ, ਪੜਦੇ ਤਾਂ ਹੁਣ ਤੁਹਾਨੂੰ ਵੀ ਪਤਾ, ਸਿਆਣੇ ਪੈਣ ਇੱਥੇ ਬੁੜੀਆਂ ਬੈਠੀਆਂ, ਆਪਾਂ ਸਾਰੀਆਂ ਗੱਲਾਂ ਖੋਲਦੇ ਚੰਗੇ ਨਹੀਂ ਲੱਗਦੇ, ਹੈ ਨਾ, ਇਹ ਟੁੱਟੇ ਪੁਲਾਂ ਦੇ ਠੇਕੇ ਲੈਤੇ ਨੇ, ਅਜੇ ਤੱਕ ਕੰਮ ਚੱਜ ਦਾ ਕੋਈ ਨਹੀਂ ਕੀਤਾ। ਉਹ ਚੱਲ ਪੁੱਤ, ਕੁਛ ਹੀ ਕਰਿਆ, ਹੈਂ, ਤੁਹਾਨੂੰ ਤਾਂ ਲੀੜਾ ਕੱਪੜਾ ਰੋਟੀ ਟੁੱਕ ਤੁਹਾਨੂੰ ਤਾਂ ਮਿਲਦਾ ਰਿਹਾ, ਤੁਹਾਨੂੰ ਤਾਂ ਨਹੀਂ ਨਾ ਤੱਤੀ ਬਾਹ ਲੱਗਣ ਦਿੱਤੀ। ਨਾ ਨਾ, ਏਡੇ ਏਡੇ ਉਹੀ ਹੋ ਗਏ ਬਾਪੂ ਜੀ, ਪਾਟੇ ਲੀੜੇ ਪਾਏ, ਇਹਨਾਂ ਨੇ ਭੁੱਖੇ ਪੈਂਦੇ ਰਹੇ ਆ, ਹੈਂ। ਪੁੱਤ, ਸਿਆਣੇ ਕਹਿੰਦੇ ਹੁੰਦੇ ਆ ਨਾ, ਕਹਿੰਦੇ ਜੇ ਆਪਦਾ ਮਾਰੂ ਤਾਂ ਛਾਵੇਂ ਸਿੱਟੂ, ਹੈਂ, ਬਗਾਨਾ ਮਾਰੂ ਤਾਂ ਅਗਲਾ ਉੱਥੇ ਹੀ ਸਿੱਟੂ। ਇਹ ਭੈਣ ਭਰਾ ਦਾ ਜਿਹੜਾ ਮੋਹ ਹੁੰਦਾ ਨਾ, ਇਹ ਨੋਹਾਂ ਨੋ ਮਾਸ ਵੱਖ ਨਹੀਂ ਹੁੰਦਾ ਹੁੰਦਾ, ਸਿਆਣੇ ਬਣੋ, ਹੈਂ, ਵੇਖ ਉਹ ਦੋਨੇ ਭੈਣਾਂ ਉਹ ਆ ਇਕੱਠੀਆਂ ਇੱਕ ਘਰੇ, ਅਤੇ ਸਕੇ ਭਰਾ ਤੁਸੀਂ ਹੋ, ਉਹ ਤੁਹਾਡੇ ਵਰਗਾ ਤਾਂ ਕੋਈ ਬੰਦਾ ਹੀ ਨਹੀਂ, ਕਿਹੜੀ ਗੱਲ ਦਾ ਫਰਕ ਆ, ਹੈਂ, ਦੋ ਭਰਾਵਾਂ 'ਚ ਨਾ ਫਰਕ ਹੋਵੇ ਅਤੇ ਉਹਨਾਂ ਦੋਨਾਂ ਭੈਣਾਂ 'ਚ ਨਾ ਹੋਵੇ, ਤੁਸੀਂ ਤਾਂ ਰਾਜ ਕਰੋ ਆਪਦੇ ਘਰੇ, ਇਕੱਠ 'ਚ ਕੁਛ ਬਣ ਜਾਂਦਾ ਹੁੰਦਾ ਪੁੱਤ, ਅੱਡ ਵਿੱਢ ਹੋ ਕੇ ਕੁਛ ਨਹੀਂ ਬਣਦਾ। ਨਾਲੇ ਪੁੱਤ ਮੈਨੂੰ ਤੂੰ ਦੱਸ, ਹੈਂ, ਅੱਜ ਸਵੇਰ ਨੂੰ ਤੇਰੀ ਭਾਬੀ ਆਜੂ, ਫਿਰ ਤੁਸੀਂ ਇੱਥੇ ਆਉਂਗੀਆਂ, ਤੁਹਾਨੂੰ ਮਾਰ ਕੇ ਧੱਕੇ ਗੇਟੋਂ ਬਾਹਰ ਕੱਢਦੇ ਹੋ, ਫਿਰ ਦੱਸ ਤੁਸੀਂ ਕਿੱਥੇ ਜਾਊਂਗੀਆਂ, ਇਕੱਲੀਆਂ ਆਪਦੇ ਉੱਥੇ ਸਹੁਰੇ ਬੈਠੀਆਂ ਕੱਟ ਲਉਂਗੀਆਂ, ਪੇਕਿਆਂ ਦੀ ਲੋੜ ਨਹੀਂ ਤੁਹਾਨੂੰ, ਹੈਂ, ਤੂੰ ਦੱਸ ਭਾਈ ਕੱਟ ਲਏਂਗੀ ਉੱਥੇ ਬੈਠੀ ਇਕੱਲੀ, ਹੈਂ, ਨਾ ਉਹਦਾ ਵੀ ਘਰ ਆ, ਉੱਥੋਂ ਗਈ ਆ ਉਹ 20-25 ਸਾਲ ਪਲ ਕੇ ਉੱਥੋਂ, ਉਹਦੀਆਂ ਵੀ ਆਂਦਰਾਂ ਮਾਂ ਨਾਲ ਜੁੜੀਆਂ, ਭਰਾਵਾਂ ਨਾਲ ਜੁੜੀਆਂ, ਹੈਂ, ਤੁਸੀਂ ਬਣਦੀਆਂ ਹੁਣ ਉੱਥੇ ਜਾ ਕੇ ਰਹਿਣੀਆਂ। ਮੇਰੇ ਤਾਂ ਭਰਾਵਾਂ ਨੇ ਵੀ ਨਹੀਂ ਸੋਚਿਆ, ਇਹਨਾਂ ਨੇ ਵੀ ਮੇਰੇ ਪਿੱਛੇ ਕਹਿਤਾ ਵੀ ਇੱਥੋਂ ਵਗ ਜਾ, ਨਾ ਮੈਂ ਤਾਂ ਤੁਹਾਡੇ ਨਾਲ ਹੀ ਰਹੀ ਹਾਂ ਇੰਨੇ ਸਾਲ, ਇੰਨਾ ਮੋਹ ਕਰਦੇ ਸੀ ਮੇਰਾ, ਹੁਣ ਕੀ ਹੋ ਗਿਆ, ਭਰਜਾਂਗਾ ਪਿੱਛੇ ਲੱਗ ਕੇ, ਬਸ ਮੈਂ ਕਿੱਥੇ ਨਹੀਂ ਖੜੀ ਤੁਹਾਡੇ ਨਾਲ। ਮਾਹੌਲ ਹੀ ਐਸਾ ਹੋ ਜਾਂਦਾ ਕਿ ਯਾਰੀ ਕੀ ਕਰਕੇ ਭੈਣੇ, ਹੁਣ ਪਹਿਲੀ ਗੱਲ ਤਾਂ ਤੁਸੀਂ ਆ ਅੱਡ ਵਿੱਢ ਵਾਲਾ ਕੰਮ ਛੱਡੋ, ਇੱਕ ਥਾਂ ਇਕੱਠੇ ਹੋਵੋ, ਫਿਰ ਉਹਨੂੰ ਲੋੜ ਹੀ ਨਹੀਂ ਦੋਨੇ ਪਾਸੇ ਜਾਣ ਦੀ, ਇੱਕ ਥਾਂ ਆਊ। ਉਹ ਬਾਪੂ ਜੀ, ਜਿਹੜਾ ਕੁਛ ਹੋ ਗਿਆ ਉਹਦਾ ਪਹਿਲਾਂ ਅੱਡ ਵਿੱਢ ਹੋਣ ਵਾਲੇ ਤਾਂ ਹੋ ਗਏ,
ਇਹਨੂੰ ਮਨਿੰਦਰ ਨੂੰ ਤਾਂ ਚਾਹੀਦਾ ਹੁਣ ਦੋਨੇ ਭਰਾਵਾਂ ਨੇ ਇੱਕੋ ਜਿਹਾ ਵਰਤੇ। ਮੈਂ ਤਾਂ ਇੱਕੋ ਜਿਹਾ ਹੀ ਵਰਤਦੀ ਹਾਂ ਪਰ ਤੁਹਾਨੂੰ ਵੀ ਵਹਿਮ ਆ, ਤੁਸੀਂ ਆਪਸ ਵਿੱਚ ਲੜੇ ਹੋਏ ਹੋ ਨਾ ਤਾਂ ਤੁਹਾਨੂੰ ਲੱਗਦਾ ਕਿ ਮੈਂ ਉਹਦਾ ਜ਼ਿਆਦਾ ਕਰਦੀ ਹਾਂ, ਉਹ ਕਹਿੰਦਾ ਮੈਂ ਤੇਰਾ ਯਾਦ ਕਰਦੀ ਹਾਂ, ਪਰ ਮੈਨੂੰ ਤਾਂ ਤੁਸੀਂ ਦੋਨੇ ਬਰਾਬਰ ਹੋ। ਭੈਣ ਤਾਂ ਭਾਈ ਕਦੇ ਕਤਾਈ ਆਉਂਦੀ ਹੈ, ਹਜਾ ਲਾ ਕੇ ਮੁੜ ਜਾਂਦੀ ਹੈ, ਅਤੇ ਮੇਰਾ ਵੇਖ ਲੈ ਮੈਨੂੰ ਵੀ ਇਹ ਐਂ ਕਹਿੰਦੇ ਆ ਕਿ ਇੱਕ ਦਿਨ ਕੌਲਾ ਉੱਧਰ ਧਰ ਲਿਆ ਕਰ, ਇੱਕ ਦਿਨ ਉੱਧਰ ਧਰ ਲਿਆ ਕਰ। ਉਹ ਭਾਈ ਮੁੰਡਿਓ, ਇਹ ਤਾਂ ਤੁਹਾਡੀ ਮਾੜੀ ਗੱਲ ਆ ਹੈ। ਹੁਣ ਤੁਸੀਂ ਐਂ ਦੱਸੋ ਵੀ ਜਦੋਂ ਮੇਰੀਆਂ ਆਪਦੀਆਂ ਜੰਮਾਂ ਹੀ ਮਾੜੀਆਂ ਹੋ ਗਈਆਂ, ਉਹਨਾਂ ਨੇ ਕਰਤੂਤ ਖੰਡਿਆ ਤੀ ਜਾ ਕੇ, ਹੁਣ ਤੁਹਾਨੂੰ ਤਾਂ ਮੈਂ ਕੀ ਕਹਾਂ। ਭਾਈ ਕੁੜੀਓ ਗੱਲ ਸੁਣ ਲਓ, ਜੇ ਤਾਂ ਉਹ ਕੁੜੀ ਨਾਲ ਵਰਤੋਂਗੀਆਂ ਠੀਕ ਆ ਤਾਂ ਮੇਰਾ ਗੇਟ ਤੁਹਾਡੇ ਲਈ ਖੁੱਲ੍ਹਾ, ਨਹੀਂ ਭਾਈ ਮੇਰੇ ਘਰੇ ਤਾਂ ਆਪਣਾ ਬੜਿਓ, ਸਵੇਰ ਨੂੰ ਮੇਰਾ ਜਵਾਕ ਵੀ ਹੈ ਤੁਹਾਡੇ ਨਾਲ ਕਿਵੇਂ ਵਰਤੂਗਾ। ਤੁਹਾਡਾ ਪਿਓ ਭਾਈ ਸਹੀ ਕਹਿੰਦਾ ਗਾ, ਤੁਸੀਂ ਦੋ ਹੋ ਗਿਆ ਜੀ, ਸੱਸ ਨੂੰ ਨਹੀਂ ਸਾਂਭ ਸਕਦੀਆਂ, ਜੇ ਕੱਲ ਨੂੰ ਸਾਡੀ ਬਹੂ ਆ ਗਈ ਤਾਂ ਸਾਨੂੰ ਨਾ ਸਾਂਭੇ, ਉਹਨੇ ਸਾਨੂੰ ਘਰੋਂ ਕੱਢਤਾ, ਫਿਰ ਤੁਸੀਂ ਕੀ ਕਰੋਗੀਆਂ, ਲਾਣ ਤਾਂ ਤੁਹਾਡੇ ਜੰਮਣ ਤੇ। ਮੰਮੀ ਤੁਸੀਂ ਦੋਨੇ ਮੈਨੂੰ ਮਾਫ ਕਰ ਦਿਓ, ਮੰਮੀ ਮੈਂ ਤੁਹਾਨੂੰ ਵੀ ਗੁੱਸੇ 'ਚ ਬਹੁਤ ਕੁਝ ਬੋਲ ਗਈ, ਮੈਂ ਮਾਫੀ ਮੰਗਦੀ ਆ ਤੁਹਾਡੇ ਤੋਂ। ਉਸ ਤੋਂ ਬਾਅਦ ਅਸੀਂ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਦਿੰਦੇ, ਹਮੇਸ਼ਾ ਇਕੱਠੇ ਰਵਾਂਗੇ। ਹਰਪ੍ਰੀਤ ਨਾਲ ਤੂੰ ਮੈਨੂੰ ਕਹਿੰਦੀ ਸੀ ਨਾ ਪ੍ਰਧਾਨਗਿਰੀ ਮੈਂ ਚਲਾਉਣੀ, ਹੁਣ ਤੂੰ ਚਲਾ ਲਈ, ਮੈਂ ਤਾਂ ਬਹਿ ਕੇ ਵੀ ਖਾ ਲੂੰਗੀ। ਚਲ ਕੋਈ ਨਹੀਂ ਪੁੱਤ, ਲੱਗ ਗੱਲ ਪੈਣ ਦੇ ਹੈ। ਚਲੋ ਵੀ ਮੁੰਡਿਓ ਤੁਸੀਂ ਵੀ ਪਾਓ ਜੱਫੀ, ਕੱਢੋ ਮਨਾ ਚੋ ਮੈਲ ਹੈ। ਚਲੋ ਚਲੋ, ਪੁੱਤ ਭੈਣਾਂ ਤਾਂ ਨਾ ਖੁਸ਼ੀ ਮੰਗਦੀਆਂ ਹੁੰਦੀਆਂ ਭਰਾਵਾਂ ਦੇ, ਜੇ ਘਰ ਹੱਸਦੇ ਵੱਸਦੇ ਆ ਹੈਂ ਤਾਂ ਉਹਨਾਂ ਨੇ ਤਾਂ ਦੋ ਦਿਨ ਆਉਣਾ ਹੁੰਦਾ, ਐਂ ਨਹੀਂ ਕਰਦੇ ਹੁੰਦੇ। ਤੁਸੀਂ ਜਿਹੜੀਆਂ ਤੁਹਾਡੇ ਮਨਾਂ 'ਚ ਮੈਲ ਸੀ ਉਹਨੂੰ ਕੱਢ ਕੇ ਠੀਕ ਆ ਘਰ ਬਾਰ ਇੱਕ ਕਰੋ, ਅਤੇ ਆਪਦਾ ਹੱਸੋ ਖੇਡੋ, ਨਿਗਾ ਜਿਹਾ ਪਰਿਵਾਰ ਆ ਤੁਹਾਡਾ ਹੈਂ। ਬਸ ਠੀਕ ਆ ਬਾਪਾ ਜੀ, 5-4 ਲੱਖ ਰੁਪਈਏ ਦੀ ਗੱਲ ਸੀਗੀ, ਕਿੱਡੀ ਗੱਲ ਆ ਦੁਬਾਰੇ ਹੱਥ। ਉਹ ਚੱਲ ਕੋਈ ਨਹੀਂ, ਪੈਸੇ ਨਾ ਨਹੀਂ ਦੇਖੀ ਦਾ ਹੁੰਦਾ, ਰਿਸ਼ਤੇਦਾਰ ਭੈਣ ਭਰਾ ਗਿਆ ਮੁੜ ਕੇ ਨਹੀਂ ਆਉਂਦਾ। ਚੱਲ ਕੋਈ, ਹੁਣ ਸਾਰਾ ਕੁਛ ਗੁੱਸਾ ਗਿਲਾਸ 'ਤੇ ਛੱਡੋ ਅਤੇ ਮੈਂ ਲਿਆਉਣੀ ਵਧੀਆ ਜੀ ਚਾਹ ਬਣਾ ਕੇ। ਚਲੋ ਠੀਕ ਆ ਜੀ।